ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਅਕਾਦਮਿਕ ਪ੍ਰੋਗਰਾਮਾਂ ਦੇ ਵਿੱਚ ਵਕਤਾ ਫਤਿਹ ਦੇ ਨਾਲ ਆਪਣਾ ਵਖਿਆਨ ਸ਼ੁਰੂ ਕਰਨ ਲੱਗ ਪਏ ਨੇ, ਅਤੇ ਇਹਦੀ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ। ਦੂਸਰੀ ਵਧਾਈ, ਜਿਹੜਾ ਇਹ ਗੋਸ਼ਟ ਸਭਾ ਅਤੇ ਵਿਭਾਗ ਦਾ ਸਾਂਝਾ ਉਪਰਾਲਾ, ਇਹਦੀ ਇਹ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਬੜੀ ਵੱਡੀ ਘਾਟ ਸੀ, ਜਿੱਥੇ ਵਿਦਿਆਰਥੀਆਂ ਦੀਆਂ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਵਿੱਚ ਇੱਕ ਵਿੱਥ ਸੀ, ਅਤੇ ਉਹ ਜਿਹੜੇ ਵੀ ਸੁਹਿਰਦ ਜੋੜਿਆਂ ਦੀ ਮਿਹਨਤ ਜਾਂ ਉਹਨਾਂ ਦੀ ਕਿਸੇ ਵੀ ਉੱਦਮ ਕਰਕੇ ਉਹ ਵਿੱਥ ਦੂਰ ਹੋਈ ਹੈ, ਅਤੇ ਅੱਜ ਵਿਦਿਆਰਥੀਆਂ ਦੀਆਂ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਇੱਕ ਮੰਚ 'ਤੇ ਇਕੱਤਰ ਹੋ ਕੇ ਕੋਈ ਵੀ ਪ੍ਰੋਗਰਾਮ ਕਰ ਰਹੀਆਂ ਨੇ, ਉਹਦੀ ਮੈਂ ਇਹਨਾਂ ਦੋਵਾਂ ਧਿਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਆਪਣੀ ਗੱਲ ਮੈਂ ਡਾਕਟਰ ਸਿਕੰਦਰ ਸਿੰਘ ਜੀ ਹੋਰਾਂ ਦੀ ਉਸ ਗੱਲ ਤੋਂ ਸ਼ੁਰੂ ਕਰਾਂ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਦੀ ਉਸ ਵੇਲੇ ਜੋ ਹਾਲਤ ਸੀ, ਸਿੱਖਾਂ ਦੀ ਉਸ ਵੇਲੇ ਜੋ ਹਾਲਤ ਸੀ, ਉਹਦਾ ਰੋਦਨ ਨਹੀਂ ਕੀਤਾ, ਅਤੇ ਫਿਰ ਕੀ ਕੀਤਾ, ਉਹਨਾਂ ਨੇ ਪੰਜਾਬੀ ਦੇ ਵਿਹੜੇ ਨੂੰ ਖੇੜੇ ਨਾਲ ਭਰਿਆ, ਵਿਕਾਸ ਨਾਲ ਭਰਿਆ। ਅਤੇ ਜਿਹੜਾ ਖੇੜਾ ਅਤੇ ਵਿਕਾਸ ਹੈ, ਉਹ ਸਿਰਜਣਾਤਮਕਤਾ, ਜਿਹੜਾ ਇਨਸਾਨ ਦਾ ਜਨਮ ਹੈ, ਕਿਸੇ ਰੁੱਖ ਦੀ ਕਰੂੰਬਲ ਦਾ ਜਨਮ ਹੈ, ਕਿਸੇ ਬੀਜ ਵਿੱਚੋਂ ਅੰਕੁਰ ਦਾ ਨਿਕਲਣਾ ਆ, ਇਹ ਸਾਰਾ ਕੁਛ ਉਸ ਖੇੜੇ ਨਾਲ ਜੁੜਿਆ ਹੋਇਆ, ਜਿਹੜਾ ਅਕਾਲ ਪੁਰਖ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਲਈ ਇਸ ਦੁਨੀਆ ਦੇ ਉੱਤੇ ਰੂਪ ਅਖਤਿਆਰ ਕਰਨਾ ਹੁੰਦਾ, ਉਹ ਖੇੜਾ ਰੂਪ ਵਿੱਚ ਹੁੰਦਾ। ਅਤੇ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੁਰਾਣੇ, ਚਲੋ ਪੁਰਾਣੇ ਆਪਾਂ ਨਾਮ ਹੀ ਕਹੀਏ, ਤਾਂ ਸਾਡੇ ਕਿਸੇ ਬੰਦੇ ਨੇ ਸਾਡੀ ਜ਼ਬਾਨ ਦੇ ਵਿੱਚ ਵਿਕਾਸ ਨੂੰ ਇੰਨੀ ਤਰਜੀਹ ਦਿੱਤੀ। ਕੇਵਲ ਵਿਕਾਸ ਨੂੰ ਇੱਕ ਸੰਕਲਪ ਦੇ ਤੌਰ 'ਤੇ ਨਹੀਂ ਸਮਝਿਆ, ਵਿਕਾਸ ਨੂੰ ਜੀਵਿਆ ਔਰ ਵਿਕਾਸ ਨੂੰ ਪ੍ਰਗਟ ਕੀਤਾ। ਉਹਨਾਂ ਦਾ ਵਾਕ, ਉਹਨਾਂ ਦਾ ਹਰ ਇੱਕ ਬੋਲ, ਉਹ ਵਿਕਾਸਮਈ ਹੈ। ਅਤੇ ਵਿਕਾਸ ਉੱਥੇ ਆਉਂਦਾ ਆ ਜਿੱਥੇ ਵਿਰੋਧ ਖਤਮ ਹੋ ਜਾਂਦੇ, ਕੰਟਰਾਡਿਕਸ਼ਨਸ ਖਤਮ ਹੋ ਜਾਂਦੀਆਂ, ਜਿੱਥੇ ਵਿਕਾਸ ਉਦੋਂ ਪੈਦਾ ਹੁੰਦਾ। ਤੋ ਬੜੀ ਮਹੱਤਵਪੂਰਨ ਗੱਲ ਡਾਕਟਰ ਸਿਕੰਦਰ ਸਿੰਘ ਜੀ ਨੇ ਸਾਡੇ ਸਾਹਮਣੇ ਰੱਖੀ। ਤੋ ਇਹ ਤੋਂ ਸਾਨੂੰ ਹੋਰ ਬੜੇ ਜਿਹੜੇ ਉਹ ਸੇਧਮਈ ਖਿਆਲ ਮਿਲਦੇ ਨੇ। ਆਮ ਤੌਰ 'ਤੇ ਜਿਹੜੀ ਸਿੱਖਾਂ ਦੀ ਹੁਣ ਦੀ ਹਾਲਤ ਹੈ, ਉਹਦੇ ਵਿੱਚ ਜਦੋਂ 84, ਪਹਿਲਾਂ 47 ਦੀ ਗੱਲਬਾਤ ਕਰਨ ਵੇਲੇ, ਹੁਣ 84 ਦੀ ਗੱਲਬਾਤ ਕਰਨ ਵੇਲੇ, ਜਾਂ ਉਹ ਤੋਂ ਬਾਅਦ 92 ਤੱਕ ਜੋ ਸਾਡਾ ਸੰਘਰਸ਼ ਸੀਗਾ, ਉਹਦੇ ਵਿੱਚ ਹਕੂਮਤ ਵੱਲੋਂ ਜੋ ਜ਼ੁਲਮ ਸਾਡੇ 'ਤੇ ਢਾਇਆ ਗਿਆ, ਉਹਦੀ ਗੱਲ ਕਰਨ ਵੇਲੇ ਰੋਦਨ ਅਤੇ ਵੈਣਿਕਤਾ ਦਾ ਇੱਕ ਪ੍ਰਵਚਨ ਸਿਰਜਿਆ ਜਾਂਦਾ ਹੈ, ਉਹਦਾ ਅਸਰ ਫੈਲਾਇਆ ਜਾਂਦਾ, ਅਤੇ ਉਹਦੇ ਨਾਲ ਦੁਨੀਆ ਦੀ ਜਿਹੜੀ ਹਮਦਰਦੀ ਉਹ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੀ ਕਿ ਸ਼ਾਇਦ ਉਸ ਤਰ੍ਹਾਂ ਸਿੱਖ ਸਪਿਰਿਟ ਨੂੰ ਭਾਉਂਦੀ ਨਹੀਂ ਹੈ, ਸਿੱਖ ਸਪਿਰਿਟ ਦੇ ਅਨੁਕੂਲ ਗੱਲ ਨਹੀਂ ਹੈ। ਤੋ ਸਾਨੂੰ ਇਸ ਗੱਲ ਦੀ ਮਹੱਤਤਾ ਨੂੰ ਜਾਣਨਾ ਚਾਹੀਦਾ ਜੋ ਡਾਕਟਰ ਸਿਕੰਦਰ ਸਿੰਘ ਸਾਡੇ ਸਾਹਮਣੇ ਲੈ ਕੇ ਆਏ, ਕਿ ਪ੍ਰੋਫੈਸਰ ਪੂਰਨ ਸਿੰਘ ਕੀ ਕਰ ਰਹੇ ਸੀਗੇ, ਉਹ ਸਾਡੀ ਪੰਜਾਬੀ ਜ਼ਬਾਨ ਦੇ ਵਿਹੜੇ ਵਿੱਚ ਵਿਕਾਸ ਦੀ ਖੁਸ਼ਬੂ ਫੈਲਾ ਰਹੇ ਸੀਗੇ। ਉਹਨਾਂ ਦੇ ਵਾਕਾਂ ਨੂੰ ਤੁਸੀਂ ਪੜ੍ਹੋ, ਸਾਰੀਆਂ ਕੰਟਰਾਡਿਕਸ਼ਨਸ ਦੂਰ ਹੁੰਦੀਆਂ ਨੇ, ਸਾਡੀਆਂ ਨਹੀਂ। ਸ਼ਾਇਦ ਗੱਲਬਾਤ ਕਰਦਿਆਂ ਕਿਤੇ ਗੱਲ ਆ ਜਾਵੇ, ਕਿਉਂਕਿ ਮੈਂ ਸਾਰਾ ਕੁਝ ਲਿਖਿਆ ਹੋਇਆ ਨਹੀਂ, ਪੜ੍ਹਨਾ ਸਿਰਫ ਇਸ਼ਾਰੇ ਮਾਤਰ ਕੁਝ ਚੀਜ਼ਾਂ ਨੇ। ਇੱਕ ਕਵਿਤਾ ਮੈਂ ਤੁਹਾਡੀ ਉਹਨਾਂ ਦੀ ਲਿਖੀ ਹੋਈ ਉਹ ਜ਼ਰੂਰ ਸਾਂਝੀ ਕਰਾਂਗਾ, ਜਿਹਦੇ 'ਚ ਕਾਫੀ ਵੱਡੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਸੋ ਪੰਜਾਬ ਦੀ ਧਰਤੀ 'ਤੇ ਮੈਂ ਸਮਝਦਾ ਵੀ 3 ਪੂਰਨ ਬਹੁਤ ਮਹੱਤਵਪੂਰਨ ਨੇ। ਇੱਕ ਹੈ ਪੂਰਨ ਨਾਥ ਜੋਗੀ, ਜਿਹੜਾ ਪੰਜਾਬ ਦੇ ਨੌਜਵਾਨ ਦਾ ਆਦਰਸ਼ ਹੈ। ਪੰਜਾਬ ਦੇ ਨੌਜਵਾਨ ਦਾ ਆਦਰਸ਼, ਠੀਕ ਹੈ, ਰਾਂਝੇ ਦਾ ਵੀ ਮਹੱਤਵਪੂਰਨ ਥਾਂ ਹੋਏਗਾ, ਮਹੀਵਾਲ ਦਾ ਵੀ ਕਿਸੇ ਪੱਧਰ 'ਤੇ ਹੈ, ਪੁੰਨਣ ਦਾ ਵੀ ਹੋ ਸਕਦਾ, ਪਰ ਜੇ ਕਿਸੇ ਕਿੱਸਿਆਂ ਦੇ ਨਾਇਕ ਵਿੱਚੋਂ ਪੰਜਾਬ ਦੇ ਨੌਜਵਾਨ ਦਾ ਆਦਰਸ਼ ਤਲਾਸ਼ਣਾ ਹੋਵੇ, ਤਾਂ ਫਿਰ ਉਹ ਪੂਰਨ ਨਾਥ ਜੋਗੀ 'ਚੋਂ ਬਣਦਾ। ਤੋ ਪੰਜਾਬ ਦੀ ਧਰਤੀ ਲਈ ਪੂਰਨ ਨਾਥ ਜੋਗੀ ਬਹੁਤ ਮਹੱਤਵਪੂਰਨ ਹੈ। ਜੇਕਰ ਸਾਡੇ ਵਿਦਿਆਰਥੀਆਂ ਦੇ ਕੋਲ, ਸਾਡੇ ਨੌਜਵਾਨ, ਚਾਹੇ ਉਹ ਵਿਦਿਆਰਥੀ ਨਹੀਂ ਵੀ ਹੈ,
ਸਾਡੇ ਨੌਜਵਾਨ ਦੇ ਕੋਲ ਪੂਰਨ ਦਾ ਆਦਰਸ਼ ਹੋਵੇ, ਪੂਰਨ ਨਾਥ ਯੋਗੀ ਦਾ, ਜਿਸ ਤਰ੍ਹਾਂ ਦੀ ਉਹਦੀ ਗੁਰੂ ਦੇ ਪ੍ਰਤੀ ਸਮਰਪਣ ਹੈ, ਜਿਸ ਤਰ੍ਹਾਂ ਉਹ ਯੋਗ ਨੂੰ ਸਮਰਪਿਤ ਹੁੰਦਾ ਹੈ, ਜਿਸ ਤਰ੍ਹਾਂ ਉਹ ਸੁੰਦਰਾਂ ਦੇ ਨਾਲ ਰਿਲੇਸ਼ਨ 'ਚ ਆਉਂਦਾ ਹੈ, ਜਿਸ ਤਰ੍ਹਾਂ ਫਿਰ ਉਹ ਆਪਣੇ ਬਾਪ ਦੇ ਉੱਤੇ ਕਿਰਪਾ ਕਰਦਾ ਹੈ ਜਿਹਨੇ ਉਹਨੂੰ ਮਾਰਨ ਦਾ ਹੁਕਮ ਜਾਰੀ ਕਰ ਦਿੱਤੇ ਸੀਗੇ, ਅਤੇ ਜਿਸ ਤਰ੍ਹਾਂ ਉਹਦੇ ਵਚਨ ਦੇ ਨਾਲ ਰਾਜਾ ਰਸਾਲੂ ਉਮੜ ਕੇ ਪੈਦਾ ਹੁੰਦਾ, ਅਤੇ ਇਹ ਸਾਰੀਆਂ ਗੱਲਾਂ ਬਹੁਤ ਮਹੱਤਵਪੂਰਨ ਨੇ। ਦੂਸਰੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਅਤੇ ਤੀਸਰੇ ਭਗਤ ਪੂਰਨ ਸਿੰਘ ਜੀ ਨੇ, ਪਿੰਗਲਵਾੜੇ ਵਾਲੇ। ਜੇਕਰ ਇਹ ਤਿੰਨ ਚੀਜ਼ਾਂ ਸਾਡੇ ਕੋਲ ਹੋਣ ਤਾਂ ਜਿਹੜੀ ਭਟਕਣ ਹੈ ਜ਼ਿੰਦਗੀ ਦੀ, ਜਿਹੜੀ ਸਾਡੇ ਨੌਜਵਾਨ ਬੱਚੇ ਨੂੰ ਖਿੱਚ ਕੇ ਨਸ਼ੇ ਅਤੇ ਹੋਰ ਚੀਜ਼ਾਂ ਦੇ ਵਿੱਚ ਗਰਕ ਕਰ ਦਿੰਦੀ ਹੈ, ਉਹ ਨਹੀਂ ਕਰ ਸਕੇਗੀ। ਇਹ ਐਡੀਆਂ ਵੱਡੀਆਂ ਚੀਜ਼ਾਂ ਨੇ, ਇਹਨਾਂ 'ਚੋਂ ਜ਼ਿੰਦਗੀ ਨੂੰ ਪਾਲਣ ਵਾਲੇ ਇੰਨੇ ਵੱਡੇ ਰਾਹ ਨਿਕਲਦੇ ਨੇ। ਸੋ ਮੈਂ ਤੁਹਾਡੇ ਨਾਲ ਅੱਜ ਪ੍ਰੋਫੈਸਰ ਪੂਰਨ ਸਿੰਘ ਦੀ ਸ਼ਖਸੀਅਤ ਬਾਰੇ ਅਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਕੀਤਾ ਹੋਇਆ ਕੰਮ ਹੈ ਉਹਦੇ ਬਾਰੇ ਕੁਛ ਗੱਲਾਂ ਸਾਂਝੀਆਂ ਕਰਨੀਆਂ ਨੇ, ਅਤੇ ਕੁਛ ਗੱਲਾਂ ਆਪਾਂ ਉਹਨਾਂ ਦੇ ਜੀਵਨ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਹਨਾਂ ਦੀ ਜੀਵਨੀ 'ਚ ਆਉਂਦਾ ਹੈ ਕਿ ਜਦੋਂ ਉਹਨਾਂ ਦੀ ਮਾਂ ਉਹਨਾਂ ਨੂੰ ਨਵਾ ਰਹੀ ਸੀ, ਉਹ ਬਹੁਤ ਛੋਟੇ ਜਿਹੇ ਬੱਚੇ ਸਨ ਉਸ ਵੇਲੇ, ਕੁਝ ਮਹੀਨਿਆਂ ਦੇ, ਅਤੇ ਉਹਨਾਂ ਦੀ ਮਾਂ ਉਹਨਾਂ ਨੂੰ ਸਿੰਧ ਦਰਿਆ ਦੇ ਵਿੱਚ ਨਵਾਉਣ ਲਈ ਲੈ ਕੇ ਗਈ, ਅਤੇ ਇੱਕ ਜ਼ੋਰਦਾਰ ਛੱਲ ਮਾਂ ਦੇ ਹੱਥਾਂ 'ਚ ਪੂਰਨ ਸਿੰਘ ਨੂੰ ਖੋਹ ਕੇ ਲੈ ਗਈ। ਇੱਕ ਪਲ ਲਈ ਮਾਂ ਨੂੰ ਲੱਗਿਆ ਕਿ ਮੈਂ ਆਪਣਾ ਬੱਚਾ ਗਵਾ ਲਿਆ। ਦੂਸਰੇ ਹੀ ਪਲ ਇੱਕ ਜ਼ੋਰਦਾਰ ਛੱਲ ਫਿਰ ਆਈ ਵਾਪਸ ਆਉਂਦੀ ਹੋਈ, ਅਤੇ ਉਹ ਮਾਂ ਦੇ ਹੱਥਾਂ ਵਿੱਚ ਪੂਰਨ ਨੂੰ ਵਾਪਸ ਦੇ ਗਈ। ਤੋ ਇਹ ਗੱਲ ਦੀ ਮਹੱਤਤਾ ਸਿਰਫ ਸਾਹਿਤਕ ਤੌਰ 'ਤੇ ਨਹੀਂ ਹੈ, ਇਸ ਗੱਲ ਦੀ ਮਹੱਤਤਾ ਉਹਨਾਂ ਦੇ ਸਾਰੇ ਜੀਵਨ ਵਿੱਚ ਅਤੇ ਉਹਨਾਂ ਦੇ ਪੋਇਟਿਕ ਵਿਜ਼ਨ ਦੇ ਵਿੱਚ ਪਈ ਹੋਈ ਆ। ਉਹ ਐਵੇਂ ਨਹੀਂ ਕਹਿੰਦਾ ਕਿ ਮੈਨੂੰ ਪੰਜਾਬ ਦੇ ਦਰਿਆ ਜਿਹੜੇ ਆ ਉਹ ਜਪ ਸਾਹਿਬ ਗਾਉਂਦੇ ਦਿਸਦੇ ਆ, ਉਹ ਖਾੜ ਖਾੜ ਦੀ ਆਵਾਜ਼ ਜਿਹੜੀ ਆ ਉਹਨੂੰ ਜਪਜੀ ਸਾਹਿਬ ਨਾਲ ਜੁੜਦੀ ਹੈ, ਉਹ ਐਵੇਂ ਨਹੀਂ ਪ੍ਰਤੀਤ ਹੁੰਦੀ। ਉਹਦੇ ਵਿੱਚ ਕੋਈ ਵੱਡੇ ਰਾਜ਼ ਹੋਰ ਛਿਪੇ ਹੋਏ ਨੇ, ਅਤੇ ਜਿਹੜੀ ਦਰਿਆਵਾਂ ਦੇ ਨਾਲ ਦੋਸਤੀ ਹੈ ਪੰਜਾਬ ਦੀ, ਪੰਜਾਬ ਦੇ ਕਵੀਆਂ ਦੀ, ਉਹ ਸਾਡੇ ਵਿਦਿਆਰਥੀ ਲਈ ਸਮਝਣੀ ਬਹੁਤ ਜ਼ਰੂਰੀ, ਖਾਸ ਤੌਰ 'ਤੇ ਪੰਜਾਬੀ ਦੀ ਜ਼ਬਾਨ ਦੀ ਗੱਲ ਕਰਦੇ ਹਾਂ, ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ। ਜਿਹੜੀ ਦਰਿਆਵਾਂ ਦੇ ਨਾਲ ਪੰਜਾਬੀ ਦੀ ਦੋਸਤੀ ਹੈ, ਪੰਜਾਬ ਦੀ, ਗੁਰੂ ਸਾਹਿਬਾਨ ਦੀ, ਸਾਡੇ ਸੰਤ ਮਹਾਂਪੁਰਖਾਂ ਦੀ, ਕਵੀਆਂ ਦੀ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਵੀ ਆਪਣੀ ਕਿਤਾਬ ਦਾ ਨਾਂ ਝਨਾ ਦੀ ਰਾਤ ਰੱਖਿਆ ਸੀ। ਸੋ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੜ੍ਹਨ ਸਮਝਣ ਲਈ ਕੋਈ ਮੇਰੀ ਬਹੁਤ ਵੱਡੀ ਸਮਰੱਥਾ ਨਹੀਂ ਸੀ, ਮੈਂ ਜਿੰਨਾ ਕੁ ਸਮਝਿਆ ਉਹ ਭੂਤਵਾੜੇ ਵਾਲਿਆਂ ਦੀਆਂ ਕਿਤਾਬਾਂ 'ਚੋਂ, ਉਹਨਾਂ ਦੀਆਂ ਗੱਲਾਂ ਬਾਤਾਂ 'ਚੋਂ ਸਮਝ। ਤੋ ਮੈਂ ਉਹਨਾਂ ਨਾਲੋਂ ਕੋਈ ਬਹੁਤੇ ਨਵੀਂ ਗੱਲ ਤੁਹਾਡੇ ਨਾਲ ਨਹੀਂ ਕਰਨੀ, ਮੈਂ ਜਿੰਨੀਆਂ ਵੀ ਗੱਲਾਂ ਕਰਨੀਆਂ ਨੇ ਉਹਦਾ ਜਿਹੜਾ ਕਹਿ ਲਓ ਕਿ ਫਿਲੋਸੋਫਿਕ ਆਧਾਰ ਹੈ ਜਾਂ ਜਿਹੜੀ ਉਹਦੀ ਦ੍ਰਿਸ਼ਟੀ ਹੈ ਜਾਂ ਉਹਦਾ ਮੁਹਾਵਰਾ ਆ, ਉਹ ਬਹੁਤ ਕੁਛ ਭੂਤਵਾੜੇ ਵਾਲੇ ਵਿਦਵਾਨਾਂ ਕੋਲੋਂ ਲਿਆ ਹੋਇਆ। ਅਤੇ ਇਹ ਚੰਗੇ ਬੰਦੇ ਸਨ। ਤਿੰਨ ਕਿਤਾਬਾਂ ਬੜੀਆਂ ਮਹੱਤਵਪੂਰਨ ਹਨ। ਇੱਕ ਕਿਤਾਬ ਹੈ ਕੁਲਵੰਤ ਸਿੰਘ ਗਰੇਵਾਲ ਜੀ ਦੀ, ਸਤਿਕਾਰਯੋਗ ਗੁਜ਼ਰ ਚੁੱਕੇ ਨੇ, ਬਹੁਤ ਵੱਡੇ ਸ਼ਾਇਰ ਸੀ, ਕਈ ਜ਼ਬਾਨਾਂ ਦੇ ਮਾਹਰ ਸੀ, ਸੰਗੀਤ ਦੇ ਬੜੇ ਅੱਛੇ ਵਿਦਵਾਨ ਸੀ, ਅਤੇ ਉਹਨਾਂ ਨੂੰ ਨਿੱਜੀ ਤੌਰ 'ਤੇ ਮਿਲਣ ਦਾ, ਉਹਨਾਂ ਦੀ ਮੁਹੱਬਤ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਚਲੋ ਉਹਨਾਂ ਨੂੰ ਸਮਾਂ ਘੱਟ ਮਿਲਿਆ, ਉਹ ਗੁਜ਼ਰ ਚੁੱਕੇ ਨੇ। ਉਹਨਾਂ ਦੀ ਕਿਤਾਬ ਹੈ ਅਮੈਂ, ਇੱਕ ਲਫ਼ਜ਼ 'ਤੇ ਲਿਖੀ ਹੋਈ ਕਿਤਾਬ ਹੈ। ਪੂਰਨ ਸਿੰਘ ਦਾ ਇੱਕ ਲਫ਼ਜ਼ ਹੈ ਅਮੈਂ, ਜਦੋਂ ਮੈਂ ਨਾ ਰਹੇ ਤਾਂ ਉਹਦਾ ਕੀ ਦਾਰਸ਼ਨਿਕ ਪਰਿਪੇਖ ਬਣਦਾ, ਉਹਦੇ 'ਤੇ ਪੂਰੀ ਕਿਤਾਬ ਲਿਖ ਛੱਡੀ ਹੈ ਕੁਲਵੰਤ ਸਿੰਘ ਗਰੇਵਾਲ ਜੀ ਨੇ। ਤੋ ਹੋ ਸਕਦਾ ਤੁਹਾਡੇ 'ਚ ਬਹੁਤ ਸਾਰਿਆਂ ਨੇ ਪੜ੍ਹੀ ਹੋਵੇ, ਤੋ ਮੈਂ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ। ਅਤੇ ਦੂਸਰੀ ਕਿਤਾਬ ਸੀਗੀ ਡਾਕਟਰ ਗੁਰਭਗਤ ਸਿੰਘ ਜੀ ਦੀ ਲਿਖੀ ਹੋਈ ਇਨਫਲੇਮਡ ਹਾਰਟ, ਉਹ ਬੜੀ ਮਹੱਤਵਪੂਰਨ ਕਿਤਾਬ ਹੈ, ਅਤੇ ਉਹ ਕਿਤਾਬ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ। ਮੈਂ ਸਾਰੀ ਤਾਂ ਨਹੀਂ ਪੜ੍ਹ ਸਕਿਆ, ਪਰ ਮੈਂ ਕਾਫੀ ਹਿੱਸਾ ਉਹਦਾ ਦੇਖਿਆ, ਅਤੇ ਮੈਨੂੰ ਲੱਗਿਆ ਕਿ ਜੇ ਪ੍ਰੋਫੈਸਰ ਪੂਰਨ ਸਿੰਘ ਬਾਰੇ ਜਾਂ ਕਿਸੇ ਵੀ ਹੋਰ ਬੰਦੇ ਬਾਰੇ ਜੇ ਕਦੀ ਵੱਡੇ ਬੰਦੇ ਬਾਰੇ ਲਿਖਣਾ ਹੋਵੇ ਤਾਂ ਇਵੇਂ ਲਿਖਣਾ ਚਾਹੀਦਾ ਜਿਵੇਂ ਡਾਕਟਰ ਗੁਰਭਗਤ ਸਿੰਘ ਜੀ ਨੇ ਲਿਖਿਆ। ਤਾਂ ਉਹਨਾਂ ਦਾ ਸੰਬੰਧ ਵੀ ਭੂਤਵਾੜੇ ਨਾਲ ਹੀ ਸੀਗਾ, ਕੁਲਵੰਤ ਸਿੰਘ ਗਰੇਵਾਲ ਦਾ ਉਹਨਾਂ ਨਾਲ ਸੀਗਾ। ਅਤੇ ਤੀਸਰੀਆਂ ਚੀਜ਼ਾਂ ਜਿਹੜੀਆਂ ਨੇ ਕੁਛ ਉਹ ਅੱਜ ਦੀਆਂ ਤਾਂ ਨਹੀਂ, ਮੈਂ ਬਹੁਤ ਦੇਰ ਪਹਿਲਾਂ ਦੇਖੀਆਂ ਸੀਗੀਆਂ। ਡਾਕਟਰ ਗੁਰਤਾਰਨ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਕੰਮ ਕੀਤਾ ਹੈ, ਉਹ ਬੜਾ ਕਮਾਲ ਦਾ ਕੰਮ ਹੈ। ਤੁਹਾਨੂੰ ਪੀ ਐੱਚ ਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਰੂਰ, ਚਾਹੇ ਉਹ ਧਰਮ ਅਧਿਐਨ ਦੇ ਨੇ, ਚਾਹੇ ਉਹ
ਪੰਜਾਬੀ ਸਾਹਿਤ ਦਾ ਅਧਿਐਨ ਕਰਨ ਵਾਲੇ ਨੇ ਉਹਨਾਂ ਨੂੰ ਜ਼ਰੂਰ ਉਹ ਦੇਖਣਾ ਚਾਹੀਦਾ ਜਿਹੜਾ ਉਹਨਾਂ ਨੇ ਐਮਰਸਨ ਦੇ ਨਾਲ ਉਹਨਾਂ ਦਾ ਕੰਪੈਰੀਜ਼ਨ ਕੀਤਾ ਅਤੇ ਹੋਰ ਜਿਹੜਾ ਉਹਨਾਂ ਦਾ ਜਿਹੜਾ ਅਨੁਭਵ ਸੁਰਤੀਆਂ ਅਤੇ ਹੋਰ ਕਿਤਾਬਾਂ ਦੇ ਵਿੱਚ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਸਾਰਾ ਪ੍ਰਵਚਨ ਹੈ ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ। ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੂਰੋਂ ਨੇੜੇ ਭੂਤਵਾੜੇ ਦੀ ਪੈਦਾਵਾਰ ਨੇ। ਤਾਂ ਪਟਿਆਲੇ ਨੇ ਬਹੁਤ ਕੁਛ ਦਿੱਤਾ ਹੈ ਅਤੇ ਉਹ ਭਾਵੇਂ ਮਸ਼ਹੂਰ ਕੁਛ ਛੋਟੀਆਂ ਚੀਜ਼ਾਂ ਹੋ ਜਾਂਦੀਆਂ ਨੇ ਅਤੇ ਵੱਡੀਆਂ ਚੀਜ਼ਾਂ ਕਈ ਵਾਰੀ ਪਾਸੇ ਰਹਿ ਜਾਂਦੀਆਂ ਨੇ। ਤਾਂ ਉਹ ਇੱਕ ਬੜਾ ਵੱਡਾ ਉਹ ਪ੍ਰਵਚਨ ਸੀਗਾ। ਚਲੋ ਮੈਂ ਆਪਣੀ ਗੱਲ ਨੂੰ ਅੱਗੇ ਤੋਰਾਂ ਤਾਂ ਮੈਂ ਤੁਹਾਨੂੰ ਕਹਾਣੀਆਂ ਸੁਣਾਵਾਂਗਾ ਛੋਟੀ ਛੋਟੀਆਂ, ਜਿਵੇਂ ਮੈਂ ਤੁਹਾਨੂੰ ਦਰਿਆ 'ਚ ਰੁੜਨ ਵਾਲੀ ਗੱਲ ਦੱਸੀ ਹੈ। ਇਵੇਂ ਦੀ ਇੱਕ ਹੋਰ ਗੱਲ ਹੈ ਕਿ ਬਸ ਪੂਰਨ ਸਿੰਘ ਇੱਕ ਵਾਰ ਬਹੁਤ ਛੋਟੇ ਜਿਹੇ ਸੀਗੇ ਅਤੇ ਇਹਨਾਂ ਦੇ ਬਾਪ ਨੂੰ ਸ਼ੌਕ ਹੋਇਆ ਕਿ ਇਹਨੂੰ ਫਾਰਸੀ ਸਿਖਾਈ ਜਾਵੇ, ਇਹਨੂੰ ਅਰਬੀ ਸਾਹਿਤ ਦਾ ਗਿਆਨ ਦਿੱਤਾ ਜਾਵੇ, ਇਹਨਾਂ ਨੂੰ ਇਸਲਾਮ ਦਾ ਗਿਆਨ ਦਿੱਤਾ ਜਾਵੇ। ਤਾਂ ਉਹ ਇੱਕ ਬਹੁਤ ਹੀ ਵਿਦਵਾਨ ਮੌਲਵੀ ਪਾਸ ਉਹਨਾਂ ਨੂੰ ਛੱਡ ਆਏ ਅਤੇ ਬਸ ਪੂਰਨ ਸਿੰਘ ਜਿਹੜੇ ਆ ਉਹਨਾਂ ਦੇ ਕੋਲ ਜਾ ਕੇ ਬਿਮਾਰ ਹੋ ਗਏ। ਤਾਂ ਮੌਲਵੀ ਨੇ ਜੋ ਆਪਣਾ ਇਲਮ ਸੀਗਾ, ਜਿਵੇਂ ਉਹ ਤਾਵੀਜ਼ ਦਿੰਦੇ ਨੇ ਜਾਂ ਕਲਾਮ ਪੜ੍ਹ ਕੇ ਫੂਕ ਮਾਰਦੇ ਨੇ, ਉਹ ਸਾਰਾ ਕੁਛ ਕੀਤਾ, ਕੋਈ ਦਵਾ ਦਾਰੂ ਵੀ ਦਿੱਤੀ, ਪਰ ਉਹ ਠੀਕ ਨਾ ਹੋਇਆ। ਤਾਂ ਉਹਨੇ ਉਹਦੇ ਪਿਓ ਨੂੰ ਕਿਹਾ, ਕਹਿੰਦਾ ਇਹਦੀ ਬਿਮਾਰੀ ਕੋਈ ਨਹੀਂ ਹੈ, ਤੁਸੀਂ ਇੱਕ ਵੱਛੇ ਨੂੰ ਉਹਦੀ ਮਾਂ ਦੇ ਨਾਲੋਂ ਵਿਛੋੜ ਸੁੱਟਿਆ ਅਤੇ ਜਦੋਂ ਉਹ ਗਾਂ ਇਸ ਵੱਛੇ ਨੂੰ ਮਿਲੇਗੀ ਤਾਂ ਇਹਨੇ ਠੀਕ ਹੋ ਜਾਣਾ। ਉਹੀ ਗੱਲ ਹੋਈ ਅਤੇ ਉਹ ਪੂਰਨ ਸਿੰਘ ਨੂੰ ਵਾਪਸ ਘਰ ਲਿਜਾਇਆ ਗਿਆ ਅਤੇ ਉਹਨਾਂ ਦੀ ਮਾਂ ਨੇ ਸਿਰਫ ਉਹਨੂੰ ਘੁੱਟ ਕੇ ਜੱਫੀ ਪਾਈ ਅਤੇ ਉਹ ਠੀਕ ਹੋ ਗਿਆ। ਇਹਨਾਂ ਗੱਲਾਂ ਦਾ ਕੋਈ ਆਪਾਂ ਫਿਲੋਸੋਫੀਕਲ ਵਿਖਿਆਨ ਨਹੀਂ ਬਣਾਉਣਾ, ਸਿਰਫ ਗੱਲਾਂ ਨੇ, ਅਸਰ ਇਹਨਾਂ ਨੇ ਆਪੇ ਕਰ ਦੇਣਾ ਤੁਹਾਡੇ 'ਤੇ। ਇੱਕ ਵਾਰ ਪੂਰਨ ਸਿੰਘ ਕਹਿੰਦਾ ਉਹਦੀ ਇੰਟੈਂਸਿਟੀ ਬਹੁਤ ਜ਼ਿਆਦਾ ਸੀ ਨਿੱਕੇ ਹੁੰਦੇ ਹੀ। ਉਹ ਪੂਰਨ ਸਿੰਘ ਨੂੰ ਪਿਆਰ ਦਾ ਜਿਹੜਾ ਅਹਿਸਾਸ ਆ ਬਹੁਤ ਬਚਪਨ ਦੇ ਵਿੱਚ ਕਿਹੋ ਜਿਹਾ ਸੀਗਾ। ਉਹ ਸਕੂਲ 'ਚ ਪੜ੍ਹਦੇ ਸੀਗੇ ਅਤੇ ਸਕੂਲੇ ਉਹਨਾਂ ਦੇ ਪ੍ਰਿੰਸੀਪਲ ਦਾ ਜਿਹੜਾ ਬੇਟਾ ਸੀਗਾ ਉਹਦੇ ਨਾਲ ਉਹਨਾਂ ਨੂੰ ਬਹੁਤ ਮੁਹੱਬਤ ਸੀ, ਉਹਨਾਂ ਦਾ ਮਿੱਤਰ ਸੀ, ਇਕੱਠੇ ਖੇਡਦੇ ਸੀਗੇ। ਤਾਂ ਪ੍ਰਿੰਸੀਪਲ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿਉਂਕਿ ਪੂਰਨ ਸਿੰਘ ਬਹੁਤ ਲਾਇਕ ਬੱਚਾ ਸੀ, ਹੁਸ਼ਿਆਰ ਬਹੁਤ ਸੀ। ਤਾਂ ਪ੍ਰਿੰਸੀਪਲ ਚਾਹੁੰਦਾ ਸੀ ਕਿ ਮੇਰਾ ਬੱਚਾ ਇਹਦੇ ਨਾਲ ਖੇਡੇ, ਤਾਂ ਉਹਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਸੀਗੀ। ਅਤੇ ਪੂਰਨ ਸਿੰਘ ਆਪਣੀ ਮਾਂ ਨੂੰ ਆਖਦਾ ਕਿ ਮਾਂ ਤੂੰ ਮੈਨੂੰ ਮੁਹੱਬਤ ਕਰਦੀ ਹੈ ਅਤੇ ਮੈਂ ਅਤੇ ਤੂੰ ਇੱਕੋ ਜਿਹੇ ਹਾਂ। ਫਿਰ ਮੈਂ ਅਤੇ ਉਹ ਸ਼ਾਇਦ ਐਲਬਰਟ ਸੀਗਾ ਉਹਦਾ ਨਾਂ, ਐਲਬਰਟ, ਫਿਰ ਮੈਂ ਅਤੇ ਐਲਬਰਟ ਇੱਕੋ ਜਿਹੇ ਹੋਣੇ ਚਾਹੀਦੇ। ਉਹਨੇ ਅੱਗੇ ਜਾ ਕੇ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਕਰਕੇ ਵੀ ਦਿਖਾਤੀ ਸੀਗੀ ਜਦੋਂ ਉਹ ਉਹਨਾਂ ਵਰਗਾ ਹੋ ਗਿਆ ਸੀਗਾ, ਸਵਾਮੀ ਰਾਮ ਤੀਰਥ ਵਰਗਾ, ਬਾਅਦ 'ਚ ਭਾਈ ਵੀਰ ਸਿੰਘ ਵਰਗਾ। ਉਹ ਆਪ ਇੰਨੀ ਤੀਬਰਤਾ ਦੇ ਨਾਲ, ਇੰਨੀ ਬੁਲੰਦੀ ਦੇ ਨਾਲ ਕਿਸੇ ਚੀਜ਼ ਦੇ ਵਿੱਚ ਸ਼ਾਮਿਲ ਹੁੰਦਾ ਸੀਗਾ ਕਿ ਉਹ ਚੀਜ਼ ਨੂੰ ਐਗਜ਼ੌਸਟ ਕਰ ਦਿੰਦਾ ਸੀ, ਇੰਨੀ ਉਹਦੇ 'ਚ ਤਾਕਤ ਸੀਗੀ ਪੂਰਨ ਸਿੰਘ ਦੇ ਵਿੱਚ। ਤਾਂ ਉਹ ਮੁਹੱਬਤ ਦੇ ਰਿਸ਼ਤੇ ਨੂੰ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਉਹ ਇੰਨੀ ਉਹਦੀ ਤੀਬਰਤਾ ਤੱਕ ਮਹਿਸੂਸ ਕਰ ਗਿਆ ਸੀ। ਉਹ ਕਹਿੰਦਾ ਜੇ ਤੂੰ ਅਤੇ ਮੈਂ ਮੁਹੱਬਤ ਵਿੱਚ ਇੱਕੋ ਜਿਹੇ ਹਾਂ, ਫਿਰ ਮੈਂ ਅਤੇ ਐਲਬਰਟ ਵੀ ਮੁਹੱਬਤ ਵਿੱਚ ਇੱਕੋ ਜਿਹੇ ਹੋਣੇ ਚਾਹੀਦੇ। ਤਾਂ ਇਹਦੀ ਵਿਆਖਿਆ ਸਾਹਿਤ ਵਾਲੇ ਜਿੰਨੀ ਮਰਜ਼ੀ ਕਰਦੇ ਇਹਨਾਂ ਨੂੰ ਮੁੱਕਣੀ ਨਹੀਂ। ਹੁਣ ਇੱਕ ਵਾਰ ਉਹਨੇ ਨਲ ਦਮਿਅੰਤੀ ਦਾ ਨਾਟਕ ਦੇਖਿਆ ਅਤੇ ਨਲ ਦਮਿਅੰਤੀ ਦਾ ਨਾਟਕ ਦੇਖਦਿਆਂ ਦੇਖਦਿਆਂ ਉਹ ਜਿਹੜੀ ਦਮਿਅੰਤੀ ਦਾ ਜਿਹੜਾ ਕਿਰਦਾਰ ਸੀ ਉਹਦੇ ਨਾਲ ਨੂੰ ਮੁਹੱਬਤ ਹੋ ਗਈ। ਨਾਟਕ ਮੁੱਕ ਗਿਆ ਅਤੇ ਪੂਰਨ ਸਿੰਘ ਘਰ ਚਲਾ ਗਿਆ, ਛੋਟਾ ਜਿਹਾ ਬੱਚਾ ਸੀ। ਘਰ ਜਾ ਕੇ ਉਹਨੇ ਖਾਣਾ ਪੀਣਾ ਛੱਡਤਾ, ਬਿਮਾਰ ਹੋਣ ਲੱਗ ਗਿਆ, ਉਹਨੂੰ ਦਮਿਅੰਤੀ ਦਾ ਚਿਹਰਾ ਭੁੱਲੇ ਨਾ ਅਤੇ ਉਹ ਚਾਹੇ ਮੈਂ ਦਮਿਅੰਤੀ ਨੂੰ ਮਿਲਾਂ। ਉਹਨੂੰ ਘਰਦਿਆਂ ਨੇ ਕਿਹਾ ਕਿ ਪੁੱਤ ਉਹ ਨਾਟਕ ਸੀ ਉਹ ਖਤਮ ਹੋ ਗਿਆ। ਅਤੇ ਉਹ ਨਾਟਕ ਦੇ ਵਿੱਚ ਜਿਹੜਾ ਦਮਿਅੰਤੀ ਦਾ ਕਿਰਦਾਰ ਸੀ ਉਹ ਕੁੜੀ ਨਹੀਂ ਸੀ, ਉਹ ਇੱਕ ਬੰਦਾ ਸੀ, ਇੱਕ ਨੌਜਵਾਨ ਲੜਕਾ ਸੀਗਾ, ਉਹਨੇ ਕੀਤਾ ਸੀ। ਪਰ ਪੂਰਨ ਸਿੰਘ ਮੰਨੇ ਨਾ, ਪੂਰਨ ਸਿੰਘ ਦੀ ਮਾਂ ਨੂੰ ਪਤਾ ਸੀ ਇਹਨੇ ਕਿਵੇਂ ਠੀਕ ਹੋਣਾ। ਉਹਨੇ ਆਪਣੇ ਇੱਕ ਭਰਾ ਨੂੰ, ਰਿਸ਼ਤੇਦਾਰੀ ਜੋ ਭਰਾ ਸੀ, ਉਹਨੂੰ ਬੁਲਾਇਆ, ਕਹਿੰਦੀ ਇਹਨੂੰ ਲੈ ਕੇ ਜਾ। ਅਤੇ ਉਹਦਾ ਮੈਂ ਨਾਂ ਵਿੱਚ ਦਰਜ ਕੀਤਾ ਸੀਗਾ, ਸ਼ਾਇਦ ਤੇਜਾ ਸਿੰਘ ਸੀ ਉਹਦਾ ਨਾਂ, ਇੱਥੋਂ ਵਿਸਰ ਗਿਆ। ਅਤੇ ਉਹਨਾਂ ਨੇ ਤੇਜਾ ਸਿੰਘ ਸੀਗਾ ਲਈ ਕਿ ਜਾ ਇਹਨੂੰ ਤੇਜਾ ਸਿੰਘ ਕੋਲ ਲੈ ਕੇ ਜਾ ਅਤੇ ਉਹ ਇਹਨੂੰ ਦੁਬਾਰਾ ਦਮਿਅੰਤੀ ਬਣ ਕੇ ਦਿਖਾਵੇ ਕਿ ਉਹ ਦਮਿਅੰਤੀ ਅਸਲੀ ਦਮਿਅੰਤੀ ਨਹੀਂ ਹੈ ਜਿਹੜੀ ਲਿਟਰੇਚਰ ਵਾਲੀ ਹੈ, ਵੈਸੇ ਉਹਦਾ ਪਾਰਟ ਕਰ ਰਹੇ। ਉਹਨੂੰ ਲੱਗਿਆ ਕਿ ਉਹ ਦਮਿਅੰਤੀ ਉਹੀ ਹੈ ਜਿਹੜੀ ਲਿਟਰੇਚਰ 'ਚ ਹੈ ਅਤੇ ਉਹੀ ਉੱਤਰ ਕੇ ਸਟੇਜ 'ਤੇ ਆਪਣਾ ਕਿਰਦਾਰ ਕਰ ਰਹੀ ਹੈ। ਜੋ ਕਿਰਦਾਰ ਦੀ ਵੀ, ਕਿਰਦਾਰ ਨੂੰ ਅਦਾ ਕਰਨ ਵਾਲੇ ਬੰਦੇ ਦੀ ਵੀ ਇੰਨੀ ਬੁਲੰਦੀ ਹੋਏਗੀ ਕਿ ਉਹਨੇ ਉਹਨੂੰ ਜਿਉਂਦਾ ਕਰਤਾ। ਅਤੇ ਪੂਰਨ ਸਿੰਘ ਦਾ ਜਿਹੜਾ ਕੀ ਚੀਜ਼ਾਂ ਨਾਲ ਜੁੜਨ ਦਾ ਜਿਹੜਾ ਹੈਗਾ ਤਰੀਕਾ ਆ ਜਾਂ ਉਹਦੇ ਵਿੱਚ ਜਿਹੜੀ ਤੀਬਰਤਾ ਆ, ਉਹ ਸਾਨੂੰ ਦੇਖਣ ਦੀ ਲੋੜ ਆ ਵੀ
ਉਹ ਕਿਹੋ ਜਿਹਾ ਬੰਦਾ ਹੋਏਗਾ, ਕਿਵੇਂ ਉਹ ਇੰਨੀ ਬੁਲੰਦੀ ਤਾਂ ਹੀ ਹਾਸਿਲ ਕਰ ਸਕਿਆ ਜਦੋਂ ਤੁਸੀਂ ਕਿਸੇ ਕਿਸਮ ਦੇ ਨਵੀਂ ਚੀਜ਼ ਨਾਲ ਜੁੜਨਾ ਆ, ਕਿਸੇ ਗਿਆਨ ਨਾਲ, ਤੁਸੀਂ ਕੋਈ ਕਿਤਾਬ ਨਾਲ ਜੁੜਨਾ, ਕਿਸੇ ਲੇਖਕ ਨਾਲ, ਕਿਸੇ ਕੋਨਸੈਪਟ ਨਾਲ ਜੁੜਨਾ, ਤਾਂ ਇੰਨੀ ਤੀਬਰਤਾ ਨਾਲ ਜੁੜੋਗੇ ਤਾਂ ਫਿਰ ਹੀ ਤੁਹਾਨੂੰ ਉਹ ਸਮਝ ਲੱਗੇਗੀ, ਤਾਂ ਹੀ ਵਿਦਵਤਾ ਆਉਂਦੀ ਹੈ। ਇੱਥੋਂ ਗੱਲ ਸਮਝਣ ਵਾਲੀ ਹੈ, ਮੈਂ ਚੀਜ਼ਾਂ ਦੀ ਵਿਆਖਿਆ ਨਹੀਂ ਕਰਨਾ ਚਾਹੁੰਦਾ, ਬਸ ਉੱਦਾਂ ਹੀ ਮੇਰੇ ਮਨ 'ਚ ਆ ਗਿਆ, ਉਹਨਾਂ ਨੇ ਖਿਆਲ ਸਾਂਝਾ ਕਰਤਾ, ਉਹਦਾ ਤੁਹਾਨੂੰ ਕਹਾਣੀਆਂ ਸੁਣਾਉਣੀਆਂ ਸੀ ਦੋ ਚਾਰ ਬਸ। ਤਾਂ ਫਿਰ ਉਹ ਤੇਜਾ ਸਿੰਘ ਕੋਲ ਲੈ ਕੇ ਗਏ, ਉਹ ਆਪਣੇ ਡਾਰਕ ਰੂਮ 'ਚ ਜਾਂਦਾ ਜਿੱਥੇ ਗ੍ਰੀਨ ਰੂਮ ਤਿਆਰ ਹੁੰਦੇ, ਉਹ ਵਾਪਸ ਦੁਬਾਰਾ ਦਮਿਅੰਤੀ ਬਣਿਆ, ਪੂਰਾ ਸ਼ਿੰਗਾਰ ਉਹਦੇ ਸਾਹਮਣੇ ਕੀਤਾ, ਫਿਰ ਪੂਰਨ ਸਿੰਘ ਉਹਨੂੰ ਮਿਲਿਆ, ਅਤੇ ਫਿਰ ਪੂਰਨ ਸਿੰਘ ਨੂੰ ਯਕੀਨ ਹੋਇਆ ਵੀ ਉਹ ਦਮਿਅੰਤੀ ਉਹ ਨਹੀਂ ਸੀ, ਇਹ ਦਮਿਅੰਤੀ ਇਹ ਬੰਦਾ ਹੀ ਬਣਿਆ ਸੀਗਾ, ਅਤੇ ਫਿਰ ਉਹ ਠੀਕ ਹੋਇਆ। ਤਾਂ ਉਹਦੀ ਮਤਲਬ ਜਿਹੜੀ ਤੀਬਰਤਾ ਆ ਉਹ ਇਹੋ ਜਿਹੀ ਹੈ। ਦੋ ਮੈਂ ਕਹਾਣੀਆਂ ਤਾਂ ਬਹੁਤ ਜ਼ਿਆਦੀਆਂ ਨੇ, ਪਰ ਦੋ ਮੈਂ ਵੱਡੀਆਂ ਹੋਰ ਕਹਾਣੀ ਸੁਣਾ ਕੇ ਕਹਾਣੀ ਵਾਲਾ ਚੈਪਟਰ ਬੰਦ ਕਰ ਦੇਣਾ। ਤਾਂ ਪੂਰਨ ਸਿੰਘ ਜੀ ਦਾ ਜਪਾਨ ਦੇ ਵਿੱਚ ਸਵਾਮੀ ਰਾਮ ਤੀਰਥ ਨਾਲ ਮੇਲ ਹੁੰਦਾ। ਸਵਾਮੀ ਰਾਮ ਤੀਰਥ ਵੀ ਵਿਦਵਾਨ ਸੀ ਬਹੁਤ ਵੱਡਾ, ਉਹ ਮੈਥਮੈਟਿਕਸ ਦਾ ਟੀਚਰ ਸੀਗਾ ਲਾਹੌਰ ਦੇ ਵਿੱਚ, ਫਿਰ ਉਹ ਵਿਦਵਾਨਤੀ ਯੋਗੀ ਬਣ ਗਿਆ, ਯੋਗੀ ਬਣ ਕੇ ਉਹ ਮੰਤਰੀ ਹੋ ਗਿਆ, ਫਿਰ ਉਹ ਜਪਾਨ ਚਲੇ ਗਿਆ, ਉੱਥੇ ਜਾ ਕੇ ਇੱਕ ਸਭਾ ਬਣਾਈ ਹੋਈ ਸੀਗੀ ਬਸ ਪੂਰਨ ਸਿੰਘ ਹੋਣਾ ਨੇ ਜਪਾਨੀਆਂ ਦੇ ਨਾਲ ਅਤੇ ਹਿੰਦੁਸਤਾਨੀਆਂ ਦਾ ਆਪਸ ਵਿੱਚ ਤਾਲਮੇਲ ਕਰਾਉਣ ਲਈ। ਉੱਥੇ ਉਹਨਾਂ ਨੂੰ ਮਿਲਦਾ, ਅਤੇ ਜਦੋਂ ਮਿਲਦੇ ਆ ਅਤੇ ਸਵਾਮੀ ਰਾਮ ਤੀਰਥ ਉਹਨੂੰ ਕਹਿੰਦੇ ਮੈਂ ਤੈਨੂੰ ਮਿਲਣਾ ਆ, ਇਹ ਵਾਕ ਲਿਖਿਆ ਹੋਇਆ, ਮੈਂ ਤੇਰੇ ਬਾਰੇ ਜਹਾਜ਼ ਦੇ ਵਿੱਚ ਸੋਚਦਾ ਆ ਰਿਹਾ ਸੀ, ਮੈਂ ਡੈੱਕ 'ਤੇ ਤੇਰਾ ਨਾਂ ਲੈ ਰਿਹਾ ਸੀ, ਉਸ ਤੋਂ ਪਹਿਲਾਂ ਉਹ ਕਦੀ ਨਹੀਂ ਸੀ ਮਿਲੇ, ਪਰ ਦੋਵਾਂ ਦੇ ਮਿਲਣ ਦੀ ਇੰਟੈਂਸ ਜੇ ਮਿਲਣਾ ਹੋਵੇ ਤਾਂ ਇਸ ਤਰ੍ਹਾਂ ਮਿਲਿਆ ਜਾਵੇ ਤਾਂ ਫਿਰ ਨਹੀਂ ਬੰਦਾ ਕਦੀ ਵਿਛੜਦਾ। ਉਸ ਦਿਨ ਤੋਂ ਬਾਅਦ ਪੂਰਨ ਸਿੰਘ ਉਸ ਤੋਂ ਕਦੀ ਵੱਖ ਨਹੀਂ ਹੋਇਆ, ਬਹੁਤ ਮੁਹੱਬਤ ਵੱਧ ਗਈ, ਪੂਰਨ ਸਿੰਘ ਸਵਾਮੀ ਰਾਮ ਤੀਰਥ ਵਰਗਾ ਦਿਸਣ ਲੱਗ ਗਿਆ। ਪੂਰਨ ਸਿੰਘ ਦੇ ਕਿਸੇ ਬਿਮਾਰੀ ਕਾਰਨ ਪਹਿਲਾਂ ਕੇਸ ਕੱਟੇ ਹੋਏ ਸੀਗੇ, ਉਹਨੇ ਬਿਲਕੁਲ ਉਸ ਤਰ੍ਹਾਂ ਦਾ ਰੋਡਾ ਭੋਡਾ ਸਰੂਪ ਬਣਾ ਲਿਆ ਜਿਵੇਂ ਦਾ ਸਵਾਮੀ ਰਾਮ ਤੀਰਥ ਜੀ ਦਾ ਸੀ, ਇੱਕ ਰੂਪ ਹੋ ਗਿਆ ਉਹਦੇ ਨਾਲ, ਔਰ ਰਿਸ਼ਤਾ ਇੰਨਾ ਜ਼ਬਰਦਸਤ ਕਿ ਸਵਾਮੀ ਰਾਮ ਤੀਰਥ ਜਿਹੜਾ ਕਿਸੇ ਦੀ ਗੱਲ ਨਹੀਂ ਸੀ ਮੰਨਦਾ, ਉਹ ਪੂਰਨ ਸਿੰਘ ਦੀ ਗੱਲ ਮੰਨ ਲੈਂਦਾ ਸੀ। ਅਖੀਰਲੇ ਦਿਨਾਂ ਵਿੱਚ ਜਦੋਂ ਉਹਨਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਤੋਂ ਨਾ ਕਰਤੀ ਕਿ ਮੈਂ ਵਿਰਕਤ ਹੋ ਗਿਆ, ਮੈਂ ਨਹੀਂ ਮਿਲਣਾ ਕਿਸੇ ਨੂੰ, ਤਾਂ ਉਸ ਵੇਲੇ ਪੂਰਨ ਸਿੰਘ ਨੇ ਕਿਹਾ ਵੀ ਤੈਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ, ਇਹ ਧਰਮ ਨਹੀਂ, ਇਹ ਵਿਦਾਂਤ ਨਹੀਂ ਜੋ ਤੂੰ ਕਰ ਰਿਹਾ, ਇਹ ਅਸਲੀ ਸਪਿਰਿਟ ਨਹੀਂ ਹੈ, ਉਹਨੇ ਵਰਜਿਆ, ਅਤੇ ਸਵਾਮੀ ਰਾਮ ਤੀਰਥ ਨੇ ਪੂਰਨ ਸਿੰਘ ਦੀ ਗੱਲ ਮੰਨੀ ਅਤੇ ਆਪਣੇ ਘਰਦਿਆਂ ਨੂੰ ਟਾਈਮ ਦਿੱਤਾ ਤਾਂ ਉਹਨਾਂ ਨੂੰ ਮਿਲਿਆ। ਅਤੇ ਸਭ ਤੋਂ ਖਤਰਨਾਕ ਗੱਲ ਜਿਹੜੀ ਤੁਹਾਨੂੰ ਦੱਸ ਕਿ ਜਦੋਂ ਉਹ ਸਵਰਗਵਾਸ ਹੋ ਕੇ ਨਦੀ 'ਚ ਡੁੱਬ ਗਏ ਸਵਾਮੀ ਰਾਮ ਤੀਰਥ ਜੀ, ਅਤੇ ਉਹਨਾਂ ਦੀ ਦੇਹ ਜਿਹੜੀ ਆ ਉਹ ਲੱਭੀ ਨਾ, ਪੂਰਨ ਸਿੰਘ ਨੂੰ ਪਤਾ ਲੱਗਿਆ, ਪੂਰਨ ਸਿੰਘ ਉੱਥੇ ਗਿਆ ਜਿੱਥੇ ਉਹ ਕੰਢਾ ਸੀ ਜਿੱਥੋਂ ਉਹ ਡਿੱਗੇ ਸਨ, ਪਹਾੜ ਦੇ ਉੱਤੇ ਖਲੋ ਕੇ ਉਸਨੇ ਕਿਹਾ ਸਵਾਮੀ ਜੀ ਜਾਂ ਤਾਂ ਤਰ ਕੇ ਬਾਹਰ ਆ ਜਾਓ, ਨਹੀਂ ਤਾਂ ਫਿਰ ਪੂਰਨ ਸਿੰਘ ਵੀ ਵਿੱਚ ਆਏਗਾ, ਪੂਰਨ ਸਿੰਘ ਵੀ ਸਵਾਸ ਤਿਆਗ ਦੇਗਾ, ਇਹ ਵੀ ਡੁੱਬ ਕੇ ਮਰ ਜਾਏਗਾ। ਅਤੇ ਸਵਾਮੀ ਰਾਮ ਤੀਰਥ ਦੀ ਡੈੱਡ ਬੋਡੀ ਪਾਣੀ 'ਤੇ ਤਰ ਕੇ ਉੱਪਰ ਆ ਗਈ, ਇਹ ਲਿਖਤੀ ਗੱਲਾਂ ਨੇ ਅਤੇ ਐਵੇਂ ਕਿਵੇਂ ਦੀਆਂ ਗੱਲਾਂ ਨਹੀਂ। ਉਹ ਇਹ ਗੱਲਾਂ ਤੋਂ ਬਾਅਦ ਆਖਰੀ ਗੱਲ ਜਿਹੜੀ ਤੁਹਾਨੂੰ ਸੁਣਾਉਣੀ ਉਹ ਇਹ ਹੈ ਕਿ ਉਸ ਬੰਦੇ ਦੀ ਇੰਟੈਂਸਿਟੀ ਹੋਏਗੀ, ਐਡਾ ਰੀਅਲਾਈਜ਼ ਕਰਨ ਵਾਲਾ ਬੰਦਾ, ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਮੁਤਾਬਕ ਜੀਣ ਵਾਲਾ ਬੰਦਾ, ਜਦੋਂ ਭਾਈ ਵੀਰ ਸਿੰਘ ਨੂੰ ਮਿਲਦਾ, ਸਿਰਫ ਭਾਈ ਵੀਰ ਸਿੰਘ ਇੱਕ ਵਾਰ ਉਹਦੇ ਸਿਰ ਨੂੰ ਹੱਥ ਲਾ ਦਿੰਦੇ, ਉਹ ਬੰਦਾ ਅੰਮ੍ਰਿਤਧਾਰੀ ਸਿੰਘ ਸੱਜ ਜਾਂਦਾ। ਉਹ ਕਹਿੰਦਾ ਇਹਨਾਂ ਕੇਸਾਂ ਨੂੰ ਹੁਣ ਕੁਛ ਹੋ ਗਿਆ, ਇਹ ਕੱਟੇ ਨਹੀਂ ਜਾ ਸਕਦੇ, ਨਾਈ ਦੀ ਕੈਂਚੀ ਨਹੀਂ ਛੋ ਸਕਦੀ, ਇਹਨੂੰ ਭਾਈ ਵੀਰ ਸਿੰਘ ਦਾ ਹੱਥ ਛੋ ਗਿਆ, ਹੁਣ ਜਾਂ ਤਾਂ ਭਾਈ ਵੀਰ ਸਿੰਘ ਜਿੱਦੀ ਪਰਸਨੈਲਿਟੀ ਨਹੀਂ ਰਹੀ ਜ਼ਿੰਦਗੀ ਵਿੱਚ, ਜਾਂ ਭਾਈ ਵੀਰ ਸਿੰਘ ਵਰਗੀ ਸ਼ੋ ਨੂੰ ਅਹਿਸਾਸ ਕਰਨ ਦੀ ਸ਼ਿੱਦਤ ਨਹੀਂ ਰਹੀ ਸਾਡੇ ਵਿੱਚ, ਉਹ ਕਿੰਨਿਆਂ ਦੇ ਸਿਰ 'ਤੇ ਕਿੰਨਿਆਂ ਨੇ ਹੱਥ ਫੇਰਿਆ, ਅਤੇ ਕਿਸੇ ਦਾ ਦਿਲ 'ਚ ਇਹ ਗੱਲ ਨਾ ਆਈ ਕਿ ਹੁਣ ਇਹ ਕੇਸ ਨਹੀਂ ਕੱਟਣੇ। ਤਾਂ ਪੂਰਨ ਸਿੰਘ ਦੀਆਂ ਇਹ ਗੱਲਾਂ ਹੁਣ ਵਿਆਖਿਆਵਾਂ ਜਿੱਦਾਂ ਦੀਆਂ ਮਰਜ਼ੀ ਬਣਾਈ ਜਾਏ ਕੋਈ, ਪਰ ਇਹਨਾਂ ਗੱਲਾਂ ਦਾ ਬਹੁਤ ਮੁੱਲ ਹੈ, ਬਹੁਤ ਮੁੱਲ ਹੈ, ਆਪਾਂ ਵਿਆਖਿਆ 'ਚ ਨਾ ਪਈਏ। ਤਾਂ ਹੁਣ ਮੈਂ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਉਹਦੀਆਂ ਉਹਨਾਂ ਦੇ ਸਾਹਿਤਕ ਦ੍ਰਿਸ਼ਟੀਕੋਣ ਬਾਰੇ ਕਰਦਾ। ਚਲੋ ਆਪਾਂ ਪਰਸਨੈਲਿਟੀ ਬਾਰੇ ਕਰ ਲਈਏ ਥੋੜ੍ਹੀ ਜਿਹੀ ਗੱਲਾਂ ਕਿ ਉਹਦਾ ਜਿਹੜਾ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਹੈ ਨਾ, ਉਹਦਾ ਜਿਹੜਾ ਆਧਾਰ ਹੈ, ਜਿਹੜਾ ਮੂਲ ਹੈ, ਉਹਦੇ ਸੁਭਾਅ ਦੀ ਜਿਹੜੀ ਮੁੱਖ ਗੱਲ ਆ ਉਹ ਹੈਗੀ ਪ੍ਰਤੀਤ ਕਰਨਾ। ਸੋ ਛੋਟੇ ਵਿਦਿਆਰਥੀ ਵੀ ਬੈਠੇ ਨੇ, ਚਲੋ ਵੱਡਿਆਂ ਨੂੰ ਤਾਂ ਇਸ ਗੱਲ ਦਾ ਬਹੁਤ ਇਲਮ ਹੋਏਗਾ, ਮੈਂ ਛੋਟੇ ਵਿਦਿਆਰਥੀ ਨੂੰ ਜ਼ਿਆਦਾਤਰ ਮੁਖਾਤਬ ਹੋ ਕੇ ਗੱਲ ਕਰ ਰਿਹਾ। ਪ੍ਰਤੀਤ ਕਰਨਾ ਇਹ ਹੈ ਵੀ ਕਿਸੇ ਗੱਲ ਨੂੰ ਸਿਰਫ ਦਿਮਾਗੀ ਤੌਰ 'ਤੇ ਸੂਚਨਾ ਦੇ ਪੱਧਰ 'ਤੇ ਸੁਣਨਾ ਨਹੀਂ ਹੈ, ਜਾਂ ਉਹਦੇ ਨਾਲ ਸਿਰਫ
ਖਿਆਲੀ ਤੌਰ 'ਤੇ ਨਹੀਂ ਜੁੜਨਾ। ਜਿਵੇਂ ਅਸੀਂ ਸਾਰਿਆਂ ਨੇ ਦੁੱਧ ਪੀਤਾ ਹੋਇਆ, ਹੁਣ ਜਿਹੜਾ ਦੁੱਧ ਨੂੰ ਪੀਣ ਦਾ ਅਹਿਸਾਸ ਹੈ, ਜੇ ਅਸੀਂ ਪ੍ਰਤੀਤ ਕੀਤਾ ਹੋਇਆ ਅਤੇ ਠੰਡ ਦੇ ਵਿੱਚ ਜਿਹੜਾ ਕੋਸਾ ਦੁੱਧ ਸਾਨੂੰ ਆਨੰਦ ਦਿੰਦਾ, ਜਰਾ ਉਹਨੂੰ ਯਾਦ ਕਰੋ। ਜਦੋਂ ਗਰਮੀ ਦੇ ਵਿੱਚ ਜਿਹੜਾ ਠੰਡਾ ਪਾਣੀ ਸਾਨੂੰ ਆਨੰਦ ਦਿੰਦਾ, ਉਹਦੀ ਪ੍ਰਤੀਤ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰੋ। ਗੱਲ ਪ੍ਰਤੀਤੀ ਦਾ ਅਰਥ ਇਹ ਹੈ ਕਿ ਕੇਵਲ ਖਿਆਲੀ ਤੌਰ 'ਤੇ ਨਹੀਂ, ਜਿਹੜੀ ਸਾਡੀ ਇੰਦਰੀਆ ਵੀ ਸੂਝ ਹੈ, ਇੰਦਰੀਆ ਵੀ ਸਮਰੱਥਾ ਆ, ਬਾਇਓਲੋਜੀਕਲੀ ਦੇਹ ਰੂਪ ਵਿੱਚ ਕਿਸੇ ਚੀਜ਼ ਦੇ ਨਾਲ ਸੰਬੰਧ ਹੈ, ਉਸ ਸੰਬੰਧ ਦੀ ਸਾਰੀ ਤੀਬਰਤਾ ਨੂੰ ਮਹਿਸੂਸ ਕਰ ਲੈਣਾ, ਸਾਰੇ ਕੁਛ ਨੂੰ ਮਹਿਸੂਸ ਕਰਨਾ, ਉਹ ਜਿਵੇਂ ਹੈ ਉਵੇਂ ਉਹਦੇ ਵਿੱਚ ਉਤਰ ਜਾਣਾ, ਉਹਦੇ ਵਰਗਾ ਹੋ ਜਾਣਾ। ਜੇ ਕਿਸੇ ਨੂੰ ਕਿਸੇ ਫਲ ਦਾ ਸਵਾਦ ਆ ਗਿਆ ਤਾਂ ਉਹ ਸਵਾਦ ਉਹਦੇ ਸਾਰੇ ਵਜੂਦ ਦੇ ਉੱਤੇ ਤਾਰੀ ਹੋ ਜਾਵੇ। ਜਿਵੇਂ ਸਾਡੇ ਨਾਲ ਮਾਫ ਕਰਨਾ, ਕਈ ਵਾਰੀ ਨਸ਼ਾ ਕਰਨ ਵਾਲੇ ਬੰਦੇ ਚੰਗੇ ਹੁੰਦੇ, ਜੇ ਨਸ਼ਾ ਉਹ ਕਰਦੇ ਨੇ ਤਾਂ ਨਸ਼ਾ ਉਹਨਾਂ ਦੇ ਵਜੂਦ 'ਤੇ ਤਾਰੀ ਹੁੰਦਾ, ਅਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜਦੇ ਹਾਂ, ਉਹ ਸਾਨੂੰ ਕੁਝ ਵੀ ਨਹੀਂ ਕਰਦੀਆਂ। ਅਸੀਂ ਬੰਦ ਹੋ ਜਾਂਦੇ ਉਹਨਾਂ ਚੀਜ਼ਾਂ ਦੇ ਪ੍ਰਤੀ, ਪੂਰਾ ਸੰਵੇਦਨਸ਼ੀਲ ਸੰਬੰਧ ਨਹੀਂ ਦਿੰਦੇ, ਉਹਨਾਂ ਨੂੰ ਰਿਸ਼ਤਾ ਨਹੀਂ ਬਣਾਉਂਦੇ ਠੀਕ ਉਹਨਾਂ ਦੇ ਨਾਲ। ਇਸੇ ਕਰਕੇ ਇਹਨਾਂ ਧਰਮ ਕਰਮ, ਇੰਨੇ ਉੱਚੇ ਸੁੱਚੇ ਜੀਵਨ ਸਾਡੇ ਕੋਲ ਆਲੇ ਦੁਆਲੇ, ਸਾਡੇ ਨਾਲ, ਸਾਡੇ ਸੰਬੰਧਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ, ਉਹ ਸਾਡੇ ਉੱਤੇ ਅਸਰ ਨਹੀਂ ਪਾਉਂਦੇ, ਅਸੀਂ ਤਬਦੀਲ ਨਹੀਂ ਹੁੰਦੇ। ਅਤੇ ਪਾਸੇ ਪੂਰਨ ਸਿੰਘ ਦੀਆਂ ਚੀਜ਼ਾਂ ਦੇਖੋ, ਉਹ ਕਿਸ ਤਰ੍ਹਾਂ ਤਬਦੀਲ ਹੋ ਜਾਂਦਾ ਆ, ਉਹ ਜਿਹੜੀ ਚੀਜ਼ ਦੇ ਵਿੱਚ ਉਤਰਦਾ ਉਸ ਚੀਜ਼ ਦਾ ਰੂਪ ਹੋ ਜਾਂਦਾ, ਉਹਦੀ ਸ਼ਕਲ ਉਤਰਾਂ ਦੀ ਹੋ ਜਾਂਦੀ ਹੈ, ਅਤੇ ਉਸ ਚੀਜ਼ ਦੀ ਸਿਖਰ ਨੂੰ ਪੇਸ਼ ਕਰ ਦਿੰਦਾ। ਫਿਰ ਜਿਵੇਂ ਉਹ ਚੀਜ਼ ਹੈ ਉਵੇਂ ਉਹ ਦਿਸਣ ਲੱਗ ਜਾਂਦੀ ਹੈ, ਤਾਂ ਇਹ ਉਹਦੀ ਤੀਬਰਤਾ, ਉਹਦੀ ਪ੍ਰਤੀਤੀ ਕਰਕੇ ਉਹਨੇ ਚੀਜ਼ ਨੂੰ ਪ੍ਰਤੀਤ ਇਵੇਂ ਕੀਤਾ ਜਿਵੇਂ ਉਹ ਚੀਜ਼ ਹੈ ਉਵੇਂ ਦਿਸਣ ਲੱਗ। ਹੁਣ ਇਹ ਚੀਜ਼ ਜਿਹੜੀ ਆ ਅੱਗੇ ਆਉਂਦੀ ਕਿੱਥੋਂ ਆ, ਕਿਉਂਕਿ ਉਹਦੇ ਪਿੱਛੇ ਉਹਦੇ ਜਜ਼ਬਿਆਂ ਦਾ, ਉਹਦੇ ਪੈਸ਼ਨ ਦਾ ਜਿਹੜਾ ਹੜ ਆ, ਇਹ ਉਹ ਚੀਜ਼ ਉਹਨੂੰ ਉੱਥੋਂ ਤੱਕ ਲੈ ਕੇ ਜਾਂਦੀ। ਹੁਣ ਸਾਡੀ ਜਿਹੜੀ ਅਕੈਡਮਿਕਸ ਆ, ਇਹਦੇ ਵਿੱਚ ਜਜ਼ਬਾਤੀ ਹੋਣਾ ਨਲਾਇਕੀ ਹੈ, ਅਤੇ ਓਬਜੈਕਟਿਵ ਸਾਇੰਸ ਅਤੇ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਐਸੀਆਂ ਆ ਗਈਆਂ ਨੇ, ਜਿਹ 'ਚ ਬੰਦੇ ਨੂੰ ਕਿਹਾ ਜਾਂਦਾ ਵੀ ਤੂੰ ਇਮੋਸ਼ਨਲ ਬਿਲਕੁਲ ਨਹੀਂ ਹੋਣਾ। ਇੱਕ ਬੰਦਾ ਸ਼ਾਇਦ ਬੱਚਿਆਂ ਨੂੰ ਨਾ ਪਤਾ ਹੋਵੇ ਕਿ ਜਿਹੜਾ ਰੰਗ ਕਾਟ ਹੈ, ਰੰਗ ਕਾਟ ਇਹ ਪਾਸੇ ਪੂਰਨ ਸਿੰਘ ਨੇ ਬਣਾਇਆ, ਇਹਦਾ ਪੇਟੈਂਟ ਉਹਦੇ ਨਾਂ ਹੈ, ਅਤੇ ਐਡਾ ਵੱਡਾ ਵਿਗਿਆਨੀ, ਚਲੋ ਇਹ ਛੋਟੀ ਚੀਜ਼ ਹੈ ਰੰਗ ਕਾਟ, ਜਿਸ ਵੇਲੇ ਉਹਨੇ ਰੰਗ ਕਾਟ ਬਣਾਇਆ ਜਿਹਦੇ ਨਾਲ ਉਹਨੇ ਉਸ ਵੇਲੇ ਖੰਡ ਨੂੰ ਸਾਫ਼ ਕੀਤਾ, ਉਸ ਤੋਂ ਪਹਿਲਾਂ ਖੰਡ ਸਾਫ਼ ਕਰਨ ਦੇ ਲਈ ਹੱਡਾਂ ਦੀ ਕਾਰਬਨ ਵਰਤੀ ਜਾਂਦੀ ਸੀਗੀ, ਅਤੇ ਮਜੀਠੀਆ ਪਰਿਵਾਰ ਦੀ ਫੈਕਟਰੀ ਸੀਗੀ ਉੱਥੇ ਯੂਪੀ ਦੇ ਵਿੱਚ, ਅਤੇ ਉੱਥੇ ਬ੍ਰਾਹਮਣਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਖੰਡ ਸਾਡੇ ਧਰਮ ਦੇ ਨਾਲ ਮਤਲਬ ਮੁਤਾਬਕ ਨਹੀਂ ਹੈ, ਅਤੇ ਸਾਨੂੰ ਇਹ ਡੰਗਰਾਂ ਦੇ ਹੱਡਾਂ ਨਾਲ ਸਾਫ਼ ਕੀਤੀ ਹੋਈ, ਉੱਥੇ ਕਾਰਬਨ ਨੂੰ ਯੂਜ਼ ਕਰਨਾ ਪੈਂਦਾ ਸੀਗਾ, ਸਾਇੰਸ ਵਾਲੇ ਬੰਦੇ ਜ਼ਿਆਦਾ ਦੱਸ ਸਕਦੇ, ਸਾਇੰਸ ਦੇ ਬੰਦੇ ਨਹੀਂ। ਤਾਂ ਉਹ ਕਹਿੰਦੇ ਵੀ ਇਹ ਸਾਡੇ ਧਰਮ ਦੀ ਮਤਲਬ ਮਰਿਆਦਾ ਦੇ ਖਿਲਾਫ਼ ਹੈ ਗੱਲ, ਸਾਨੂੰ ਇਹ ਵਾਲੀ ਖੰਡ ਖਾਣੀ ਪੈਂਦੀ। ਅਤੇ ਵੈਸੇ ਪੂਰਨ ਸਿੰਘ ਨੇ ਬਿਨਾਂ ਕਿਸੇ ਲੈਬੋਰਟਰੀ ਦੀ ਮਦਦ ਤੋਂ ਆਪਣੇ ਦਿਮਾਗ ਦੇ ਨਾਲ ਉਹ ਖੰਡ ਸਾਫ਼ ਕਰਨ ਵਾਲਾ ਫਾਰਮੂਲਾ ਈਜਾਦ ਕੀਤਾ, ਹੋਰ ਉਹਨੇ ਬੜੇ ਕੰਮ ਕੀਤੇ। ਤਾਂ ਉਹ ਵਿਗਿਆਨ ਦੀ ਪੜ੍ਹਾਈ ਕੀਤੀ ਹੋਈ ਸੀਗੀ, ਸ਼ੀਸ਼ੇ ਦੀ ਪੜ੍ਹਾਈ ਕੀਤੀ ਸੀ, ਬੋਟਨੀ ਦੀ ਪੜ੍ਹਾਈ ਕੀਤੀ ਸੀਗੀ, ਜਿਹੜਾ ਇੰਡੀਅਨ ਫੋਰੈਸਟ ਰਿਸਰਚ ਇੰਸਟੀਚਿਊਟ ਆ ਦੇਹਰਾਦੂਨ ਵਾਲਾ, ਉੱਥੇ ਉਹਨਾਂ ਦਾ ਬਹੁਤ ਕੁਛ ਕੰਮ ਇੱਥੇ ਪਿਆ ਹੋਇਆ, ਸ਼ਾਇਦ ਸਾਡੀ ਪਹੁੰਚ ਵਿੱਚ ਅਜੇ ਨਹੀਂ ਆਇਆ। ਤਾਂ ਉਹ ਦੱਸਿਆ ਜਾ ਸਕਦਾ ਵੀ ਉਹਦੀ ਸਾਇੰਸ ਨਾਲ ਕਿਹੜਾ ਉਹਦਾ ਤਾਲੁਕ ਸੀਗਾ, ਰਿਸ਼ਤਾ ਸੀਗਾ ਉਹਦੇ ਵਿੱਚ, ਉਹ ਵੀ ਉਹਦੀ ਸਮਝ ਦੇ ਵਿੱਚ ਕੰਮ ਕਰਦਾ ਹੋਏਗਾ, ਬਟ ਉਹ ਬੰਦਾ ਇਮੋਸ਼ਨਲ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਭਾਵੁਕ ਸੀਗਾ, ਅਤੇ ਭਾਵੁਕਤਾ ਦਾ ਵਗਦਾ ਦਰਿਆ ਸੀਗਾ। ਹੁਣ ਇਸ ਉਹਦੀ ਜਿਹੜੀ ਚੀਜ਼ਾਂ ਦੇ ਨਾਲ ਰਿਸ਼ਤੇ ਬਣ ਰਹੇ ਨੇ, ਉਹ ਚੀਜ਼ਾਂ ਦੇ ਨਾਲ ਜਿਹੜੀ ਉਹਦੀ ਸਮਝ ਹੈ, ਉਹਦੇ ਵਿੱਚ ਉਹਦੀ ਇਹ ਵਾਲੀ ਪਰਸਨੈਲਿਟੀ ਕੰਮ ਕਰਦੀ ਹੈ, ਅਤੇ ਜਿਹਨੂੰ ਛੱਡ ਦੇਣ ਲਈ ਸਾਡੇ 'ਤੇ ਜ਼ੋਰ ਪਾਇਆ ਜਾਂਦਾ, ਸਾਡੇ ਵਿਦਿਆਰਥੀ ਨੂੰ ਸਿਖਾਇਆ ਜਾਂਦਾ ਵੀ ਤੂੰ ਇਮੋਸ਼ਨਲ ਨਹੀਂ ਹੋਣਾ। ਸਾਡੀ ਮਾਈਆਂ ਜਿਹੜੀਆਂ ਸੀਗੀਆਂ ਇੰਨੀਆਂ ਇਮੋਸ਼ਨਲ ਸੀਗੀਆਂ, ਜਦੋਂ ਸਾਡੀਆਂ ਭੂਆ ਮਿਲਣ ਆਉਂਦੀਆਂ ਸੀ, ਸਾਡੀਆਂ ਤਾਈਆਂ, ਸਾਡੀ ਮਾਂ, ਉਹ ਜਦੋਂ ਮਿਲਣਾ ਤਾਂ ਅਸੀਂ ਉਸ ਦਿਨ ਮਿਲਣ ਆਈ ਨੂੰ ਮਿਲ ਕੇ ਗਲੇ ਮਿਲਣਾ, ਦੋ ਵਜੇ ਇੱਕ ਵਾਰੀ ਇੱਧਰ ਮਿਲਣਾ, ਖੱਬੇ ਮਿਲਣਾ, ਸੱਜੇ ਮਿਲਣਾ, 3 ਵਜੇ ਕਈ ਵਾਰੀ ਮਿਲ ਲੈਂਦੇ ਸੀਗੇ ਅਤੇ ਰੋਂਦੇ ਸੀਗੇ, ਫਿਰ 2-4 ਦਿਨ ਭੂਆ ਰਹਿ ਕੇ ਜਾਂਦੀ ਸੀਗੀ, ਜਦੋਂ ਜਾਣਾ ਉਦੋਂ ਫਿਰ ਦੋਵਾਂ ਨੇ ਰੋਣਾ। ਅਤੇ ਸਾਨੂੰ ਸਿਖਾਇਆ ਜਾਂਦਾ ਇਹ ਵੀ ਜੇ ਤੁਸੀਂ ਇਮੋਸ਼ਨਲ ਹੋ ਅਤੇ ਨਲੇਕੀ ਹੈ। ਇਹ ਅਕੈਡਮਿਕਸ ਦੇ ਵਿੱਚ ਚੀਜ਼ਾਂ ਜਿਹੜੀਆਂ ਆ ਗਈਆਂ ਨੇ, ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਪੂਰਨ ਸਿੰਘ ਨੂੰ ਸਮਝਣਾ,
ਅਤੇ ਹੋਰ ਤਰ੍ਹਾਂ ਦੇ ਹੋਵੋਗੇ ਫਿਰ ਸਮਝ ਸਕੋਗੇ। ਜੋ ਕੁਛ ਤੁਹਾਨੂੰ ਬਣਾਇਆ ਜਾ ਰਿਹਾ ਇਸ ਤਰ੍ਹਾਂ ਤੁਸੀਂ ਸਮਝ ਨਹੀਂ ਸਕਦੇ, ਤੁਹਾਨੂੰ ਉਹੋ ਜਿਹਾ ਹੋਣਾ ਪਵੇਗਾ ਜਿਹੜੀਆਂ ਜਿਹੋ ਜਿਹਾ ਪੂਰਨ ਸਿੰਘ ਹੈ। ਪੂਰਨ ਸਿੰਘ ਕਹਿ ਰਿਹਾ ਕਿ ਓਰੀਐਂਟਲ ਦੀ ਗੱਲ, ਉਹਨੇ ਓਰੀਐਂਟਲ ਸਪਿਰਿਟ ਆਫ ਓਰੀਐਂਟਲ ਪੋਇਟਰੀ ਲਿਖੀ, ਉਹਨੇ ਉਸ ਵੇਲੇ ਐਡਵਰਡ ਸਾਈਡ ਉਹਨਾਂ ਨੇ ਬਾਅਦ 'ਚੋਂ ਕੀਤੀ ਗੱਲ, ਪੂਰਨ ਸਿੰਘ ਨੇ ਉਸ ਵੇਲੇ ਕੀਤੀ ਸੀਗੀ, ਉਹਨੇ ਦੱਸਿਆ ਸੀ ਵੈਸਟ ਨੂੰ ਕਿ ਐਵੇਂ ਨਾ ਕਿਸੇ ਭੁਲੇਖੇ 'ਚ ਰਿਹੋ। ਮੈਂ ਤੁਹਾਨੂੰ ਹੋਰ ਵੀ ਗੱਲ ਉਹਨਾਂ ਦੀ ਲਿਖਤ ਵੀ ਸਾਂਝੀ ਕਰਾਂਗਾ ਜਿੱਥੇ ਉਹਨੇ ਕੀਤੀਆਂ ਨੇ ਗੱਲਾਂ ਕਿ ਵੈਸਟ ਕੋਲ ਕੀ ਨਹੀਂ ਅਤੇ ਕੀ ਹੈ ਅਤੇ ਸਾਡੇ ਕੋਲ ਕੀ ਹੈ ਜਿਹੜਾ ਅਸੀਂ ਗਵਾ ਰਹੇ ਜਿਹਦੇ ਵੱਲ ਧਿਆਨ ਨਹੀਂ ਦੇ ਰਹੇ। ਬਹੁਤ ਕੁਛ ਉੱਚਾ ਸੁੱਚਾ ਉਹਨੇ ਕੱਢ ਕੇ ਦਿਖਾਇਆ ਸੀਗਾ ਵੈਸਟ ਨੂੰ ਸਾਡਾ, ਕਿ ਐਵੇਂ ਭੁਲੇਖੇ 'ਚ ਉਹਨਾਂ ਦੀਆਂ ਉਹਨਾਂ ਦੇ ਗਜ਼ਾਂ ਦੇ ਨਾਲ ਆਪਣੀਆਂ ਚੀਜ਼ਾਂ ਨੂੰ ਜਾਂ ਉਹਨਾਂ ਦੇ ਗਮਲਿਆਂ 'ਚ ਆਪਣੇ ਬੂਟੇ ਨਾਲ ਫਿੱਟ ਕਰੀ ਜਾਓ। ਇਹਦੀ ਜਿਹੜੀ ਡਿਸਟਿੰਕਸ਼ਨ ਹੈ ਇਸ ਜਿਹੜੀ ਆਈਡੈਂਟੀ ਦੀ ਗੱਲ ਵੀ ਹੋਏਗੀ ਪੂਰਨ ਸਿੰਘ ਦੇ ਰਾਹੀਂ ਹੋਰ ਤਰ੍ਹਾਂ ਹੋਏਗੀ। ਉਹਨੇ ਉਹਦਾ ਨਿਆਰਾਪਣ ਸਾਬਤ ਕੀਤਾ, ਉਹ ਡਿਸਟਿੰਕਸ਼ਨ ਉਹੀ ਕਰ ਸਕਿਆ ਕਿਉਂਕਿ ਉਹਦਾ ਰਿਸ਼ਤਾ ਬੜਾ ਹੋਰ ਚੀਜ਼ਾਂ ਨਾਲ ਜੋੜਨ ਦਾ ਤਰੀਕਾ ਹੋਰ ਹੈ। ਅਤੇ ਜੇ ਤੁਸੀਂ ਪੂਰਨ ਸਿੰਘ ਨੂੰ ਸਮਝਣਾ ਤਾਂ ਹੋਰ ਤਰ੍ਹਾਂ ਸਮਝਿਆ ਜਾਵੇਗਾ। ਨੋਰਮਲ ਜਿਹੜੀ ਸਾਡੀ ਰਵਾਇਤੀ ਅਕੈਡਮਿਕਸ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਬਹੁਤ ਕੁਛ ਐਸਾ ਆ ਚੁੱਕਾ ਹੈ ਜਿਹੜਾ ਪੂਰਨ ਸਿੰਘ ਨੂੰ ਸਮਝਣ 'ਚ ਰੁਕਾਵਟ ਬਣਦਾ ਜਾ ਰਿਹਾ, ਭਾਵੇਂ ਇਹਦੀ ਉੱਚਾਈ ਜਿੰਨੀ ਮਰਜ਼ੀ ਹੈ, ਰੁਜ਼ਗਾਰ ਭਾਵੇਂ ਜਿੰਨਾ ਨੂੰ ਮਰਜ਼ੀ ਦੇ ਦੇਵੇ, ਪਰ ਇਹ ਸਾਡੀਆਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਰੁਕਾਵਟ ਖੜੀ ਕਰ ਰਹੀ ਹੈ। ਅਤੇ ਪੂਰਨ ਸਿੰਘ ਵੱਖਰੀ ਤਰ੍ਹਾਂ ਦਾ ਬੰਦਾ ਸੀਗਾ, ਅਤੇ ਉਹਦੇ ਹੁਣ ਉਹਦੇ ਅੰਦਰ ਜਿਹੜੀਆਂ ਚੀਜ਼ਾਂ ਚੱਲਦੀਆਂ ਆ, ਉਹ ਸਾਹਿਤ ਨੂੰ ਕਿਵੇਂ ਦੇਖਦਾ ਆ, ਉਹ ਸੱਭਿਅਤਾਵਾਂ ਨੂੰ ਕਿਵੇਂ ਦੇਖਦਾ ਆ, ਅਤੇ ਉਹਦੀ ਇੰਨੀ ਸਮਰੱਥਾ ਆ ਕਿ ਉਹ ਇੱਕੋ ਵੇਲੇ ਧਰਤੀ, ਅਸਮਾਨ, ਪਹਾੜ, ਚੰਨ, ਤਾਰੇ, ਸੂਰਜ, ਸੱਭਿਅਤਾਵਾਂ ਦਾ ਸਫ਼ਰ, ਇਤਿਹਾਸ, ਇਹਨੂੰ ਸਾਰੇ ਕੁਝ ਨੂੰ ਪਿਘਲਾ ਕੇ ਗੀਤ ਬਣਾ ਸਕਦਾ। ਇੰਨੀ ਤਾਕਤ ਹੈ ਉਹਦੇ ਵਿੱਚ। ਇਹ ਤਾਕਤ ਜਦ ਜਿਹੜੇ ਵੀ ਸ਼ਾਇਰ ਦੇ ਹਿੱਸੇ ਆ ਗਈ ਉਹ ਸ਼ਾਇਰ ਨੇ ਵੱਡਾ ਬਣਨਾ ਹੀ ਬਣਨਾ, ਅਤੇ ਜਿਸ ਜ਼ਬਾਨ ਦੇ ਵਿੱਚ ਇਹ ਤਾਕਤ ਆ ਗਈ, ਜਿਸ ਜ਼ਬਾਨ ਦੇ ਸ਼ਾਇਰਾਂ ਦੇ ਕੋਲ ਇਹ ਤਾਕਤ ਹੋਏਗੀ, ਉਸ ਜ਼ਬਾਨ ਦੀ ਬੁਲੰਦੀ ਨੂੰ ਕੌਣ ਰੋਕ ਸਕੇਗਾ। ਤੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਦੁਬਾਰਾ ਤੋਂ ਇਹਨਾਂ ਚੀਜ਼ਾਂ ਦੀ ਨੇੜਤਾ ਵਿੱਚ ਵਿਚਰਨਾ ਪਏਗਾ ਅਤੇ ਇਹਨਾਂ ਚੀਜ਼ਾਂ ਨੂੰ ਹੰਢਾਉਣਾ ਪਏਗਾ। ਤੋ ਇਹ ਕਿਤਾਬਾਂ 'ਚ ਨਾ ਰਹਿ ਜਾਣ, ਇਤਿਹਾਸ ਅਤੇ ਵਿਰਸੇ 'ਚ ਨਾ ਰਹਿ ਜਾਣ, ਹੁਣ ਲੈ ਕੇ ਆਉਣਾ, ਹੁਣ ਇਹਨੂੰ ਜਿਹੜਾ ਜਿਉਂਦਾ ਕਰਨਾ ਵਾਈਸ ਚਾਂਸਲਰ ਸਾਹਿਬ ਕਹਿ ਕੇ ਗਏ ਨੇ, ਉਹ ਸਾਡੀ ਜ਼ਿੰਮੇਵਾਰੀ ਹੈ। ਤੋ ਕਈ ਵਾਰੀ ਬੰਦੇ ਉੱਦਾਂ ਹੀ ਗੱਲਾਂ ਨਾ ਵਾਚੀ ਕਰਨ ਲੱਗ ਪੈਂਦੇ ਨੇ ਅਤੇ ਗੱਲ ਕੱਖ ਵੀ ਨਹੀਂ ਹੁੰਦੀ, ਥੋੜ੍ਹਾ ਜਿਹਾ ਉੱਦਮ ਹੀ ਕਰਨ ਦੀ ਲੋੜ ਹੁੰਦੀ ਹੈ, ਗੱਲਾਂ ਸਭ ਕੁਝ ਹੋ ਸਕਦੀਆਂ ਹੁੰਦੀਆਂ ਅਤੇ ਤੁਸੀਂ ਕਰਕੇ ਦਿਖਾਉਣਾ ਹੈ। ਹੁਣ ਉਹਦੇ ਵਿੱਚ ਜਿਹੜਾ ਪਾਸੇ ਪੂਰਨ ਸਿੰਘ ਦਾ ਅਨੁਭਵ ਆ, ਉਹਦੇ ਵਿੱਚ ਇੱਕ ਹੋਰ ਚੀਜ਼ ਬੜੀ ਵਧੀਆ, ਅੰਗਰੇਜ਼ੀ 'ਚ ਉਹਨੂੰ ਸਪੋਂਟੇਨਿਟੀ ਕਹਿ ਸਕਦੇ ਹਾਂ, ਪੰਜਾਬੀ 'ਚ ਆਪਾਂ ਉਹਨੂੰ ਆਪ ਮੁਹਾਰਾਪਣ ਕਹਿ ਸਕਦੇ। ਉਹ ਸਾਡੇ ਜਿਹੜੇ ਪੁਰਾਣੇ ਸੀਗੇ ਬੰਦੇ, ਉਹਨਾਂ ਨੇ ਸਾਡੀ ਪੰਜਾਬੀ ਜ਼ਬਾਨ ਨੂੰ ਇਹੋ ਜਿਹੀ ਬਣਾਤਾ ਵੀ ਇੱਕ ਸੈਮੀਨਾਰ ਸੀਗਾ ਅਤੇ ਜਦੋਂ ਵਿਦਿਆਰਥੀ, ਅਤੇ ਉਹ ਸੈਮੀਨਾਰ ਦੇ ਵਿੱਚ ਪੰਜਾਬੀ ਆਲੋਚਕ 5-7 ਬੋਲੇ, ਉਹਦੇ 'ਚ ਪਾਕਿਸਤਾਨ ਤੋਂ ਕੋਈ ਸਾਡੇ ਸੱਜਣ ਆਏ ਹੋਏ ਸੀ, ਉਹ ਪਾਕਿਸਤਾਨ ਦੀ ਜਿਹੜੀ ਪੰਜਾਬੀ ਬੋਲੀ ਹੈ ਸ਼ਾਇਦ ਤੁਸੀਂ ਹੁਣ ਵੀ ਸੁਣ ਲਓ ਅਤੇ ਅਜੇ ਵੀ ਫਰਕ ਹੈ ਉਹਦਾ। ਤੋ ਇੱਕ ਅਦੀਬ ਉੱਥੋਂ ਦਾ ਉੱਠਿਆ, ਉਹਦੀ ਵਾਰੀ ਸੀ ਕਿ ਜਦੋਂ ਬੋਲਣ ਦੀ, ਉਹ ਚੁੱਪ ਕਰਕੇ ਵਿਚਾਰਾ ਸੁਣਦਾ ਰਿਹਾ, ਉਹ ਕਹਿੰਦਾ ਭਲਿਓ ਲੋਕੋ, ਮੈਨੂੰ ਮੇਰੀ ਸਿਰਫ ਇੱਕੋ ਹੀ ਤੁਹਾਨੂੰ ਇਲਤਜਾ ਹੈ, ਗੁਜ਼ਾਰਿਸ਼ ਹੈ, ਬੇਨਤੀ ਹੈ ਵੀ ਆ ਜੋ ਕੋਈ ਤੁਸੀਂ ਇੱਥੇ ਬੋਲਿਆ ਇਹ ਮੈਨੂੰ ਪੰਜਾਬੀ 'ਚ ਬੋਲ ਕੇ ਦੱਸੋ। ਭਾਵ ਕਿ ਉਹ ਜਿਹੜੀ ਉਹ ਆਲੋਚਕ ਜਿਹੜੀ ਬੋਲੀ ਵਰਤ ਰਹੇ ਸੀਗੇ ਉਹਦੇ ਵਿੱਚ ਪੰਜਾਬੀ ਕੁਝ ਵੀ ਨਹੀਂ ਸੀ, ਨਾ ਵਾਕ ਬਣਤਰ, ਨਾ ਸ਼ਬਦਾਵਲੀ, ਅਤੇ ਨਾ ਹੀ ਅਹਿਸਾਸ, ਹੋਰ ਜੋ ਕੁਛ ਵੀ ਭਾਸ਼ਾ 'ਚ ਹੁੰਦਾ। ਤੋ ਪਾਕਿਸਤਾਨ ਸਿਰਫ ਇੱਕ ਸ਼ਰਾਬੀ ਬੰਦੇ ਰਾਤ ਨੂੰ ਲੀਕ ਵਾਹਤੀ ਅਤੇ ਉਹਦੇ ਨਾਲ ਹੀ ਬਣ ਗਿਆ, ਦੇਖੋ ਹੋਰ ਬਹੁਤ ਕੁਛ ਉਹਦੇ ਵਿੱਚ। ਅਤੇ ਉਸ ਲੀਕ ਤੋਂ ਪਰਲੇ ਬੰਦੇ ਜਿਹੜੇ ਬੰਦੇ ਰਹਿ ਰਹੇ, ਉਹ ਕੰਧ 'ਤੇ ਕੋਈ ਹੈ ਨਹੀਂ, ਉਹਨਾਂ ਦੀ ਕੋਈ ਆਪਣੀ ਜ਼ਬਾਨ ਦੇ ਨਾਲ ਸਾਂਝ ਸਾਡੇ ਨਾਲੋਂ ਵੱਖਰੀ ਹੈ, ਅਤੇ ਉਹ ਬੰਦੇ ਨੇ ਉਸ ਚੀਜ਼ ਨੂੰ ਪਛਾਣ ਲਿਆ ਵੀ ਇਹ ਜੋ ਬੰਦੇ ਬੋਲ ਰਹੇ ਪੰਜਾਬੀ ਦੇ ਵਿੱਚ ਇਹ ਪੰਜਾਬੀ ਤਾਂ ਨਹੀਂ ਹੈ ਘੱਟੋ ਘੱਟ। ਅਤੇ ਉਹ ਕਹਿੰਦਾ ਮੇਰੀ ਇੱਕੋ ਬੇਨਤੀ ਹੈ, ਸਾਰਾ ਕੁਛ ਪੰਜਾਬੀ 'ਚ ਦੱਸੋ। ਤੋ ਇਸ ਕਰਕੇ ਬਸ ਪੂਰਨ ਸਿੰਘ ਦੀ ਸ਼ਖਸੀਅਤ ਬਾਰੇ ਜਿਹੜਾ ਜੋ ਕੁਛ ਕਿਹਾ ਕੁਆ ਜਾਂਦਾ, ਕਈ ਵਾਰੀ ਉਹ ਇਹੋ ਜਿਹੀ ਭਾਸ਼ਾ 'ਚ ਕਿਹਾ ਜਾਂਦਾ ਵੀ ਉਹ ਸਾਨੂੰ ਸਮਝ ਨਹੀਂ ਲੱਗਦੀ ਵੀ ਕਹਿ ਕੀ ਰਹੇ ਨੇ। ਤੋ ਬੜਾ ਸਾਦਾ ਜਿਹਾ ਲਫ਼ਜ਼ ਹੈ ਸਾਡੇ ਕੋਲ ਆਪ ਮੁਹਾਰਾਪਣ, ਜਿਵੇਂ ਡਾਕਟਰ ਸਾਹਿਬ ਦੀਆਂ ਗੱਲਾਂ 'ਚੋਂ ਮੈਂ ਬੜਾ ਸਿੱਖ ਰਿਹਾ ਸੀਗਾ ਕਿਉਂਕਿ ਮੈਂ ਬੜਾ ਸਮਾਂ ਨਹੀਂ ਦੇ ਸਕਿਆ, ਇਹਨੂੰ ਪੜ੍ਹ ਨਹੀਂ ਸਕਿਆ, ਮੈਂ ਤੁਹਾਨੂੰ ਪੁਰਾਣੀਆਂ ਗੱਲਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿਹੜੇ ਪੂਰਨ ਸਿੰਘ ਬਾਰੇ ਮੈਨੂੰ ਪਤਾ, ਅਤੇ ਮੈਂ ਸੋਚ ਰਿਹਾ ਵੀ ਇੱਥੋਂ ਕੋਈ ਨੁਕਤਾ ਲੱਭ ਜੇ। ਤੋ ਇਹ ਆ ਵੀ ਜਿਹੜਾ ਸਹਿਜ ਰੂਪ ਵਿੱਚ ਸਾਡਾ ਸ਼ਬਦ ਭੰਡਾਰ ਹੈ, ਜਾਂ ਕਹਿ ਲਓ ਕਿ ਜਿਵੇਂ ਦਰਿਆ ਵਗਦਾ,
ਉਹਦੀ ਜਿਹੜੀ ਰਵਾਨੀ ਹੈ, ਪ੍ਰੋਫੈਸਰ ਪੂਰਨ ਸਿੰਘ ਜਦੋਂ ਕਵਿਤਾ ਲਿਖਦਾ ਹੈ ਤਾਂ ਉਹਦੇ ਅੰਦਰ ਭਾਸ਼ਾ ਇਵੇਂ ਰਵਾਂ ਹੁੰਦੀ ਹੈ, ਆਪ ਮੁਹਾਰੇ ਰੂਪ ਵਿੱਚ ਸ਼ਬਦ, ਅਤੇ ਸ਼ਬਦਾਂ ਦੀ ਥੋੜ੍ਹ ਕੋਈ ਨਹੀਂ, ਨਵੇਂ ਨਵੇਂ ਸ਼ਬਦ ਅਤੇ ਬਿਲਕੁਲ ਜੇ ਕਹਿ ਲਓ ਕਿ ਸਹੀ ਸ਼ਬਦ, ਅੰਗਰੇਜ਼ੀ ਵਾਲਿਆਂ ਨੂੰ ਐਪਰੋਪਰੀਏਟ ਕਹਿ ਲੈਂਦੇ, ਜਿਹੜੇ ਉਹਨੂੰ ਪੂਰੀ ਤਰ੍ਹਾਂ ਢੁੱਕਵੇਂ ਨੇ, ਉਹ ਸ਼ਬਦ ਉਹ ਲਿਖਦਾ ਅਤੇ ਉਹ ਇੰਨੇ ਵੱਖਰੇ ਅਤੇ ਇੰਨੇ ਨਿਆਰੇ ਰੂਪ ਵਿੱਚ ਸਾਡੇ 'ਤੇ ਅਸਰ ਪਾਉਂਦੇ ਨੇ ਵੀ ਕਮਾਲ ਹੋ ਜਾਂਦੀ। ਹੁਣ ਇਹ ਜਿਹੜੀ ਉਹਨੂੰ ਇਹ ਮਿਲੀ ਆ ਆਪ ਮੁਹਾਰਤਾ, ਅਤੇ ਸਾਡੇ ਬੰਦਿਆਂ ਨੇ ਇਸ ਆਪ ਮੁਹਾਰਤਾ ਦੀ ਵਡਿਆਈ ਜਾਂ ਇਹਦੀ ਸਿਫਤ ਜਾਂ ਕਹਿ ਲਓ ਕਿ ਇਹਦੀ ਉੱਚਤਾ ਅਤੇ ਸੁੱਚਤਾ ਨੂੰ ਸਥਾਪਿਤ ਕਰਨ ਦੀ ਬਜਾਏ ਉਹਨੂੰ ਅਲਬੇਲਾ ਕਵੀ ਕਹਿ ਕੇ ਅਤੇ ਪਾਸੇ ਕਰਤਾ। ਹੁਣ ਇਹ ਕਈ ਵਾਰੀ ਕਿਸੇ ਨੂੰ ਇੱਕ ਲਫ਼ਜ਼ ਦੇ ਨਾਲ ਵੀ ਰੱਦ ਕਰਕੇ ਸੁੱਟਿਆ ਜਾ ਸਕਦਾ ਅਤੇ ਸੁੱਟਿਆ ਗਿਆ, ਅਤੇ ਤੁਸੀਂ ਬੜੇ ਭਾਗਾਂ ਵਾਲੇ ਹੋ। ਅਤੇ ਅਸੀਂ ਬਹੁਤ ਕੁਛ ਐਸਾ ਐਜ਼ ਵਿਦਿਆਰਥੀ ਨਾਤੇ ਬਰਦਾਸ਼ਤ ਕਰਨਾ ਪਿਆ ਜਿਹੜਾ ਅਸੀਂ ਚਾਹੁੰਦੇ ਹੋਰ ਕੋਈ ਨਾ ਕਰੇ। ਅਤੇ ਜਿਹੜੀ ਜਦੋਂ ਅਸੀਂ ਮੁਹੱਬਤ ਕਰਦੇ ਸੀਗੇ ਸਾਡੇ ਸਾਹਮਣੇ ਉਹਨਾਂ ਦੀ ਬਦਖੋਈ ਕੀਤੀ ਜਾਂਦੀ ਸੀ, ਉਹਨਾਂ ਨੂੰ ਰੱਦ ਕੀਤਾ ਜਾਂਦਾ। ਚਲੋ ਭਾਅ ਜੀ ਨੇ ਕਿਹਾ ਨੈਗੇਟਿਵ ਗੱਲਾਂ ਨਹੀਂ ਕਰਨੀਆਂ ਤਾਂ ਆਪਾਂ ਨਹੀਂ ਕਰਨੀਆਂ। ਅਤੇ ਹੁਣ ਉਹਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਘੜਨ ਦੇ ਵਿੱਚ ਜਿਹੜੀ ਚੀਜ਼ਾਂ ਕੰਮ ਕਰਦੀਆਂ ਨੇ ਉਹਨੇ ਕਿ ਉਹ ਪੋਠੋਹਾਰ 'ਚ ਜੰਮਿਆ ਪਲਿਆ। ਪੋਠੋਹਾਰ ਦਾ ਪੰਜਾਬ ਦੇ ਸਾਰੇ ਸੱਭਿਆਚਾਰ ਦੇ ਵਿੱਚ ਬੜਾ ਮਹੱਤਵਪੂਰਨ, ਸਿਆਲਕੋਟ ਦਾ ਪੋਠੋਹਾਰ ਦਾ ਇਹ ਜਿਹੜਾ ਖਿੱਤਾ ਆ, ਅੱਜ ਵੀ ਜਿਹੜੇ ਜੀਓ ਪੋਲੀਟਿਕਸ ਨੂੰ ਸਮਝਣ ਵਾਲੇ ਬੰਦੇ ਉਹਨਾਂ ਨੂੰ ਵੀ ਪਤਾ ਇਹਦੀ ਕੀ ਮਹੱਤਤਾ ਆ, ਭਾਸ਼ਾ ਵਾਲਿਆਂ ਨੂੰ ਪਤਾ ਇਹਦੀ ਕੀ ਮਹੱਤਤਾ ਹੈ, ਸੱਭਿਆਚਾਰ ਵਾਲਿਆਂ ਨੂੰ ਕੀ ਮਹੱਤਤਾ, ਚਲੋ ਜਿਹਨਾਂ ਨਹੀਂ ਪਤਾ ਉਹ ਪਤਾ ਕਰ ਲੈਣ, ਪਤਾ ਹੋਣਾ ਚਾਹੀਦਾ। ਤਾਂ ਉਹ ਬੜਾ ਮਹੱਤਵਪੂਰਨ ਹੈ, ਉਹਦੇ ਡੀਲ ਡੋਲ 'ਤੇ ਵੀ ਉਹਦਾ ਅਸਰ ਸੀਗਾ ਉਸ ਇਲਾਕੇ ਦਾ। ਅਤੇ ਸਭ ਤੋਂ ਵੱਡਾ ਅਸਰ ਜਿਹੜਾ ਹੋਇਆ ਸੀ ਕਿ ਉਹ ਇਲਾਕਾ ਇਹੋ ਜਿਹਾ ਇਲਾਕਾ ਸੀ ਜਿੱਥੇ ਈਸਟ ਅਤੇ ਵੈਸਟ ਮਿਲਦੇ ਆ, ਕਹਿ ਲਓ ਜਿਹੜੀ ਯੂਨਾਨੀ ਅਸਥੈਟਿਕ ਹੈ, ਜਿਹੜੀ ਗੰਧਾਰ ਦੀ ਹੈਗੀ ਆ ਮੂਰਤੀਕਾਰੀ ਦੀ ਵਿੱਦਿਆ ਆ, ਉਹ ਉਸ ਏਰੀਏ ਵਿੱਚ ਫੈਲੀ ਪਨਪੀ। ਉੱਥੇ ਯੋਗ ਦਾ ਵੱਡਾ ਕੇਂਦਰ ਸੀਗਾ, ਉੱਥੇ ਹਿੰਦੁਸਤਾਨ ਦਾ ਜਿਹੜਾ ਵਿੱਦਿਆ ਦਾ ਵੱਡਾ ਕੇਂਦਰ ਸੀਗਾ। ਜਿਹੜਾ ਟਕਸ਼ੀਲ ਹੈ ਉਹ ਟੱਕ ਲਾਉਣ ਤੋਂ ਬਣਿਆ, ਟੱਕ ਲਾਉਂਦੇ ਨਾ ਜਾਂ ਸ਼ੈਣੀ ਦੇ ਨਾਲ ਪੱਥਰ 'ਚ ਟੱਕ ਲਾਉਂਦੇ ਆਪਾਂ, ਮੇਰੀ ਸਮਝ ਇਹ ਕਹਿੰਦੀ ਹੈ, ਰਿਆਲ ਸਾਹਿਬ ਦੀ ਸ਼ਾਇਦ ਇਹ ਕਹਿੰਦੀ ਹੋਵੇ, ਮੈਂ ਨਹੀਂ ਕਹਿੰਦਾ ਮੈਂ ਰਿਆਲ ਸਾਹਿਬ ਜਿੰਨਾ ਸਿਆਣਾ, ਪਰ ਮੈਨੂੰ ਲੱਗਦਾ ਵੀ ਸ਼ਾਇਦ ਉਹ ਟਕਸ਼ੀਲ ਟੱਕ ਤੋਂ ਹੀ ਬਣਿਆ। ਉਹ ਟੱਕ ਟੱਕ ਉਹ ਕਰਦੇ ਨਾ ਜਿਹੜਾ ਮੂਰਤੀ ਘੜਦੇ ਆ, ਤਾਂ ਉਸ ਤਰ੍ਹਾਂ ਉੱਥੇ ਟਕਸ਼ੀਲਾ ਸੀਗੀ, ਉੱਥੇ ਉਹ ਯੂਨੀਵਰਸਿਟੀ ਸੀਗੀ। ਉਹ ਏਰੀਆ ਉਹ ਖੇਤਰ ਆ ਜਿਹਦੇ ਵਿੱਚ ਈਸਟ ਅਤੇ ਵੈਸਟ ਮਿਲ ਰਹੇ ਆ, ਜਿੱਥੇ ਉਹ ਯੂਨਾਨੀ ਜਿਹੜੇ ਲੋਕ ਸੀਗੇ ਜੋ ਸਿਕੰਦਰ ਇੱਥੇ ਆਇਆ, ਤਾਂ ਬਹੁਤ ਸਾਰੇ ਲੋਕ ਇੱਥੇ ਰਹਿ ਵੀ ਗਏ। ਤੋ ਜੰਗਲੀਆਂ ਜਿਹੜੇ ਉੱਥੋਂ ਦੇ ਜੰਗਲੀਆਂ ਨਾਲ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਦਾ ਜਦੋਂ ਤੁਸੀਂ ਵਿਹਾਰ ਪੜੋਗੇ ਉਹ 'ਚ ਉਹਨੇ ਪੂਰਨ ਸਿੰਘ ਨੇ ਲਿਖਿਆ ਵੀ ਇਹ ਉਹੀ ਨੇ ਯੂਨਾਨੀ ਲੋਕ ਹੀ ਨੇ ਜਿਨ੍ਹਾਂ ਨੇ ਇੱਥੋਂ ਦੀਆਂ ਔਰਤਾਂ ਨੂੰ ਵਿਆਹ ਕਰਾ ਲਏ ਅਤੇ ਨਵੀਂ ਨਸਲ ਪੈਦਾ ਹੋ ਗਈ ਜਿਹਨਾਂ ਨੂੰ ਜੰਗਲੀ ਕਹਿੰਦੇ ਸੀ। ਅਤੇ ਹੁਣ ਜਿਹੜਾ ਇਹ ਪੋਠੋਹਾਰ ਦਾ ਏਰੀਆ ਸੀਗਾ ਇਹਦੇ ਵਿੱਚੋਂ ਬਹੁਤ ਕੁਛ ਚੀਜ਼ਾਂ ਅੱਜ ਵੀ ਸਾਡੇ ਜਿਹੜੇ ਨਾਚ ਨੇ ਜਾਂ ਸਾਡੇ ਬੋਲੀ ਆ ਅਤੇ ਹੋਰ ਕਈ ਚੀਜ਼ਾਂ 'ਚ ਉੱਥੋਂ ਦੀ ਚੀਜ਼ਾਂ ਚੱਲਦੀਆਂ ਨੇ। ਤਾਂ ਉਹ ਪੂਰਨ ਸਿੰਘ ਦੀ ਜਿਹੜੀ ਸੋਹਜ ਦੀ ਪਿੱਠ ਭੂਮੀ ਹੈ ਉਹ ਉਹਦੇ ਨਾਲ ਜੁੜਦੀ ਹੈ ਅਤੇ ਉਹਦੇ ਸੋਹਜ ਦੇ ਵਿੱਚ ਉਹਨਾਂ ਚੀਜ਼ਾਂ ਦਾ ਅਸਰ ਸੀਗਾ। ਹੁਣ ਉਹ ਬੋਧੀਆਂ ਦਾ ਵੀ ਕੇਂਦਰ ਸੀਗਾ, ਹੁਣ ਦੋ ਤਿੰਨ ਕੇਂਦਰ ਉੱਥੇ ਇਕੱਠੇ ਹੋ ਰਹੇ, ਹਿੰਦੁਸਤਾਨ ਦਾ ਵਿੱਦਿਆ ਦਾ ਕੇਂਦਰ, ਬੁੱਧ ਦਾ ਉਹ ਕੇਂਦਰ ਬਣਿਆ, ਨਾਥ ਜੋਗੀਆਂ ਦਾ ਵੀ ਉਹ ਕੇਂਦਰ ਬਣਿਆ, ਅਤੇ ਯੂਨਾਨੀ ਅਤੇ ਹਿੰਦੁਸਤਾਨੀ ਸੱਭਿਅਤਾਵਾਂ ਦੇ ਮੇਲ ਜੋੜ ਦਾ ਵੀ ਉਹ ਕੇਂਦਰ ਬਣਿਆ। ਤਾਂ ਉਹਦੀ ਜਿਹੜੀ ਸ਼ਖਸੀਅਤ ਦੀ ਉਸਾਰੀ ਹੋ ਰਹੀ ਉਹਦੇ ਪਿੱਛੇ ਇਹ ਚੀਜ਼ਾਂ ਸੂਖਮ ਰੂਪ ਵਿੱਚ ਕਾਰਜਸ਼ੀਲ ਨੇ, ਜਦੋਂ ਤੁਸੀਂ ਇਹਦਾ ਅਧਿਐਨ ਕਰੋਗੇ ਬਰੀਕੀ ਵਿੱਚ ਤੁਹਾਨੂੰ ਲੱਭ ਜਾਣਗੀਆਂ। ਉਹ ਇਹਦੇ ਕਰਕੇ ਹੁਣ ਜਦੋਂ ਆਪਾਂ ਪ੍ਰੋਫੈਸਰ ਪੂਰਨ ਸਿੰਘ ਦੇ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਸਾਹਿਤ ਦੇ ਵਿੱਚ, ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ। ਤਾਂ ਹੁਣ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਿਉਂ ਮਾਰਦਾ? ਕਿਉਂਕਿ ਉਹਨੂੰ ਦਿਸ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਨਫ਼ਰਤ ਦੀ ਹਨੇਰੀ ਵਗ ਰਹੀ ਹੈ। ਇਸ ਨਫ਼ਰਤ ਨੇ ਜਿਹੜਾ ਇਹ ਦੋ ਕੌਮੀ ਸਿਧਾਂਤ ਲੈ ਆਉਂਦਾ, ਇਹਦੇ 'ਚ ਦੋ ਵੱਖਰੇ ਵੱਖਰੇ ਮੁਲਕ ਬਣ ਜਾਣੇ ਆ ਅਤੇ ਪੰਜਾਬ ਦੀ ਹਿੱਕ ਤੇ ਲਕੀਰ ਵੱਜ ਜਾਣੀ ਹੈ। ਅਤੇ ਇਹਨਾਂ ਦੀਆਂ ਜਿਹੜੀਆਂ ਵੱਡੀਆਂ ਸਾਂਝ ਦੀਆਂ ਥਾਵਾਂ ਨੇ ਉਹ ਵੰਡੀਆਂ ਜਾਣੀਆਂ ਨੇ, ਉਹਨੂੰ ਦਿਸ ਰਿਹਾ ਸੀਗਾ। ਜਿਹੜੀ ਉਹਨੇ ਸਾਈਮਨ ਨੂੰ ਕਮਿਸ਼ਨ ਨੂੰ ਚਿੱਠੀ ਜੌਨ ਸਾਈਮਨ ਚਿੱਠੀ ਲਿਖੀ ਸੀਗੀ
ਉਹ 'ਚੋਂ ਲਿਖਿਆ ਵੀ ਜੇ ਇਹੋ ਕੁਝ ਚੱਲਦਾ ਰਿਹਾ ਤਾਂ ਸਿੱਖ ਆਪਣੇ ਵੱਖਰੇ ਰਾਜ ਦੀ ਮੰਗ ਕਰਨਗੇ, ਤੋ ਕਿੰਨੇ ਚਿਰ ਬਾਅਦ ਸਿੱਖਾਂ ਨੇ ਕੀਤੀ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜਾ ਫਾਰ ਸਾਈਟਡਨੈਸ ਆ, ਬਹੁਤ ਦੂਰ ਤੱਕ ਦੇਖ ਲੈਣਾ, ਇਹ ਬਸ ਪੂਰ ਸਿੰਘ ਦੇ ਹਿੱਸੇ ਆਇਆ ਸੀਗਾ ਅਤੇ ਉਹ ਦੇਖ ਰਿਹਾ ਸੀਗਾ। ਅਤੇ ਜੇ ਤਾਂ ਜੀਨੀਅਸ ਦਾ ਮਤਲਬ ਵੀ ਇਹ ਹੁੰਦਾ, ਆਪਾਂ ਉਹਨੂੰ ਜੇ ਜੀਨੀਅਸ ਕਹੀਏ, ਵੱਡੀ ਪ੍ਰਤਿਭਾ ਕਹੀਏ, ਉਹਦਾ ਮਤਲਬ ਵੀ ਇਹ ਹੁੰਦਾ ਵੀ ਆਉਣ ਵਾਲੇ ਕਈ ਸਾਲਾਂ ਨੂੰ ਦੇਖ ਕੇ ਆਪਣੇ ਬੰਦਿਆਂ ਨੂੰ ਦੱਸੇ ਜਾਂ ਆਪਣੇ ਆਲੇ ਦੁਆਲੇ ਨੂੰ ਦੱਸੇ ਵੀ ਇਹ ਜੋ ਆਉਣ ਵਾਲਾ ਸਮਾਂ ਆ ਉਹ ਇਸ ਖਿੱਤੇ ਲਈ, ਇੱਥੋਂ ਦੇ ਲੋਕਾਂ ਦੇ ਲਈ ਕਿਹੋ ਜਿਹਾ ਹੋਏਗਾ। ਤੋ ਉਹਨੇ ਮਹਿਸੂਸ ਕਰ ਲਿਆ ਸੀਗਾ, ਉਹਦੀ ਸ਼ਖਸੀਅਤ ਦੇ ਘੜਨ ਵਿੱਚ ਜਿੱਦਾਂ ਕੰਮ ਕਰ ਰਹੀਆਂ ਸੀਗੀਆਂ। ਅਤੇ ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਮਹੱਤਵਪੂਰਨ ਜਿਹੜਾ ਉਹਦੀ ਜ਼ਿੰਦਗੀ 'ਚ ਜਿਹੜਾ ਬਦਲਾਅ ਆ ਉਹ ਇਸ ਕੇ ਜਦੋਂ ਜਪਾਨ ਗਿਆ। ਅਤੇ ਜਪਾਨ ਦੇ ਵਿੱਚ ਭਾਵੇਂ ਕਿ ਬੋਧੀ ਅਸਥੈਟਿਕ ਵੀ ਸੀਗੀ, ਪਰ ਜਪਾਨ ਦਾ ਇਹ ਕੋਈ ਆਪਣਾ ਜਿਵੇਂ ਸਾਡਾ ਪੰਜਾਬ ਦਾ ਇੱਕ ਵਿਲੱਖਣਤਾ ਵਾਲਾ ਖਾਸਾ ਆ, ਜਪਾਨ ਦਾ ਇੱਕ ਵਿਲੱਖਣਤਾ ਵਾਲਾ ਖਾਸਾ ਵੀ ਸੀਗਾ। ਜਪਾਨੀ ਘਰ, ਜਪਾਨੀ ਔਰਤਾਂ, ਉਹਨਾਂ ਦਾ ਸੱਭਿਆਚਾਰ, ਉਹ ਜਿਹੜੇ ਕੱਪੜੇ ਪਾਉਂਦੇ ਸੀਗੇ, ਜਿਵੇਂ ਉਹ ਮਹਿਮਾਨ ਦੇ ਨਾਲ ਵਰਤਦੇ ਸੀਗੇ, ਆਪਣੇ ਘਰ ਨੂੰ ਉਹ ਜਿਵੇਂ ਦਾ ਮਰਿਆਦਾ ਦਿੰਦੇ ਸੀਗੇ, ਉਹਨਾਂ ਦਾ ਘਰ ਦੇ ਅੰਦਰ ਦਾਖਲ ਹੋਣ ਦਾ ਤਰੀਕਾ, ਘਰ ਦੇ ਅੰਦਰ ਸਮਾਨ, ਸਲੀਕਾ, ਕਰੀਨਾ, ਰਸੋਈ ਉਹਨਾਂ ਦੀ, ਅਤੇ ਉੱਥੋਂ ਦੀਆਂ ਔਰਤਾਂ ਅਤੇ ਮਰਦਾਂ ਦੇ ਆਪਸੀ ਸੰਬੰਧ, ਸਮਾਜ ਦੇ ਵਿੱਚ ਔਰਤ ਦਾ ਮਰਦ ਦਾ ਸਥਾਨ, ਸੱਭਿਅਤਾ ਬਾਰੇ ਉਹਨਾਂ ਦੀ ਪਹੁੰਚ, ਉਹ ਸਾਰਾ ਕੁਝ ਪੂਰਨ ਸਿੰਘ ਦੇ ਉੱਤੇ ਬਹੁਤ ਅਸਰ ਕਰਦਾ। ਖਾਸ ਤੌਰ 'ਤੇ ਜਿਹੜਾ ਉੱਥੋਂ ਦਾ ਚੈਰੀ ਦੇ ਉੱਤੇ ਆਉਣ ਵਾਲਾ ਖੇੜਾ ਆ, ਉਹਦੇ 'ਤੇ ਬਹੁਤ ਅਸਰ ਕਰਦਾ। ਤਾਂ ਵੈਸੇ ਪੂਰਨ ਸਿੰਘ ਦੀ ਜਿਹੜੀ ਪਰਸਨੈਲਿਟੀ, ਉਹਦੇ 'ਚ ਚੀਜ਼ਾਂ ਅਸਰ ਕਰ ਰਹੀਆਂ ਨੇ, ਜਿਹੜੀ ਉਹ ਕੁਦਰਤ ਨਾਲ ਉਹਦਾ ਸੰਬੰਧ ਹੈ, ਰਿਸ਼ਤਾ ਆ, ਉਹਦੀ ਅਸਥੈਟਿਕ ਨੂੰ ਘੜਦਾ, ਉਹਦੀ ਸੋਹਜ ਨੂੰ ਘੜਦਾ। ਇੱਥੋਂ ਫਿਰ ਉਹਦੀ ਆਪਾਂ ਕਹਿ ਸਕਦੇ ਜਿਹੜੀ ਕਵਿਤਾ ਦੀ ਸ਼ਬਦਾਵਲੀ ਹੈ, ਸਾਹਿਤ ਦੀ ਸ਼ਬਦਾਵਲੀ ਆ, ਉਹਦੀ ਭਾਸ਼ਾ ਆ, ਇਹ ਸਾਰਾ ਕੁਝ ਘੜਿਆ ਜਾਂਦਾ। ਤਾਂ ਮੈਂ ਤੁਹਾਨੂੰ ਮੁੱਢਲੇ ਰੂਪ ਵਿੱਚ ਮੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹਦੇ ਦੋ ਮੁੱਖ ਖੇਤਰ ਬਣ ਜਾਂਦੇ ਨੇ। ਇੱਕ ਹੈ ਕਿ ਉਹਦੇ ਵਿਚਾਰਾਂ ਦੇ ਪ੍ਰਵਾਹ ਨੂੰ ਕਿਹੜੀ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ, ਉਹਦੇ ਵਿਚਾਰਾਂ ਦੀਆਂ ਜਿਹੜੀਆਂ ਲੀਹਾਂ ਨੇ, ਤਰਜੀਹਾਂ ਨੇ, ਉਹ ਕਿੱਥੋਂ ਨਿਰਧਾਰਿਤ ਹੋ ਰਹੀਆਂ ਨੇ। ਦੂਸਰਾ ਆ ਕਿ ਉਹਦੀ ਜਿਹੜੀ ਸੋਹਜ ਦੀ ਬਣਤਰ ਆ, ਉਹਦੀਆਂ ਲੀਹਾਂ ਅਤੇ ਤਰਜੀਹਾਂ, ਕਹਿ ਲਓ ਕਿ ਅਸਥੈਟਿਕ ਪੈਟਰਨ ਅਤੇ ਥੋਟ ਪੈਟਰਨਸ ਕਿੱਥੋਂ ਨਿਰਧਾਰਿਤ ਹੋ ਰਹੇ ਨੇ, ਉਹਨਾਂ ਦੀ ਪਿੱਠ ਭੂਮੀ ਦੇ ਨਾਲ ਥੋੜ੍ਹਾ ਜਿਹਾ ਵਾਹ ਵਾਸਤਾ ਆਪਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤੋ ਹੁਣ ਮੈਂ ਤੁਹਾਨੂੰ ਕੁਝ ਸ਼ਖਸੀਅਤਾਂ ਦੇ ਨਾਂ ਗਣਾਉਂਦਾ ਹਾਂ ਜਿਹੜੀ ਉਹਦੀ ਜ਼ਿੰਦਗੀ 'ਚ ਆਈਆਂ। ਆਪਾਂ ਸਿੱਧਾ ਜਪਾਨ ਤੋਂ ਸ਼ੁਰੂ ਕਰਦੇ ਹਾਂ। ਸੋ ਜਪਾਨ ਦੇ ਵਿੱਚ ਉਹਨਾਂ ਦੀ ਮਿਲਣੀ ਹੋਈ ਓਕਾਕੂਰਾ ਦੀ। ਓਕਾਕੂਰਾ ਇੱਕ ਜਪਾਨੀ ਸੰਤ ਹੈ ਅਤੇ ਉਹਨੇ ਇੱਕ ਕਿਤਾਬ ਲਿਖੀ ਹੋਈ ਹੈ, ਦ ਬੁੱਕ ਆਫ ਟੀ, ਅੰਗਰੇਜ਼ੀ 'ਚ ਮਿਲਦੀ ਹੈ, ਜਪਾਨੀ ਨਾਂ ਮੈਨੂੰ ਉਹਦਾ ਪਤਾ ਨਹੀਂ, ਪੰਜਾਬੀ 'ਚ ਤਰਜਮਾ ਕਰਤਾ ਸ਼ਾਇਦ ਪੰਨੂ ਸਾਹਿਬ ਨੇ, ਚਾਹ ਨਾਮਾ ਉਹਦਾ ਹੀ ਹੈ, ਮੈਂ ਪੜ੍ਹਿਆ ਨਹੀਂ ਹਾਲੇ, ਸ਼ਾਇਦ ਉਹਦਾ ਹੀ ਹੋਵੇ, ਥੋੜ੍ਹਾ ਕਹਿੰਦੇ ਉਹਦਾ ਹੀ ਹੈ। ਤੋ ਚਾਹ ਨਾਮਾ ਓਕਾਕੂਰਾ ਨੇ ਲਿਖੀ, ਕਿਉਂਕਿ ਉਹ ਮੈਂ ਬਹੁਤ ਛੋਟਿਆਂ 'ਤੇ ਪੜ੍ਹੀ ਸੀਗੀ, ਉਹਦੇ ਵਿੱਚ ਸ਼ਾਇਦ 200 ਕਿਸਮ ਦੀ ਉਹਨਾਂ ਦੀ ਚਾਹ ਹੁੰਦੀ ਹੈ। ਚਾਹ ਪਿਉਣ ਲਈ ਉਹ ਇੱਕ ਸੈਰੇਮਨੀ ਕਰਦੇ ਆ, 8 ਖੂੰਜਿਆਂ ਵਾਲਾ ਇੱਕ ਕਮਰਾ ਬਣਿਆ ਹੁੰਦਾ ਲੱਕੜ ਦਾ, ਉਹਦੇ 'ਚ ਬਹਿ ਕੇ ਉਹ ਚਾਹ ਪੀਂਦੇ, ਅਤੇ ਚਾਹ ਦੀ ਬਹੁਤ ਜ਼ਿਆਦਾ ਉਹਨਾਂ 'ਚ ਜਸ਼ਨ ਵਾਂਗੂ ਉਹਨਾਂ ਦੇ 'ਚ ਇੱਕ ਮਹੱਤਤਾ ਹੈ। ਤੋ ਉਹ ਕਿਤਾਬ ਓਕਾਕੂਰਾ ਨੇ ਲਿਖੀ ਸੀਗੀ। ਓਕਾਕੂਰਾ ਜਪਾਨੀ ਸੰਤ ਹੈ ਅਤੇ ਓਕਾਕੂਰਾ ਨੂੰ ਡਾਕਟਰ ਗੁਰਭਗਤ ਸਿੰਘ ਵੀ ਅਤੇ ਪੂਰਨ ਸਿੰਘ ਵੀ ਕਹਿੰਦੇ ਨੇ ਕਿ ਉਹ ਈਸਟ ਅਤੇ ਵੈਸਟ ਦਾ ਸੁਮੇਲ ਹੈ। ਤੋ ਉੱਥੇ ਉਹ ਦੱਸ ਰਿਹਾ ਆ ਓਕਾਕੂਰਾ, ਪ੍ਰੋਫੈਸਰ ਆਪਣੇ ਡਾਕਟਰ ਪੂਰਨ ਸਿੰਘ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਉਹ ਕਿਸੇ ਮਹੱਤਤਾ ਦਾ ਧਾਰ ਨਹੀਂ ਮੰਨ ਰਿਹਾ, ਅਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਉਹ ਆਪਣੀ ਭੇਟਾ ਪੇਸ਼ ਕਰਦਾ, ਅਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਪੀਤੀ ਨਾ, ਅਖੀਰ ਤੱਕ ਉਹ ਮਹਿਸੂਸ ਕਰਦੇ ਰਹੇ ਕਿ ਮੈਂ ਉਹ ਕਿਉਂ ਨਹੀਂ ਪੀਤੀ, ਐਡੀ ਮੁਹੱਬਤ ਦੇ ਵਿੱਚੋਂ ਐਡੇ ਸੰਤ ਨੇ ਮੈਨੂੰ ਕੋਈ ਪਿਆਲਾ ਪੇਸ਼ ਕੀਤਾ ਸੀ ਅਤੇ ਮੈਨੂੰ ਪੀ ਲੈਣਾ ਚਾਹੀਦਾ। ਚਲੋ ਉਹਨਾਂ ਇਹਦਾ ਮਤਲਬ ਮੈਂ ਤੁਹਾਨੂੰ ਜਿਹੜਾ ਇਹ ਗੱਲ ਦੱਸ ਰਿਹਾ ਇਹਦਾ ਮਹੱਤਤਾ ਇਸ ਪੱਖ ਤੋਂ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਮਹੱਤਤਾ ਨੂੰ ਓਕਾਕੂਰਾ ਨੇ ਰਿਕੋਗਨਾਈਜ਼ ਕੀਤਾ। ਮੁੱਖ ਦੀ ਗੱਲ ਤਾਂ ਇਹੀ ਹੈ ਕਿ ਓਕਾਕੂਰਾ ਨੂੰ ਪਤਾ ਸੀ ਕਿ ਪੂਰਨ ਸਿੰਘ ਕੀ ਹੈ, ਕਿਉਂਕਿ ਓਕਾਕੂਰਾ ਵੀ ਧਰਮ ਦੇ ਵਿੱਚ ਬਹੁਤ ਉੱਚੀ ਪ੍ਰਤੀਤੀ ਸੱਤਿਆ ਦਾ ਮਾਲਕ ਸੀ, ਅਤੇ ਉਹਨੂੰ ਪਤਾ ਸੀ ਕਿ ਮੈਂ ਕਿਹਨੂੰ ਮੁਖਾਤਬ ਹੋ ਰਿਹਾ, ਕਿਹਨੂੰ ਮਿਲ ਰਿਹਾ। ਤਾਂ ਓਕਾਕੂਰਾ ਪ੍ਰੋਫੈਸਰ ਪੂਰਨ ਸਿੰਘ ਦਾ ਸਤਿਕਾਰ ਕਰਦੇ ਸਨ ਜਪਾਨ ਦੇ ਵਿੱਚ। ਦੂਸਰੀ ਸ਼ਖਸੀਅਤ ਜਿਹੜੀ ਆ ਉਹ ਹੈ ਸਵਾਮੀ ਰਾਮ ਤੀਰਥ। ਉਹ ਵੀ ਬਹੁਤ ਵੱਡੀ ਹਸਤੀ ਹੈ, ਮੈਥਮੈਟਿਕਸ ਦਾ ਉਹ ਟੀਚਰ ਸੀ, ਬਾਅਦ 'ਚੋਂ ਵਿਦਾਂਤੀ ਬਣ ਗਿਆ, ਅਤੇ ਬਹੁਤ ਹੀ
ਪ੍ਰਤੀਤੀ ਸੱਤਿਆ ਦਾ ਮਾਲਕ ਸੀ ਉਹ ਪੂਰਨ ਸਿੰਘ ਦੀ। ਮੈਂ ਤੁਹਾਨੂੰ ਉਹਦੀ ਕਹਾਣੀ ਦੱਸ ਦਿੱਤਾ, ਇੱਕ ਦੋ ਕਹਾਣੀ ਤੁਹਾਨੂੰ ਦੱਸੀਆਂ ਨੇ ਸਵਾਮੀ ਰਾਮ ਤੀਰਥ ਜੀ ਸੰਬੰਧੀ। ਉਹ ਵੀ ਪਾਸੇ ਪੂਰਨ ਸਿੰਘ ਦਾ ਬਹੁਤ ਸਤਿਕਾਰ ਕਰਦੇ ਸੀ ਸਵਾਮੀ ਰਾਮ ਤੀਰਥ। ਅਤੇ ਹੁਣ ਉਸ ਤੋਂ ਇਲਾਵਾ ਡਾਕਟਰ ਖੁਦਾਦਾਦ ਔਰ ਡਾਕਟਰ ਮੁਹੰਮਦ ਇਕਬਾਲ ਇਹ ਪਾਸੇ ਪੂਰਨ ਸਿੰਘ ਦੀਆਂ ਕਵਿਤਾਵਾਂ ਗਾ ਗਾ ਕੇ ਖੁਸ਼ੀ 'ਚ ਖੀਵੇ ਹੁੰਦੇ ਸੀ। ਇਹ ਉਹਦੀ ਕਦਰ ਨੂੰ ਜਾਣਦੇ ਸੀ, ਐਡੇ ਐਡੇ ਵੱਡੇ ਬੰਦੇ। ਅਤੇ ਇਹਨਾਂ ਤੋਂ ਇਲਾਵਾ ਚਲੋ ਆਪਾਂ ਆਖਰੀ ਕਰ ਦਿੰਦੇ ਕਿਉਂਕਿ ਆਪਾਂ ਸਮੇਟਣਾ ਵੀ ਆ। ਭਾਈ ਵੀਰ ਸਿੰਘ ਉਹ ਪਾਸੇ ਪੂਰਨ ਸਿੰਘ ਤੋਂ ਮੁਤਾਸਰ ਸੀ, ਉਹਨਾਂ ਦੀ ਮਹੱਤਤਾ ਨੂੰ ਜਾਣਦੇ ਸੀ ਅਤੇ ਇਸੇ ਕਰਕੇ ਉਹਨਾਂ ਨੇ ਉਹਨਾਂ ਦੇ ਪ੍ਰਥਾਏ ਕੁਝ ਉੱਚੇ ਬਚਨ ਬੋਲੇ ਅਤੇ ਫਿਰ ਪੂਰਨ ਸਿੰਘ ਸਾਰੀ ਉਮਰ ਉਹਨਾਂ ਦੇ ਚਰਨਾਂ 'ਚ ਬੈਠਾ ਰਿਹਾ। ਤਾਂ ਹੁਣ ਇਹ ਐਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਪੂਰਨ ਸਿੰਘ ਦੀ ਜ਼ਿੰਦਗੀ ਦੇ ਵਿੱਚ ਨੇ ਅਤੇ ਪੂਰਨ ਸਿੰਘ ਦਾ ਚੀਜ਼ਾਂ ਦੇ ਨਾਲ ਜੁੜਨ ਦਾ ਜਾਂ ਤਰੀਕਾ ਆ ਉਹ ਬਹੁਤ ਤੀਬਰਤਾ ਭਰਪੂਰ ਹੈ ਅਤੇ ਉਹ ਚੀਜ਼ਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਅਤੇ ਖੁਦ ਚੀਜ਼ਾਂ ਦੇ ਵਿੱਚ ਗਵਾਚ ਜਾਂਦਾ। ਤਾਂ ਹੁਣ ਜਿਹੜੇ ਐਡੇ ਐਡੇ ਵੱਡੇ ਬੰਦਿਆਂ ਨੂੰ ਮਿਲ ਰਿਹਾ ਤਾਂ ਇੰਝ ਤਾਂ ਨਹੀਂ ਨਾ ਕਹਿ ਸਕਦੇ ਕਿ ਉਹ ਇੰਨੇ ਬੰਦਿਆਂ ਨੂੰ ਮਿਲਿਆ ਅਤੇ ਇਹਨਾਂ ਤੋਂ ਭੇਜ ਰਿਹਾ। ਭਾਵ ਦੱਸਣ ਦਾ ਇਹ ਹੈ ਕਿ ਉਹਨੇ ਇੰਨੀਆਂ ਵੱਡੀਆਂ ਸ਼ਖਸੀਅਤਾਂ ਆਪਣੇ ਸਮੇਂ ਦੀਆਂ ਦਾ ਸਾਰ ਜਿਹੜਾ ਆ ਉਹ ਆਪਣੇ ਪਰਸਨੈਲਿਟੀ ਦੇ ਵਿੱਚ ਜਜ਼ਬ ਕਰ ਲਿਆ ਸੀ। ਉਹ ਇੰਨਾ ਕੁਛ ਉਹਨੇ ਖਿੱਚ ਲਿਆ ਸੀਗਾ ਚੀਜ਼ਾਂ ਔਰ ਉਹਦੇ ਉਹ ਕਰ ਸਕਦਾ ਸੀਗਾ ਅਤੇ ਉਹਨੇ ਕੀਤਾ। ਹੁਣ ਇਹਦੇ ਵਿੱਚੋਂ ਉਹਦਾ ਜਿਹੜਾ ਵਿਜ਼ਨ ਬਣਿਆ, ਜਿਹੜਾ ਉਹਦੀ ਦ੍ਰਿਸ਼ਟੀ ਬਣੀ ਦੁਨੀਆ ਨੂੰ ਦੇਖਣ ਦੀ, ਅਤੇ ਫਿਰ ਉਹਨੇ ਉਹ ਦ੍ਰਿਸ਼ਟੀ ਜਿਵੇਂ ਆਪਣੇ ਸਾਹਿਤ ਦੇ ਵਿੱਚ ਆਪਣੇ ਜੀਵਨ ਦੇ ਰਾਹੀਂ ਪੇਸ਼ ਕੀਤਾ, ਉਹਦੀ ਜਿਹੜੀ ਮੌਲਿਕ ਚੀਜ਼ ਆ ਸੁਭਾਅ ਦੇ ਤੌਰ 'ਤੇ ਉਹ ਹੈਗੀ ਆ ਆਜ਼ਾਦੀ। ਇਸੇ ਕਰਕੇ ਉਹਨੇ ਛੰਦ ਦੀ ਕੈਦ ਨਹੀਂ ਮੰਨੀ, ਉਹ ਛੰਦ ਨੂੰ ਵੀ ਕੈਦ ਮੰਨਦਾ। ਇੰਨਾ ਜ਼ਿਆਦਾ ਬੰਦਾ ਸੋਹਜ ਭਰਪੂਰ, ਇੰਨਾ ਸੂਖਮ ਕਿ ਛੰਦ ਨੂੰ ਵੀ ਕੈਦ ਮੰਨਦਾ ਆ ਬੰਦਾ, ਇੰਨਾ ਖੁਦਾਰ, ਇੰਨਾ ਅਣਖੀਲਾ ਬੰਦਾ ਕਿ ਵੱਡੇ ਵੱਡੇ ਰਾਜੇ ਉਹਨੂੰ ਲੈ ਕੇ ਜਾਂਦੇ, ਉਹ ਰਾਜਿਆਂ ਦੀ ਇੱਕ ਊਣਤਾ ਹੀ ਦੇਖਦਾ ਅਤੇ ਉਹਨਾਂ ਦੀ ਜੌਬ ਨੂੰ ਠੋਕਰ ਮਾਰ ਕੇ ਵਾਪਸ ਆ ਜਾਂਦਾ। ਪਟਿਆਲੇ ਵਾਲਿਆਂ ਦੀ ਨੌਕਰੀ ਛੱਡੀ ਉਹਨੇ ਕਿਸੇ ਗੱਲ ਕਰਕੇ, ਉਹਨੇ ਗਵਾਲੀਅਰ ਦੇ ਰਾਜੇ ਦੀ ਨੌਕਰੀ ਛੱਡੀ। ਗਵਾਲੀਅਰ ਦੇ ਰਾਜੇ ਨੂੰ ਉਹਨੇ ਕਿਹਾ, ਕਹਿੰਦਾ ਤੂੰ ਬੰਦਾ ਨਹੀਂ ਤੂੰ ਕੰਨ ਹੈ, ਇੱਕ ਗੱਲ ਕਹਿ ਕੇ ਉਹਨੂੰ ਵਾਪਸ ਆ ਗਿਆ। ਮਤਲਬ ਕੀ ਸੀ ਕਿ ਲੋਕ ਉਹਦੀ ਚੁਗਲੀ ਲਾਉਂਦੇ ਸੀ ਅਤੇ ਉਹ ਚੁਗਲੀ ਮੰਨ ਕੇ ਅਤੇ ਉਹਦੀ ਗੱਲ ਸੱਚ ਮੰਨ ਲੈਂਦਾ ਚੁਗਲਖੋਰ ਦੀ ਗੱਲ ਨੂੰ, ਅਤੇ ਪੂਰਨ ਸਿੰਘ ਨੂੰ ਉਹਦੇ ਬਾਰੇ ਸਵਾਲ ਕਰਦਾ ਸੀ ਕਿ ਤੂੰ ਇੱਦਾਂ ਕਰਦਾ, ਅਤੇ ਪੂਰਨ ਸਿੰਘ ਕਹਿੰਦਾ ਤੂੰ ਬੰਦਾ ਹੈ ਕਿ ਕੰਨ ਹੈ, ਤੈਨੂੰ ਕੋਈ ਸਮਝ ਨਹੀਂ ਹੈਗਾ ਤੂੰ ਕਿਹਦੇ ਨਾਲ ਗੱਲ ਕਰ ਰਿਹਾ। ਅਤੇ ਉਹ ਇੰਨਾ ਜ਼ਿਆਦਾ ਮਤਲਬ ਕਿ ਸੰਵੇਦਨਸ਼ੀਲ ਸੀ, ਅਤੇ ਜਦੋਂ ਉਹ ਮਜੀਠੀਆਂ ਦੀ ਫੈਕਟਰੀ 'ਚ ਗਿਆ ਤਾਂ ਉੱਥੇ ਵੀ ਉਹਦਾ ਕਮਰਾ ਉਹਨਾਂ ਨੇ ਬਦਲ ਦਿੱਤਾ ਅਤੇ ਉਹਨਾਂ ਨੇ ਉਹ ਕਮਰਾ ਉਹਨੂੰ ਦੇ ਦਿੱਤਾ ਪੌੜੀਆਂ ਦੇ ਥੱਲੇ। ਉੱਥੋਂ ਲੋਕ ਲੰਘਦੇ ਸੀਗੇ, ਖੜਖੜ ਦੀ ਆਵਾਜ਼ ਆਉਂਦੀ ਸੀ, ਉਹਨੂੰ ਗੁੱਸਾ ਆ ਗਿਆ। ਉਹ ਕਹਿੰਦਾ ਇਹੋ ਜਿਹੇ ਬੰਦੇ ਜਿਹਨਾਂ ਨੂੰ ਇਹ ਗੱਲ ਦੀ ਕੀਮਤ ਦਾ ਨਹੀਂ ਪਤਾ, ਇਹਨਾਂ ਕੋਲ ਕੰਮ ਕਾਹਲੀ ਕਰਨਾ, ਤਾਂ ਸੰਵੇਦਨਸ਼ੀਲ ਬਹੁਤ ਸੀਗੇ। ਉਹ ਕਹਿੰਦਾ ਜਾਓ ਦਫਾ ਹੋ, ਆਪਣਾ ਕੰਮ ਕਰਾਂਗੇ। ਤਾਂ ਉਹ ਇੰਨਾ ਜ਼ਿਆਦਾ ਵੱਡੀ ਪ੍ਰਤਿਭਾ ਜਿਹੜੀ ਮਤਲਬ ਕਿ ਵਿਗਿਆਨੀ ਹੈ, ਸਾਹਿਤਕਾਰ ਹੈ, ਵਿਆਖਿਆਕਾਰ ਹੈ, ਉਹਨੂੰ ਜਿਹੜੇ ਬੰਦੇ ਆਲੇ ਦੁਆਲੇ ਸਮਝ ਨਹੀਂ ਸੀ ਸਕਦੇ ਅਤੇ ਉਹਨੂੰ ਖੱਜਲ ਕਰ ਰਹੇ ਸੀਗੇ। ਹੁਣ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਲੰਘ ਜਾਂਦਾ ਅਤੇ ਆਪਣੀ ਜਿਹੜੀ ਲਿਖਤ ਹੈ ਜਾਂ ਆਪਣਾ ਜੀਵਨ ਹੈ ਉਹਦੇ ਵਿੱਚ ਇਸ ਟਕਰਾਅ ਨੂੰ ਨਹੀਂ ਆਉਣ ਦਿੰਦਾ। ਇਸੇ ਕਰਕੇ ਉਹਦੀ ਕਵਿਤਾ ਜਿਹੜੀ ਆ ਉਹਦੇ ਵਿੱਚ ਤੁਹਾਨੂੰ ਕੋਈ ਤਣਾਓ ਨਹੀਂ ਮਿਲਦਾ। ਮੇਰੀ ਗੱਲ ਮਤਲਬ ਨੁਕਤੇ ਦੀ ਗੱਲ ਤੁਹਾਨੂੰ ਮੈਂ ਕਹਿਣੀ ਚਾਹੁੰਦਾ, ਉਹ ਇਹ ਹੈ ਕਿ ਉਹ ਬਹੁਤ ਆਜ਼ਾਦ ਅਤੇ ਖੁਦਾਰ ਬੰਦਾ ਸੀਗਾ, ਪਰ ਇਹਦੇ ਨਾਲ ਨਾਲ ਉਹ ਦੁਨੀਆ ਦੇ ਹਰੇਕ ਤਣਾਅ ਨੂੰ ਉਹ ਛੰਡ ਕੇ ਪਰਾਂ ਮਾਰਦਾ ਸੀ ਅਤੇ ਉਹਦੀ ਲਿਖਤ ਵਿੱਚ ਉਹਦੇ ਜੀਵਨ ਵਿੱਚ ਕੋਈ ਤਣਾਅ ਨਹੀਂ ਸੀ। ਅਤੇ ਜਿੱਥੇ ਤਣਾਅ ਨਹੀਂ ਹੈ ਉੱਥੇ ਖੁਸ਼ੀਆਂ ਅਤੇ ਖੇਡ ਨੇ ਆਉਣਾ ਹੀ ਆਉਣਾ, ਵਿਕਾਸ ਨੇ ਉੱਥੇ ਆਉਣਾ। ਤਣਾਅ ਕਿੱਥੇ? ਤਣਾਅ ਅਤੇ ਦੂਜੈਗੀ ਵਿੱਚ ਹੈ ਨਾ, ਦਵੰਦਤਾ ਦੇ ਵਿੱਚ ਹੈ। ਜੇ ਦਵੰਦ ਹੈ ਤਾਂ ਦੋ ਚੀਜ਼ਾਂ ਦਾ ਤਣਾਅ ਹੈ, ਅਤੇ ਜੇ ਇੱਕ ਚੀਜ਼ ਹੈ ਹੀ ਨਹੀਂ, ਸਿਰਫ ਇੱਕ ਹੀ ਹੈ, ਤਾਂ ਫਿਰ ਤਣਾਅ ਕੋਈ ਨਹੀਂ। ਤਾਂ ਉਹਦੀ ਕਵਿਤਾ 'ਚੋਂ ਸਾਨੂੰ ਤਣਾਅ ਨਹੀਂ ਲੱਭਦਾ ਅਤੇ ਸਾਡੀ ਜਿਹੜੀ ਆਲੋਚਨਾ ਆ ਉਹ ਇਸੇ ਕਰਕੇ ਉਹਨੂੰ ਬਹੁਤੀ ਤਵੱਜੋ ਨਹੀਂ ਦਿੰਦੀ ਕਿ ਉਹ 'ਚ ਤਣਾਅ ਨਹੀਂ ਹੈਗਾ। ਇਹਨਾਂ ਨੂੰ ਤਣਾਅ ਚੰਗਾ ਬੜਾ ਲੱਗਦਾ ਜਦੋਂ ਇਹ ਤਣਾਅ ਦਿਖਾਉਂਦੇ ਕਿ ਦੇਖੋ ਪ੍ਰੇਮੀ ਅਤੇ ਪ੍ਰੇਮਿਕਾ ਦੇ ਵਿੱਚ ਤਣਾਅ ਆ, ਪ੍ਰੇਮੀ ਅਤੇ ਸਮਾਜ ਦੇ ਵਿੱਚ ਤਣਾਅ ਆ, ਤੂੰ ਇੰਨੀਆਂ ਪੀਐਚਡੀਆਂ ਕਰ ਮਾਰੀਆਂ। ਹੁਣ ਉਹਨਾਂ ਨੂੰ ਪੂਰਨ ਸਿੰਘ 'ਚ ਲੱਭਦਾ ਨਹੀਂ, ਉਹ ਕਹਿੰਦੇ ਅਲਬੇਲਾ ਜਿਹਾ ਕਵੀ ਹੈ, ਇਹਨੂੰ ਪਾਸੇ ਕਰੋ ਅਤੇ ਹੋਰ ਕੋਈ ਮੈਂ ਤੂੰ ਦੀ ਕਵਿਤਾ
ਤੂੰ ਰੁੱਸ ਗਈ ਅਤੇ ਮੈਂ ਭਟਕ ਗਿਆ ਅਤੇ ਇਹੋ ਜਿਹੀ ਕਵਿਤਾ ਦੇ ਪੀ ਆਈ ਡੀ ਕਰਾਓ ਅਤੇ ਤੂੰ ਵਾਰਾ ਕੁਛ ਹੋ ਰਿਹਾ। ਤੋ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜਾ ਪਾਸੇ ਪੂਰਨ ਸਿੰਘ ਆ ਉਹਦੇ ਉਹ ਦਵੰਦ ਨੂੰ ਇਹਨਾਂ ਚੀਜ਼ਾਂ ਨੂੰ ਉਹ ਮੰਨਦਾ ਹੀ ਨਹੀਂ ਕੋਈ ਵੀ ਇਹ ਚੀਜ਼ਾਂ ਹੁੰਦੀਆਂ ਕੋਈ। ਉਹ ਕਹਿੰਦਾ ਖੇੜੇ 'ਚ ਜੀਓ, ਆਪ ਵੀ ਖੇੜੇ 'ਚ ਜੀਂਦਾ, ਉਹਦੀ ਕਵਿਤਾ ਤੁਹਾਨੂੰ ਖੇੜੇ ਨਾਲ ਭਰਪੂਰ ਕਰਦੀ, ਆਪਾਂ ਕਵਿਤਾ ਵੀ ਸਾਂਝੀ ਕਰਾਂਗੇ। ਹੁਣ ਪੂਰਨ ਸਿੰਘ ਦੀ ਕਵਿਤਾ ਤੁਹਾਨੂੰ ਰਾਸ਼ਟਰਵਾਦ ਨਹੀਂ ਲੱਭਣਾ। ਉਸ ਵੇਲੇ ਪੂਰਨ ਸਿੰਘ ਨੇ ਥੰਡਰਿੰਗ ਡਾਨ, ਥੰਡਰਿੰਗ ਡਾਨ ਦਾ ਮਤਲਬ ਦੇਖੋ, ਉਹਨੂੰ ਉਹ ਕਹਿੰਦਾ ਵੀ ਜਿਹੜੇ ਪੰਜਾਬ ਦੇ ਦਰਿਆ ਆ ਇਹ ਖਾੜ ਖਾੜ ਵਗਦੇ ਆ ਅਤੇ ਇਹ ਜਪ ਸਭ ਗਾਉਂਦੇ, ਉਹਨੂੰ ਚੀਜ਼ਾਂ ਦੇ ਨੂੰ ਮਹਿਸੂਸ ਕਰਨ ਦਾ ਤਰੀਕਾ ਹੀ ਹੋਰ ਹੈ। ਉਹ ਜਾਂਦਾ ਉੱਥੇ ਉਹਨੂੰ ਕਈ ਭਾਰਤੀ ਕ੍ਰਾਂਤੀਕਾਰੀ ਮਿਲਦੇ ਆ, ਖੁਦ ਵੀ ਕ੍ਰਾਂਤੀਕਾਰੀ ਹੈ, ਇੰਨਾ ਖਤਰਨਾਕ ਹੈ ਕਿ ਕਈ ਧਮਾਕੇ ਇੰਡੀਆ ਹਿੰਦੁਸਤਾਨ 'ਚ ਉਹਦੇ ਬਣਾਏ ਹੋਏ ਬਰੂਦ ਨਾਲ ਹੋਏ ਨੇ, ਮੁੜ ਕੇ ਸਰਕਾਰ ਭਾਵੇਂ ਆਪਾਂ ਨੂੰ ਫੜ ਲਏ। ਉਹ ਬਹੁਤ ਖਤਰਨਾਕ ਸੀਗਾ, ਕਿੰਨੇ ਕ੍ਰਾਂਤੀਕਾਰੀ ਉਹਦੇ ਘਰਾਂ 'ਚ ਰਹਿੰਦੇ ਸੀਗੇ, ਉਹਦੀ ਸੀ ਆਈ ਡੀ, ਇੱਕ ਸੀ ਆਈ ਡੀ ਵਾਲੇ ਬੰਦੇ ਨੂੰ ਪਾ ਲੱਗਿਆ, ਬੰਦਾ ਸੀ ਆਈ ਡੀ ਵਾਲੇ ਪੂਰਨ ਸਿੰਘ ਨੇ ਉਹਨੂੰ ਡੰਡੇ ਨਾਲ ਕੁੱਟਿਆ, ਦੇਹਰਾਦੂਨ ਦੀ ਗੱਲ, ਉਹਨੂੰ ਪਾ ਲੱਗਿਆ ਵੀ ਸੀ ਆਈ ਡੀ ਵਾਲੇ ਬੰਦਾ, ਉਹਨੇ ਫੜ ਕੇ ਉਹਨੂੰ ਕੁੱਟਿਆ। ਬਹੁਤ ਖੁੱਦਾਰ ਅਤੇ ਉਹ ਆਜ਼ਾਦ ਬੰਦਾ ਸੀਗਾ, ਉਹ ਹੁਣ ਉਹਦੀ ਵੇਖੋ ਕ੍ਰਾਂਤੀਕਾਰੀ ਬੰਦਾ ਆ, ਕ੍ਰਾਂਤੀਕਾਰੀ ਕੰਮ ਵੀ ਕਰਦਾ, ਪਰ ਉਹ ਰਾਸ਼ਟਰਵਾਦੀ ਕੋਈ ਨਹੀਂ। ਕਿਉਂ ਨਹੀਂ? ਕਿਉਂਕਿ ਉਹ ਹੱਦਾਂ ਸਰਹੱਦਾਂ ਨੂੰ ਮੰਨਦਾ ਨਹੀਂ। ਉਹਦੇ ਵਿੱਚ ਆ ਕੇ ਸਾਰੀਆਂ ਹੱਦਾਂ ਸਰਹੱਦਾਂ ਖਤਮ ਹੋ ਜਾਂਦੀਆਂ ਨੇ, ਉਹ ਅਸਲੀ ਇਨਸਾਨ ਦੀ ਗੱਲ ਕਰਦਾ ਹੈ ਜਿਹੜਾ ਅਸਲ ਵਿੱਚ ਹੈ। ਉਹਨੂੰ ਨਹੀਂ ਪਤਾ ਕੋਈ ਰੈੱਡ ਕਲਿਫ ਨੇ ਕੋਈ ਲੈਣ ਵੀ ਵਾਹ ਦੇਣੀ ਹੈ ਬਾਅਦ 'ਚ, ਉਹਨੂੰ ਪਤਾ ਹੈ, ਪਰ ਉਹ ਮੰਨਦਾ ਨਹੀਂ, ਕਹਿੰਦਾ ਇਹਦਾ ਮਤਲਬ ਵੀ ਕੋਈ ਨਹੀਂ। ਚੀਨ, ਜਪਾਨ, ਹਿੰਦੁਸਤਾਨ, ਯੂਰਪ, ਉਹ ਇਹਨਾਂ ਦੇ ਵਿੱਚ ਕੋਈ ਵਖਰੇਵਾਂ ਨਹੀਂ ਦੇਖਦਾ। ਜਿੱਥੇ ਵਖਰੇਵਾਂ ਦੇਖਦਾ ਉੱਥੇ ਉਹ ਗੱਲ ਕਰਦਾ, ਉਹ ਹੋਰ ਤਰ੍ਹਾਂ ਦਾ ਵਖਰੇਵਾਂ। ਉਹ ਰਾਸ਼ਟਰ ਨੂੰ ਨਹੀਂ ਮੰਨਦਾ, ਰਾਸ਼ਟਰ ਬਣਦਾ ਹੀ ਬਾਹਰ ਦਾਇਰਾ ਵਾਹ ਕੇ, ਬਾਹਰਲੀ ਹੱਦ ਪੱਕੀ ਕਰੋਗੇ ਤਾਂ ਰਾਸ਼ਟਰ ਬਣਨਾ। ਅਤੇ ਰਾਸ਼ਟਰ ਦੇ ਮੁੜ ਕੇ ਆਪਣੇ ਰੋਗ ਨੇ ਕਈ ਤਰ੍ਹਾਂ ਦੇ, ਜਿਹ 'ਚ ਭਾਸ਼ਾ ਦੀ ਗੱਲ ਫਿਰ ਇੱਥੇ ਆਉਂਦੀ ਹੈ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਰਾਸ਼ਟਰਵਾਦ ਨਾਲ ਜੁੜੀਆਂ ਹੋਈਆਂ। ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਮਤਲਬ ਬੰਦਾ ਆ ਜਿਹੜਾ ਜਿਹੜਾ ਬਹੁਤ ਵੱਡਾ ਕ੍ਰਾਂਤੀਕਾਰੀ ਹੈ, ਪਰ ਉਹ ਹਿੰਦੁਸਤਾਨ ਦੇ ਕਿਸੇ ਵੀ ਕਿਸਮ ਦੇ ਕ੍ਰਾਂਤੀਕਾਰੀਆਂ ਦੇ ਟੋਲਿਆਂ ਦੇ ਖਾਤਿਆਂ 'ਚ ਨਹੀਂ ਪੈਂਦਾ, ਤਾਂ ਹਿੰਦੁਸਤਾਨੀ ਕ੍ਰਾਂਤੀਕਾਰੀ ਨਹੀਂ ਸਾਬਤ ਹੁੰਦਾ। ਕਿਉਂਕਿ ਉਹ ਕ੍ਰਾਂਤੀ ਕਰ ਰਿਹਾ ਹੈ, ਜਿਹੜੀ ਕ੍ਰਾਂਤੀ ਜਿਹੜੀ ਉਹਦੇ ਸ਼ਬਦਾਂ ਦੇ ਵਿੱਚ ਹੈ, ਜਿਹੜੀ ਉਹਦੇ ਸੁਭਾਅ ਦੇ ਵਿੱਚ ਹੈ, ਉਹ ਕਿਸੇ ਰਾਸ਼ਟਰਵਾਦ ਨਾਲ ਬੱਝੀ ਹੋਈ ਨਹੀਂ। ਉਹ ਧਰਤੀ ਨੂੰ ਆਪਣਾ ਮੁਲਕ ਮੰਨਦਾ, ਉਹ ਜ਼ਿੰਦਗੀ ਦੀ ਸਾਰੀ ਉਚਾਈ ਅਤੇ ਸੱਚਾਈ ਅਤੇ ਜਿਹੜੀ ਦਿਆਨਤਦਾਰੀ ਹੈ ਉਹ ਉਹਦੇ ਨਾਲ ਜੁੜਨਾ ਅਤੇ ਜੋੜਨਾ ਚਾਹੁੰਦਾ। ਅਤੇ ਇਸ ਕਰਕੇ ਉਹਨੂੰ ਆਹ ਛੋਟੀਆਂ ਹੱਦਾਂ ਸਰਹੱਦਾਂ ਜਿਹੜੀਆਂ ਨੇ ਉਹ ਮਾਇਨੇ ਨਹੀਂ ਰੱਖਦੀਆਂ, ਅਤੇ ਨਾ ਉਹਦੀ ਲਫ਼ਜ਼ ਕਵਿਤਾ 'ਚੋਂ ਲੱਭਦੀਆਂ ਨੇ, ਨਾ ਉਹਦੇ ਜੀਵਨ 'ਚੋਂ ਲੱਭਦੀਆਂ ਨੇ। ਇਸ ਕਰਕੇ ਵੀ ਕਈ ਬੰਦੇ ਉਹਨੂੰ ਪੜ੍ਹਦੇ ਨਹੀਂ, ਵੀ ਇਹਨੂੰ ਕੀ ਪੜ੍ਹਨਾ। ਹੁਣ ਜਿਹੜਾ ਪਾਸੇ ਪੂਰਨ ਸਿੰਘ ਦੇ ਅੰਦਰ ਕਹਿ ਲਓ ਕਿ ਇੱਕ ਔਰਤ ਨੂੰ ਲੈ ਕੇ ਜਜ਼ਬਾ ਆ, ਤੁਸੀਂ ਮਾਇਆ ਦੇਵੀ ਦੀਆਂ ਉਹਦੇ ਬਾਰੇ ਪੜ੍ਹੋ ਕਿ ਮਾਇਆ ਦੇਵੀ ਉਹਨੂੰ ਕੀ ਮੰਨਦੀ। ਉਹ ਪਾਸੇ ਪੂਰਨ ਸਿੰਘ ਪਹਿਲਾਂ ਤਾਂ ਉਹ ਛੱਡ ਗਿਆ, ਮੈਂ ਵਿਆਹ ਨਹੀਂ ਕਰਾਉਣਾ। ਫਿਰ ਉਹਦੀ ਭੈਣ ਨੂੰ ਕਹਿੰਦੀ ਵੀ ਚੱਲ ਕਰਾ ਲਾ, ਉਹ ਲਾਸਟ ਟਾਈਮ 'ਤੇ ਹੁੰਦੀ ਹੈ ਅਤੇ ਜਿਹੜੇਪੇ ਕਰਕੇ ਉਹਦੀ ਮੌਤ ਹੋ ਜਾਂਦੀ ਹੈ। ਉਹ ਉਹਨੂੰ ਵਚਨ ਦੇ ਦਿੰਦਾ ਵੀ ਕਰਾ ਲੂੰਗਾ, ਕਰਾ ਲੈਂਦਾ। ਉਹ ਕਹਿੰਦਾ ਮੈਂ ਉਹਨੂੰ ਕੁੜੀ ਨੂੰ ਵਿਆਹ ਪਹਿਲਾਂ ਮਿਲਣਾ, ਮਾਇਆ ਦੇਵੀ ਮਿਲਣ ਜਾਂਦਾ। ਉਹ ਕਹਿੰਦਾ ਅਸੀਂ ਫਕੀਰ ਲੋਕ ਹੈ ਅਤੇ ਮੰਗ ਕੇ ਖਾਣਾ ਪੈ ਸਕਦਾ, ਅਤੇ ਮੈਂ ਤੈਨੂੰ ਬਹੁਤਾ ਪਦਾਰਥਵਾਦ ਦਾ ਕੋਈ ਮਸਲਾ ਨਹੀਂ ਹੈਗਾ, ਜੋ ਗੱਲਾਂ ਹੋਈਆਂ ਹੋਣਗੀਆਂ ਬਾਕੀ ਤਾਂ ਆਪਾਂ ਸਾਰੀਆਂ ਇਮੈਜੀਨੇਸ਼ਨ ਨਾਲ ਹੀ ਕਰਨੀਆਂ। ਅਤੇ ਉਹਨੂੰ ਕਹਿੰਦਾ ਵੀ ਤੈਨੂੰ ਮਨਜ਼ੂਰ ਹੈ? ਉਹ ਕਹਿੰਦੀ ਮੈਨੂੰ ਮਨਜ਼ੂਰ ਹੈ। ਕਹਿੰਦਾ ਫਿਰ ਹੁਣੇ ਚੱਲ। ਉਹ ਕਹਿੰਦੀ ਮੈਂ ਕਿਸੇ ਇੱਜ਼ਤਦਾਰ ਦਾਦੇ ਦੀ ਪੋਤੀ ਹਾਂ, ਐਂ ਕਹਿੰਦਾ ਤੇਰੇ ਨਾਲ ਚੱਲ ਜਾ। ਚਲੋ ਉਹਨੂੰ ਵਿਆਹ ਲੈਂਦਾ ਹੈ, ਸਾਰਾ ਕੁਝ ਹੋ ਜਾਂਦਾ, ਵਿਆਹ 'ਤੇ ਸ਼ਰਤ ਰੱਖਦੇ ਆ, ਉਹ ਸ਼ਰਤ ਵੀ ਚਲੋ ਨਹੀਂ ਮੰਨਦਾ ਉਹ, ਫਿਰ ਉਹ ਬਹੁਤ ਵੱਡਾ ਸਿੱਖ ਵੀ ਸਾਬਤ ਹੁੰਦਾ, ਵੱਖਰੀ ਗੱਲ। ਪਰ ਜੋ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਉਹ ਇਹ ਹੈ ਕਿ ਉਹਦੇ ਅੰਦਰ ਫੀਮੇਲ ਨੂੰ ਲੈ ਕੇ ਕੀ ਚੱਲ ਰਿਹਾ। ਜਾਂ ਤਾਂ ਮੈਂ ਪੂਰਨ ਦੀ ਗੱਲ ਕਹੀ ਸੀ, ਪੂਰਨ ਨਾਥ ਜੋਗੀ ਦੀ, ਉਹ ਕਿੰਨਾ ਬਹੁਤ ਜਿਹੜਾ ਸੰਵੇਦਨਾਵਾਂ ਭਰਪੂਰ ਇਨਸਾਨ ਹੈ। ਹੁਣ ਔਰਤ ਮਰਦ ਦਾ ਰਿਸ਼ਤਾ ਕਿੰਨਾ ਸੰਵੇਦਨਾ ਭਰਪੂਰ, ਅਤੇ ਮਾਇਆ ਦੇਵੀ ਜਦੋਂ ਉਹਨੂੰ ਯਾਦ ਕਰਦੀ ਹੈ ਅਤੇ ਉਹ ਦੱਸਦੀ ਹੈ, ਜੋ ਆਖਰੀ ਟਾਈਮ 'ਤੇ ਹੁੰਦਾ, ਚਲੋ ਆਪਾਂ ਸਿੱਧਾ ਉੱਥੇ ਚਲ ਜਾਂਦੇ, ਉਹ ਕਹਿੰਦਾ ਮਾਇਆ ਮੈਂ ਤੇਰੇ ਲਈ ਕੋਈ ਪੈਸੇ ਨਹੀਂ ਛੱਡ ਕੇ ਜਾ ਰਿਹਾ, ਕੋਈ ਰੁਪਈਆ ਧੇਲਾ ਤੇਰੇ ਲਈ ਛੱਡਿਆ ਤਾਂ ਹੈ ਨਹੀਂ। ਉਹ ਕਹਿੰਦੀ ਤੂੰ ਅੱਜ ਇਹ ਗੱਲ ਕਿਉਂ ਕਹਿੰਦਾ, ਤੂੰ ਸਭ ਕੁਝ ਤਾਂ ਲਟਾ ਦਿੰਦਾ ਸੀ ਜਦੋਂ ਉਹ ਜਿਉਂਦਾ ਸੀਗਾ, ਅਤੇ ਉਹ ਜਦੋਂ ਕੋਈ ਉਹਦੇ ਕੋਈ ਲੋੜਵੰਦ ਆ ਜਾਂਦਾ ਸੀਗਾ, ਉਹ ਆਪਣੀ ਘਰ ਦੀ ਦੇ ਗਹਿਣੇ ਪੈਸਾ ਸਭ ਕੁਛ ਦੇ ਦਿੰਦਾ ਸੀ ਆਪਣੇ ਦੋਸਤਾਂ ਨੂੰ, ਲੋੜਵੰਦਾਂ ਨੂੰ। ਪੈਸੇ ਦੀ ਕੋਈ ਪਰਵਾਹ ਹੀ ਨਹੀਂ ਸੀ ਕਰਦਾ, ਰਾਜਿਆਂ ਨੂੰ ਕੱਖ ਨਹੀਂ ਸਮਝਦਾ ਉਹਦੇ। ਅਤੇ ਉਹ ਕਹਿੰਦੀ ਤੂੰ ਅੱਜ ਪੈਸੇ ਦੀ ਗੱਲ ਕਿਉਂ ਕਰ ਰਿਹਾ, ਜੋ ਕੁਛ ਤੂੰ ਮੈਨੂੰ ਜ਼ਿੰਦਗੀ 'ਚ ਦਿੱਤਾ,
ਉਸ ਤੋਂ ਬਾਅਦ ਮੈਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਰਹੀ। ਹੁਣ ਦੇਖੋ ਉਹਦਾ ਜਿਹੜਾ ਰਿਸ਼ਤਾ ਆ, ਉਹਨੇ ਆਪਣੇ ਜੀਵਨ ਸਾਥਣ ਨੂੰ ਕਿੰਨਾ ਉੱਚਾ ਚੁੱਕ ਦਿੱਤਾ, ਉਹਨੂੰ ਪਦਾਰਥ ਤੋਂ ਮੁਕਤ ਕਰਤਾ, ਉਹਨੇ ਮਾਦਾ ਨੂੰ ਹੀ ਮਾਦਾ ਤੋਂ ਮੁਕਤ ਕਰਤਾ। ਦੇਖੋ ਤੋ ਇਹ ਚੀਜ਼ ਹੈ, ਅਸੀਂ ਆਪਣੇ ਜੀਵਨ ਸਾਥਣਾਂ ਨੂੰ ਕੀ ਉਚਾਈ ਦੇਣੀ ਹੈ ਇਹਦੇ 'ਚੋਂ ਦੇਖੋ ਕਿ ਅਸੀਂ ਆਪਣੀਆਂ ਜੀਵਨ ਸਾਥਣਾਂ ਨੂੰ ਅਸੀਂ ਤਾਂ ਆਪਣੇ ਜੀਵਨ ਸਾਥਣਾਂ ਨੂੰ ਇਹਦੇ ਤੋਂ ਮੁਕਤ ਨਹੀਂ ਕਰ ਸਕਿਆ ਵੀ ਅੱਜ ਮੈਂ ਪਟਿਆਲੇ ਆ ਗਿਆ ਵਾਂ ਅਤੇ ਮਗਰੋਂ ਮੇਰੀ ਘਰਵਾਲੀ ਮੇਰਾ ਫਿਕਰ ਨਾ ਕਰੇ ਤੂੰ ਮੈਨੂੰ ਫੋਨ ਕਰਕੇ ਸੱਦੇ ਨਾ ਵੀ ਛੇਤੀ ਆ ਜਾ, ਅਸੀਂ ਤਾਂ ਇਹ ਤੋਂ ਹੀ ਮੁਕਤ ਕਰ ਸਕਿਆ। ਅੱਧੀਆਂ ਤਾਂ ਇਸ ਗੱਲੋਂ ਲੜ ਰਹੀਆਂ ਨੇ ਤੂੰ ਆਹ ਕੰਮ ਨਾ ਕਰ ਉਹਦੇ ਨਾਲ ਨਾ ਜਾ, ਕਿੰਨੇ ਬੰਦਿਆਂ ਨੇ ਕਰਾਇਆ ਇਤਨਾ ਨੇ ਇਸ ਕੰਮ ਕਰਕੇ। ਤੋ ਜਿਹੜਾ ਬੰਦਾ ਜਿਹਦੇ ਨਾਲ ਉਸ ਬੀਬੀ ਨੇ ਵਿਆਹ ਕਰਾ ਲਿਆ, ਤਾਂ ਜੇ ਉਹ ਪੰਥ ਨੂੰ ਜਾਂ ਸਮਾਜ ਦੀਆਂ ਵੱਡੀਆਂ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਸਮਝਦੀ ਤਾਂ ਉਹ ਬੰਦੇ ਦੀ ਜ਼ਿੰਮੇਵਾਰੀ ਉਹਨੂੰ ਸਮਝਾਵੇ, ਉਹਦਾ ਜੀਵਨ ਉੱਚਾ ਚੁੱਕੇ। ਹੁਣ ਮਾਇਆ ਦੇਵੀ ਪੂਰਨ ਸਿੰਘ ਨੂੰ ਕਿਵੇਂ ਯਾਦ ਕਰਦੀ ਹੈ ਜਦੋਂ ਅਸੀਂ ਮਰੀਏ ਕਾਸ਼, ਪਰ ਪਤਾ ਨਹੀਂ ਕੀ ਹੋਣਾ। ਹੁਣ ਇਹ ਗੱਲਾਂ ਆ, ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੀ ਜ਼ਿੰਦਗੀ ਕਿੱਦਾਂ ਦੀ ਹੈ, ਉਹ ਬੰਦਾ ਉਹਨੇ ਰਿਸ਼ਤਾ ਕਿਹੋ ਜਿਹਾ ਬਣਾਇਆ ਆਪਣੀ ਘਰਵਾਲੀ ਦੇ ਨਾਲ, ਉਹਨੂੰ ਮੁਕਤ ਕਰਤਾ ਨੇ ਸਾਰੇ ਕੁਛ ਤੋਂ, ਅਤੇ ਉਹ ਜਦੋਂ ਉਹਨੂੰ ਯਾਦ ਕਰਦੀ। ਹੁਣ ਉਹਨਾਂ ਦੇ ਘਰ ਦੀ ਇੱਕ ਹੋਰ ਬੱਚੀ ਆ ਬਸੰਤ ਕੁਮਾਰੀ, ਉਹਨੇ ਉਹਨੂੰ ਪੂਰਨ ਸਿੰਘ ਉਹਨੇ ਕਿਵੇਂ ਯਾਦ ਕੀਤਾ ਉਹ ਕਿਤਾਬ 'ਚੋਂ ਰੈਮਨੀਸੈਂਸ ਵਾਲੀ 'ਚ ਪੜ੍ਹ ਕੇ ਦੇਖ, ਉਹ ਕਿਵੇਂ ਯਾਦ ਕਰਦੀ ਉਹਨੂੰ। ਭਾਈ ਵੀਰ ਸਿੰਘ ਉਹਨਾਂ ਦੇ ਹੋਰ ਨਿਕਟ ਵਰਤੀ, ਉਹ ਕਿਵੇਂ ਉਹਨੂੰ ਯਾਦ ਕਰਦੇ, ਤਾਂ ਉਹ ਦੱਸ ਰਿਹਾ ਜ਼ਿੰਦਗੀ ਜੀ ਕੇ। ਇਹ ਨਹੀਂ ਵੀ ਸਾਹਿਤ ਵਿੱਚ ਹੀ ਇਕੱਲਾ ਉਹਦੀਆਂ ਗੱਲਾਂ ਨੇ, ਉਹ ਆਪਾਂ ਉਹ ਵੀ ਕਰਨੀਆਂ ਨੇ। ਹੁਣ ਪੰਜਾਬੀ ਸਾਹਿਤ ਦਾ ਉਹਨੇ ਭਵਿੱਖ ਦਿੱਤਾ ਤੁਹਾਨੂੰ, ਉਹਨੇ ਵਿਸ਼ਵ ਨੂੰ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰਤਾ। ਉਹ ਕਿੱਥੇ ਕੀਤਾ ਮੈਂ ਤੁਹਾਨੂੰ ਕਵਿਤਾ ਸੁਣਾਉਂਦਾ ਉਹਦੀ, ਕਿ ਉਹਨੇ ਵੈਸਟ ਨੂੰ ਈਸਟ ਦੇ ਦਿੱਤਾ ਅਤੇ ਈਸਟ ਨੂੰ ਵੈਸਟ ਦੇ ਦਿੱਤਾ। ਉਹਨੇ ਉਹਨਾਂ ਨੂੰ ਦੱਸਿਆ ਸਪਿਰਿਟ ਆਫ ਓਰੀਐਂਟਲ ਪੋਇਟਰੀ ਦੇ ਰਾਹੀਂ ਵੀ ਸਾਡੇ ਕੋਲ ਕੀ ਹੈ, ਅਤੇ ਤੁਹਾਨੂੰ ਦੱਸਿਆ ਪੰਜਾਬੀ ਦੇ ਵਿੱਚ ਲਿਖ ਕੇ ਗੋਇਟੇ ਕੀ ਹੈ, ਥੋਰੋ ਕੀ ਹੈ, ਮੁਹੰਮਦ ਇਕਬਾਲ ਕੀ ਹੈ, ਨੀਟਸ਼ੇ ਕੀ ਹੈ, ਕਿੱਥੇ ਪੰਗੇ ਪੈਂਦੇ ਆ ਅਤੇ ਕਿੱਥੋਂ ਤੁਸੀਂ ਨਿਕਲਣਾ ਹੈ ਅਤੇ ਕਿਹੜੀ ਚੀਜ਼ ਦੀ ਬਰਕਤ ਨਾਲ ਨਿਕਲਣਾ, ਉਹਨੇ ਤੁਹਾਨੂੰ ਸਾਰਾ ਕੁਝ ਦਿੱਤਾ। ਤੋ ਮੈਂ ਹੁਣ ਆਪਣੀ ਗੱਲ ਨੂੰ ਸਮੇਟਾਂ ਅਤੇ ਉੱਥੇ ਪਹੁੰਚਾਂ ਜਿੱਥੇ ਪਹੁੰਚਣਾ ਚਾਹੀਦਾ। ਅਤੇ ਮੈਂ ਤੁਹਾਡੇ ਨਾਲ ਇੱਕ ਕਵਿਤਾ ਉਹਦੀ ਸਾਂਝੀ ਕਰਦਾ ਜੀ, ਗੁਰ ਅਵਤਾਰ ਸੁਰਤ। ਆਮ ਤੌਰ 'ਤੇ ਜਿਹੜੇ ਹੁੰਦੇ ਆ ਸੈਮੀਨਾਰ, ਉਹਨਾਂ 'ਚ ਇਹ ਭਾਵਨਾ ਹੁੰਦੀ ਆ ਵੀ ਜਿਹੜਾ ਗੱਲ ਕਰਨ ਵਾਲਾ ਬੰਦਾ ਉਹ ਆਪਣੀ ਗੱਲ ਕਰੇ, ਪਰ ਪੂਰਨ ਸਿੰਘ ਦੀ ਗੱਲ ਹੀ ਐਡੀ ਆ ਵੀ ਮੈਨੂੰ ਆਪਣੀਆਂ ਗੱਲਾਂ ਛੋਟੀਆਂ ਛੋਟੀਆਂ ਲੱਗਦੀਆਂ ਉਹਦੇ ਸਾਹਮਣੇ। ਇਸ ਕਰਕੇ ਮੈਂ ਪੂਰਨ ਸਿੰਘ ਦੀ ਗੱਲ ਉਹਦੇ ਲਫ਼ਜ਼ਾਂ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਉਣੀ ਹੈ। ਤੋ ਇੰਨੀ ਕੁ ਮੈਂ ਇਜਾਜ਼ਤ ਲੈਣੀ ਚਾਹੁੰਦਾ। ਗੁਰ ਅਵਤਾਰ ਸੁਰਤ ਉਹਦੀ ਕਵਿਤਾ, ਉਹ ਕਹਿੰਦਾ ਸੂਰਜ ਜੇ ਅੱਖ ਨੂਟੇ ਜਗਤ ਮਰਦਾ, ਧੁੱਪ ਨਾਲ ਜ਼ਿੰਦਗੀ ਚੱਲਦੀ ਨਾ, ਸੂਰਜ ਜੇ ਅੱਖ ਨੂਟੇ ਜਗਤ ਮਰਦਾ ਜੀਵਨ ਆਸ ਟੁੱਟਦੀ, ਗੁਰ ਅਵਤਾਰ ਸੁਰਤ ਸੂਰਜਾਂ ਦਾ ਸੂਰਜ। ਜ਼ਿੰਦਗੀ ਨੂੰ ਇੱਥੇ ਜ਼ਿੰਦਗੀ ਨੂੰ ਕੌਣ ਚਲਾਏਗਾ ਜੇ ਉਹ ਅੱਖ ਨੂਟ ਵੀ ਲਵੇ ਜਗਤ ਮਰ ਜਾਂਦਾ ਆ, ਅਤੇ ਇਹ ਸੂਰਜਾਂ ਦਾ ਸੂਰਜ ਜਿਹੜਾ ਸੂਰਜਾਂ ਨੂੰ ਵੀ ਤੇਜ ਦੇ ਰਿਹਾ ਉਹ ਗੁਰੂ ਅਵਤਾਰ ਹੈ। ਕਿਵੇਂ ਸਹੰਸਰ ਨੈਣਾ ਬਲਦੀਆਂ ਦਿਨ ਰਾਤ ਸੂਰਜ ਨੈਣਾ ਤੱਕਦੀਆਂ, ਮਨੁੱਖ ਸੂਰਤ ਜੀਵਦੀ ਤੱਕ ਤੱਕ ਕੇ, ਕਮਲ ਨੈਣਾ ਸੂਰਜ ਨੈਣਾ ਸਦਾ ਸਦਾ ਗੱਡੀਆਂ, ਗੁਰੂ ਦੀ ਸਹਿਜ ਸੁਰਤ ਪੂਰਨਤਾ। ਗੁਰੂ ਦੀ ਸੁਰਤ ਕਿੰਨੀ ਪੂਰਨ ਹੈ ਕਿ ਜਿੱਥੇ ਵੀ ਪਰਫੈਕਸ਼ਨ ਹੋਏਗੀ ਨਾ, ਤੁਸੀਂ ਕੁਛ ਵੀ ਦੇਖੋ ਸਫਾਈ ਵਧੀਆ ਕੀਤੀ ਹੋਵੇ ਤਾਂ ਤੁਹਾਡਾ ਉਹਨੂੰ ਦੇਖਣ ਨੂੰ ਜੀ ਕਰੇਗਾ। ਫੁੱਲ ਆਪਣੇ ਪੂਰਨ ਖੇੜੇ ਵਿੱਚ ਆ ਜਾਵੇ ਜਿੱਥੇ ਪਰਫੈਕਸ਼ਨ ਆ ਗਈ। ਆਰਟ ਦੇ ਵਿੱਚ ਪਰਫੈਕਸ਼ਨ ਆਉਂਦੀ ਤਾਂ ਕਦੇ ਨਹੀਂ, ਪਰ ਜਦੋਂ ਵੀ ਆ ਜਾਂਦੀ ਕਦੇ ਇੱਕ ਬ੍ਰਸ਼, ਇੱਕ ਵਾਰ ਕਦੇ ਇੱਕ ਸਟਰੋਕ ਸਹੀ ਲੱਗ ਜਾਵੇ, ਸਹੀ ਤਰੀਕੇ ਨਾਲ ਘੁੰਮ ਜਾਵੇ ਅਤੇ ਸਦੀਆਂ ਤੱਕ ਦੁਨੀਆ ਉਹਦੇ ਵੱਲ ਵੇਖ ਵੇਖ ਕੇ ਆਸ਼ਾਸ਼ ਕਰਦੀ ਰਹਿੰਦੀ ਵੀ ਆ ਵਧੀਆ ਬਣਿਆ। ਇੱਕ ਬ੍ਰਸ਼, ਇੱਕ ਸਟਰੋਕ, ਇੱਕ ਤਰਾਸ਼ਣ ਵਾਲੇ ਦੀ ਸ਼ੈਣੀ ਦਾ ਇੱਕ ਵਾਰ ਸਹੀ ਲੱਗ ਜਾਵੇ, ਇੱਕ ਕਿੱਕ ਸਹੀ ਲੱਗ ਜਾਵੇ ਫੁੱਟਬਾਲ ਨੂੰ ਅਤੇ ਲੱਖਾਂ ਲੋਕਾਂ ਦਾ ਕਾਲਜਾ ਬਾਹਰ ਨੂੰ ਆ ਜਾਂਦਾ। ਉਹ ਕਹਿੰਦਾ ਗੁਰੂ ਦੀ ਸਹਿਜ ਸੁਰਤ ਪੂਰਨਤਾ, ਜਿੱਥੇ ਪਰਫੈਕਸ਼ਨ ਆ ਗਈ, ਸਰਬ ਸਫਲਤਾ ਚਰਨ ਧੂੜ ਵਿੱਚ ਰਿਧੀਆਂ ਸਿੱਧੀਆਂ। ਗੁਰ ਅਵਤਾਰ ਸੁਰਤ ਕੀ ਹੈ? ਗੁਰੂ ਨਦਰਾਂ ਦੀਆਂ ਤਾਰਾਂ ਸਹਿਜ ਵਿੱਚ ਛਿਪੀ ਸਭ ਅਦਭੁਤਤਾ ਅਗੰਮਤਾ, ਅਦਭੁਤ ਵੀ ਅਗੰਮ ਵੀ, ਅਕਾਲਤਾ ਮਹਾਕਾਲਤਾ ਅਨੰਤਤਾ ਅਟਲਤਾ ਸਰਵ ਸਿੱਧਤਾ। ਇੱਕ ਇੱਕ ਲਫ਼ਜ਼ ਪੀ ਐੱਚ ਡੀ ਦੇ ਥੀਸਿਸ ਜਿੰਨੀ ਵਿਆਖਿਆ ਮੰਗਦਾ, ਇੰਨਾ ਕੁਛ ਉਹ ਭਰ ਦਿੰਦਾ। ਅਤੇ ਰਵਾਨੀ ਦੇ ਵਿੱਚ ਕੋਈ ਸਖਤਾ ਨਹੀਂ ਆ ਰਿਹਾ ਛੰਦ ਦਾ, ਸੰਗੀਤ ਦਾ, ਜਿਹੜੇ ਛੰਦ ਸ਼ਾਸਤਰੀ ਹੈ
ਉਹਨਾਂ ਨੂੰ ਬੜਾ ਕੇ ਦੇਖ ਲਓ। ਗੂੜਤਾ, ਗੂੜ ਭੇਦਤਾ, ਸਦੈਵਤਾ, ਖੁੱਲ੍ਹੀ ਡੁੱਲੀ ਦੀਦਾਰਤਾ, ਨਾਲੇ ਸਦਾ ਅਦ੍ਰਿਸ਼ਟਤਾ। ਖੁੱਲ੍ਹੀ ਡੁੱਲੀ ਦੀਦਾਰਤਾ, ਨਾਲੇ ਸਦਾ ਅਦ੍ਰਿਸ਼ਟਤਾ, ਬਿਲਕੁਲ ਕੰਟਰਾਡਿਕਟ ਚੀਜ਼ਾਂ ਨੇ ਅਤੇ ਬਿਲਕੁਲ ਹੀ ਕੰਟਰਾਡਿਕਸ਼ਨ ਖਤਮ ਕਰਤੀ ਹੈ। ਜੋ ਨਿਰਗੁਣ ਅਤੇ ਸਰਗੁਣ, ਤੂੰ ਆਪੇ ਨਿਰਗੁਣ, ਆਪੇ ਸਰਗੁਣ, ਆਪੇ ਮੀਜ ਮਿਆਨੋ ਆ, ਤੂੰ ਹੀ ਨਿਰਗੁਣ ਹੈ, ਤੂੰ ਹੀ ਸਰਗੁਣ ਹੈ, ਉਹ ਕਹਿ ਰਿਹਾ ਇੱਥੇ। ਕਿੱਦਾਂ ਉਹ ਪੁਨਰ ਸਿਰਜਣਾ ਕਰ ਰਿਹਾ ਉਸ ਸਾਰੇ ਕੁਛ ਦੀ ਜਿਹੜਾ ਗੁਰੂ ਨੇ ਸਾਡੀ ਸੁਰਤ ਦੇ ਉੱਤੇ ਅਤੇ ਸਾਡਾ ਹੁਣ ਦਾ ਸਾਹਿਤ ਸਾਹਮਣੇ ਰੱਖ ਕੇ ਵੇਖ। ਕਹਿੰਦਾ ਗੁਰੂ ਅਵਤਾਰ ਗਰੀਬੀ ਲਈ ਧੁਰੋਂ, ਫਿਰ ਸਾਰਾ ਜੱਗ ਬਣ ਸਿੱਧਾ ਇੱਕ ਆਦਮੀ, ਇਹ ਰੰਗ ਵਰਤਦਾ ਜੋਗੀਆਂ ਵਿੱਚ ਜੋਗੀ ਹੋ। ਭੋਗੀਆਂ ਵਿੱਚ ਭੋਗੀ ਹੋ, ਭੋਗ ਦਾ ਕੋਈ ਰਿਜੈਕਸ਼ਨ ਨਹੀਂ ਹੈ, ਜੋਗੀਆਂ ਦੀ ਕੋਈ ਰਿਜੈਕਸ਼ਨ ਨਹੀਂ ਹੈ, ਪਰ ਜੋਗੀ ਅਤੇ ਭੋਗੀ ਆਪਸ ਵਿੱਚ ਦੁਨੀਆਂ 'ਚ ਵਿਰੋਧੀ ਨੇ। ਗੁਰੂ ਦੇ ਜੀਵਨ ਵਿੱਚ ਬਿਲਕੁਲ ਵਿਰੋਧ ਨਹੀਂ, ਗੁਰੂ ਘੋੜੇ ਰੱਖਦਾ ਹੈ, ਕਲਗੀ ਲਾਉਂਦਾ ਹੈ, ਸ਼ਿਕਾਰ ਖੇਡਦਾ ਹੈ, ਅਤੇ ਗੁਰੂ ਇਹ ਸਾਰੇ ਕੁਛ ਤੋਂ ਕਿਵੇਂ ਅਟੰਕ ਰਹਿੰਦਾ, ਕਿਵੇਂ ਉਹਨੂੰ ਉਹ ਸਾਰੇ ਕੁਛ ਨੂੰ ਜਦੋਂ ਮਰਜ਼ੀ ਛੱਡ ਦਿੰਦਾ। ਗ੍ਰਿਸਤੀਆਂ ਵਿੱਚ ਵੱਡਾ ਗ੍ਰਿਸਤੀ, ਪਿਆਰ ਦਾ ਦਾਤਾ, ਬਖਸ਼ਦਾ, ਪਤਾ ਬਸ ਵੱਧ ਘੱਟ ਲੱਗਦਾ, ਰੱਬ ਦੀ ਅਣੋਖਤਾ, ਆਦਮੀ ਆਦਮੀ ਸਭ ਨੂੰ ਦਿਸਦਾ। ਲੋਕ ਉਹਨੂੰ ਆਦਮੀ ਸਮਝੀ ਜਾਂਦੇ, ਕੋਈ ਕਹਿੰਦਾ ਉਹ ਪੂਰਨ ਪੁਰਖ, ਉਹ ਤੋਂ ਵੱਧ ਨਹੀਂ, ਜਿਹਦੀ ਜਿੰਨੀ ਸੁਰਤ ਉਹਨੇ ਉਹਨਾਂ ਕੀ ਵੇਖਿਆ। ਖਾਵੇ ਪੀਵੇ ਸੌਵੇਂ ਹੋਵੇ ਵਾਂਗ ਆਦਮੀ, ਗਰੀਬੀ ਕੱਟੇ ਅਮੀਰੀ ਪਰ ਸਭ ਝਾਕਦਾ, ਦੁਖੇ ਦਰਦੇ ਅਰਦਾਸ ਕਰੇ ਰਵੇ ਵਰਤੇ ਵਾਂਗ ਆਦਮੀ, ਦੁੱਖ ਸੁੱਖ ਧੁੱਪ ਛਾਂ ਲੰਮੀ ਸਾਰੀ ਜਰਾਂਦ ਭਰ। ਇੱਕ ਲਫ਼ਜ਼ PhD ਦੇ ਥੀਸਿਸ ਜਿੰਨੀ ਵਿਆਖਿਆ ਮੰਗਦਾ, ਇੰਨਾ ਕੁਛ ਉਹ ਭਰ ਦਿੰਦਾ। ਅਤੇ ਰਵਾਨੀ ਦੇ ਵਿੱਚ ਕੋਈ ਸਖਤਾ ਨਹੀਂ ਆ ਰਿਹਾ ਛੰਦ ਦਾ, ਸੰਗੀਤ ਦਾ, ਜਿਹੜੇ ਛੰਦ ਸ਼ਾਸਤਰੀ ਹੈ ਉਹਨਾਂ ਨੂੰ ਬੜਾ ਕੇ ਦੇਖ ਲਓ। ਗੂੜਤਾ, ਗੂੜ ਭੇਦਤਾ, ਸਦੈਵਤਾ, ਖੁੱਲ੍ਹੀ ਡੁੱਲੀ ਦੀਦਾਰਤਾ, ਨਾਲੇ ਸਦਾ ਅਦ੍ਰਿਸ਼ਟਤਾ। ਖੁੱਲ੍ਹੀ ਡੁੱਲੀ ਦੀਦਾਰਤਾ, ਨਾਲੇ ਸਦਾ ਅਦ੍ਰਿਸ਼ਟਤਾ, ਬਿਲਕੁਲ ਕੰਟਰਾਡਿਕਟ ਚੀਜ਼ਾਂ ਨੇ ਅਤੇ ਬਿਲਕੁਲ ਹੀ ਕੰਟਰਾਡਿਕਸ਼ਨ ਖਤਮ ਕਰਤੀ ਹੈ। ਜੋ ਨਿਰਗੁਣ ਅਤੇ ਸਰਗੁਣ, ਤੂੰ ਆਪੇ ਨਿਰਗੁਣ ਹੈ, ਆਪੇ ਸਰਗੁਣ, ਆਪੇ ਮੀਜ ਮਿਆਨੋ ਆ, ਤੂੰ ਹੀ ਨਿਰਗੁਣ ਹੈ, ਤੂੰ ਹੀ ਸਰਗੁਣ ਹੈ, ਉਹ ਕਹਿ ਰਿਹਾ ਇੱਥੇ। ਕਿੱਦਾਂ ਉਹ ਪੁਨਰ ਸਿਰਜਣਾ ਕਰ ਰਿਹਾ ਉਸ ਸਾਰੇ ਕੁਛ ਦੀ ਜਿਹੜਾ ਗੁਰੂ ਨੇ ਸਾਡੀ ਸੁਰਤ ਦੇ ਉੱਤੇ ਅਤੇ ਸਾਡਾ ਹੁਣ ਦਾ ਸਾਹਿਤ ਸਾਹਮਣੇ ਰੱਖ ਕੇ ਵੇਖ। ਕਹਿੰਦਾ ਗੁਰੂ ਅਵਤਾਰ ਗਰੀਬੀ ਲਈ ਧੁਰੋਂ, ਫਿਰ ਸਾਰਾ ਜੱਗ ਬਣ ਸਿੱਧਾ ਇੱਕ ਆਦਮੀ, ਇਹ ਰੰਗ ਵਰਤਦਾ ਜੋਗੀਆਂ ਵਿੱਚ ਜੋਗੀ ਹੋ। ਭੋਗੀਆਂ ਵਿੱਚ ਭੋਗੀ ਹੋ, ਭੋਗ ਦਾ ਕੋਈ ਰਿਜੈਕਸ਼ਨ ਨਹੀਂ ਹੈ, ਜੋਗੀਆਂ ਦੀ ਕੋਈ ਰਿਜੈਕਸ਼ਨ ਨਹੀਂ ਹੈ, ਪਰ ਜੋਗੀ ਅਤੇ ਭੋਗੀ ਆਪਸ ਵਿੱਚ ਦੁਨੀਆਂ 'ਚ ਵਿਰੋਧੀ ਨੇ। ਗੁਰੂ ਦੇ ਜੀਵਨ ਵਿੱਚ ਬਿਲਕੁਲ ਵਿਰੋਧ ਨਹੀਂ, ਗੁਰੂ ਘੋੜੇ ਰੱਖਦਾ ਹੈ, ਕਲਗੀ ਲਾਉਂਦਾ ਹੈ, ਸ਼ਿਕਾਰ ਖੇਡਦਾ ਹੈ, ਅਤੇ ਗੁਰੂ ਇਹ ਸਾਰੇ ਕੁਛ ਤੋਂ ਕਿਵੇਂ ਅਟੰਕ ਰਹਿੰਦਾ, ਕਿਵੇਂ ਉਹਨੂੰ ਸਾਰੇ ਕੁਛ ਨੂੰ ਜਦੋਂ ਮਰਜ਼ੀ ਛੱਡ ਦਿੰਦਾ। ਗ੍ਰਿਸਤੀਆਂ ਵਿੱਚ ਵੱਡਾ ਗ੍ਰਿਸਤੀ, ਪਿਆਰ ਦਾ ਦਾਤਾ, ਬਖਸ਼ਦਾ, ਪਤਾ ਬਸ ਵੱਧ ਘੱਟ ਲੱਗਦਾ, ਰੱਬ ਦੀ ਅਣੋਖਤਾ, ਆਦਮੀ ਆਦਮੀ ਸਭ ਨੂੰ ਦਿਸਦਾ। ਲੋਕ ਉਹਨੂੰ ਆਦਮੀ ਸਮਝੀ ਜਾਂਦੇ, ਕੋਈ ਕਹਿੰਦਾ ਉਹ ਪੂਰਨ ਪੁਰਖ, ਉਹ ਤੋਂ ਵੱਧ ਨਹੀਂ, ਜਿਹਦੀ ਜਿੰਨੀ ਸੁਰਤ ਉਹਨੇ ਉਹਨਾਂ ਕੀ ਵੇਖਿਆ। ਖਾਵੇ ਪੀਵੇ ਸੌਵੇਂ ਹੋਵੇ ਵਾਂਗ ਆਦਮੀ, ਗਰੀਬੀ ਕੱਟੇ ਅਮੀਰੀ ਪਰ ਸਭ ਝਾਕਦਾ, ਦੁਖੇ ਦਰਦੇ ਅਰਦਾਸ ਕਰੇ ਰਵੇ ਵਰਤੇ ਵਾਂਗ ਆਦਮੀ, ਦੁੱਖ ਸੁੱਖ ਧੁੱਪ ਛਾਂ ਲੰਮੀ ਸਾਰੀ ਜਰਾਂਦ ਭਾਰੀ, ਸਵੇ ਸਭ ਕੁਝ ਮਹਾਨ ਆਦਮੀ, ਸਿਪਾਹੀ ਇਕੱਲੀ ਹੰਕਾਰ ਦੱਸ ਆਇਆ ਹਾਂ, ਫੌਜ ਨਾਲ ਮਿਲਿਆ ਉਹ ਸਿੱਖ ਸੁਰਤ ਦੀ, ਪਰ ਸੁਰਤ ਸਾਰੀ ਬੱਜੀ ਹਾਲੇ ਹੁਕਮ ਫਿਰਦੀ। ਸਿੱਖਾਂ ਦੀ ਸੁਰਤ ਜਿਹੜੀ ਆ ਉਹ ਗੁਰੂ ਨੂੰ ਉਸ ਤਰ੍ਹਾਂ ਦੇਖ ਨਹੀਂ ਰਹੀ, ਉਹ ਗੁਰੂ ਦੇ ਆਹ ਵਾਲੇ ਝਲਕਾਰੇ ਦੇਖ ਰਹੀ ਹੈ ਜਿਹੜੇ ਜਿਹੜੇ ਉਹਨੇ ਵਰਣਨ ਕੀਤੇ। ਫੌਜ ਨਾਲ ਮਿਲਿਆ ਉਹ ਸੁਰਤ ਸਿੱਖ ਦੀ, ਪਰ ਸੁਰਤ ਸਾਰੀ ਬੱਜੀ ਹਾਲੇ ਹੁਕਮ ਫਿਰਦੀ, ਹੁਕਮ ਪਾਲਦੀ, ਹੁਕਮ ਹਾਲੇ ਨਾ ਜਾਣਦੀ। ਹੁਕਮ ਨੂੰ ਜਾਣਨ ਲਈ ਪ੍ਰਤੀਤੀ ਵਿੱਚ ਉਤਰਨਾ ਪੈਂਦਾ ਹੁਕਮ ਕੀ ਵਰਤ ਰਿਹਾ, ਇੱਕ ਓਂਕਾਰ ਕਿਵੇਂ ਆਕਾਰ ਧਾਰਨ ਕਰ ਰਿਹਾ, ਉਹ ਨਿਰਾਕਾਰ ਕਿਵੇਂ ਆਕਾਰ ਵਿੱਚ ਤਬਦੀਲ ਹੋ ਰਿਹਾ, ਅਤੇ ਕਿਵੇਂ ਉਹ ਸਫ਼ਰ ਚੱਲ ਰਿਹਾ, ਉਹ ਕਾਰ ਕਿਵੇਂ ਚੱਲ ਰਹੀ ਹੈ, ਸਮੇਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਉਹ ਖੋਲ੍ਹਦੀ ਜਾ ਰਹੀ ਹੈ। ਕਿਤੇ ਉਹ ਸਿਮਟ ਕੇ ਬੈਠ ਜਾਂਦਾ ਆ, ਇੱਕ ਤਾਂ ਉਹ ਇਕਾਗਰ ਹੋ ਜਾਂਦਾ ਆ, ਅਤੇ ਕਿਤੇ ਉਹ ਫੁੱਲ ਵਾਂਗੂ ਪ੍ਰਗਟ ਹੋ ਜਾਂਦਾ। ਕਹੋ ਫੁੱਲ, ਉਹ ਕਿਸ ਤਰ੍ਹਾਂ ਉਹ ਚੀਜ਼ਾਂ ਚੱਲ ਰਹੀਆਂ ਨੇ, ਅਤੇ ਉਹ ਸਾਡੇ ਕਵੀ ਦੀ ਸੁਰਤ 'ਤੇ ਅਸਰ ਪਾ ਕੇ ਉਸ ਜ਼ਮਾਨੇ ਦੀ ਬੋਲੀ ਦੇ ਵਿੱਚ ਉਤਰ ਕੇ ਅਤੇ ਸਾਨੂੰ ਕੋਈ ਚੀਜ਼ ਦੇ ਰਹੀਆਂ ਨੇ।
ਹੁਕਮ ਪਾਲਦੀ ਹੁਕਮ ਹਾਲੇ ਨਾ ਜਾਣਦੀ ਹੁਕਮ ਪਿਆਰ ਦੀ ਸੁਖਾਰ ਦੀ ਹੁਕਮ ਪਾ ਲੱਸਦੀ ਹੁਕਮ ਮੰਗਦੀ ਹੁਕਮ ਲੈਂਦੀ ਹੁਕਮ ਬੰਦੀ ਹੁਕਮ ਦੇ ਨਾਲ ਜਿਹੜਾ ਰਿਸ਼ਤਾ ਹੈ ਫੌਜਾਂ ਸਹੰਸਰਾਂ ਦੀ ਇਕੱਠਵੀਂ ਸੁਰਤ ਮਿਲਵੀਂ ਸੁਰਤ ਨਾਲ ਮਿਲੀ ਵੱਖਰੀ ਸੁਰਤ ਜਰਨੈਲ ਸੁਰਤ ਉੱਤੇ ਚੱਲਦੀ ਹੁਣ ਇੱਕ ਜਰਨੈਲ ਸੁਰਤ ਵੀ ਕੋਈ ਚੀਜ਼ ਹੁੰਦੀ ਫੌਜਾਂ ਲੱਖਾਂ ਦੀ ਸੁਰਤ ਉਹ ਹਿਲਦੀ ਪਰ ਅਹਿਲ ਇੱਕ ਟਿਕਾਓ ਉਹਦਾ ਆਪਣਾ ਉੱਥੇ ਹੁਕਮ ਵੱਸਦਾ ਪਰਵੱਟੇ ਜਿਹਦੇ ਦੀ ਨਿੱਕੀ ਜਿਹੀ ਸੈਨਤ ਵਿੱਚ ਦੋਵੇਂ ਵੱਸਦੀਆਂ ਪ੍ਰੈਲੈਆਂ ਅਤੇ ਅੰਮ੍ਰਿਤਤਾ ਕਹਿੰਦਾ ਭਾਈ ਨੰਦ ਲਾਲ ਕਹਿੰਦਾ ਨਾ ਉਹਦੇ ਭਰਵੱਟੇ ਦੇ ਹਿੱਲਣ ਨਾਲ ਉਹ ਕਹਿੰਦਾ ਪਰਲੇ ਵੀ ਆ ਸਕਦੀ ਅਤੇ ਅੰਮ੍ਰਿਤਤਾ ਵੀ ਆ ਸਕਦੀ ਮੌਤ ਅਤੇ ਜ਼ਿੰਦਗੀ ਉਹਦੇ ਇੱਕ ਅਬਰੂ ਦੇ ਨਾਲ ਅਬਰੂ ਸ਼ਾਇਦ ਕਹਿੰਦੇ ਨੇ ਭਰਵੱਟੇ ਦੇ ਨਾਲ ਹੀ ਹਿੱਲਣ ਨਾਲ ਹੀ ਹੋ ਜਾਂਦੀ ਹੈ ਅਤੇ ਉਸ ਖੁੱਲ੍ਹੀ ਪੇਸ਼ਾਨੀ ਨੂੰ ਹੁਕਮ ਦੀ ਖਬਰ ਸਾਰੀ ਉਹਦੇ ਕਹਿੰਦਾ ਮੱਥੇ 'ਚ ਸਾਰੀ ਹੁਕਮ ਦੀ ਸਮਝ ਹੈ ਜਿਸ ਹੁਕਮ ਨੂੰ ਸਮਝਣ ਲਈ ਸਿੱਖਾਂ ਨੂੰ ਮਿਹਨਤ ਕਰਨੀ ਪੈਣੀ ਉੱਥੇ ਜਾਣਾ ਪੈਣਾ ਉਹ ਗੁਰੂ ਦੇ ਮੱਥੇ 'ਚ ਸਾਰੀ ਗੁਰੂ ਦੀ ਸੁਰਤ ਵਿੱਚ ਸਾਰੀ ਪਈ ਹੋਈ ਹੈ ਗੁਰ ਅਵਤਾਰ ਸੁਰਤ ਦੀ ਉਹ ਦੱਸ ਰਿਹਾ ਉੱਚਤਾ ਚਲੋ ਕਵਿਤਾ ਤਾਂ ਲੰਮੀ ਆ ਆਪਾਂ ਵਿੱਚੋਂ ਥੋੜ੍ਹਾ ਚੀਜ਼ਾਂ ਛੱਡ ਲੈਂਦੇ ਹਾਂ ਅਤੇ ਉਹਨੇ ਗੁਰੂ ਦੀ ਸਿੱਖ ਦੇ ਨਾਲ ਜਿਹੜਾ ਰਿਸ਼ਤਾ ਆ ਉਹਦੇ ਬਾਰੇ ਵੀ ਗੱਲ ਕੀਤੀ ਸੁੱਤਾ ਹੋਵੇ ਸਿੱਖ ਗੁਰੂ ਜਾਗਦਾ ਭੁੱਲਾ ਹੋਵੇ ਸਿੱਖ ਗੁਰੂ ਵੜ ਦਿਲ ਉਹਦੇ ਸਿੱਖ ਪ੍ਰਾਣ ਕੱਸਦਾ ਖਿੱਚਦਾ ਸਿੱਖ ਨੂੰ ਪ੍ਰੀਤ ਪੀੜ ਪੀੜਦਾ ਗੁਰੂ ਆਵੇਸ਼ ਦਾ ਹੜ ਟੋਰਦਾ ਉਹ ਕਹਿੰਦਾ ਜੇ ਗੁਰੂ ਵੱਲ ਸਿੱਖ ਪਿੱਠ ਵੀ ਕਰ ਲਵੇ ਸੌਂ ਵੀ ਜਾਵੇ ਗੁਰੂ ਜਾਗਦਾ ਰਹਿੰਦਾ ਅਜੋਗਾ ਸਿੰਘ ਉਹ ਗੁਰੂ ਤੇ ਉੱਥੇ ਉਹ ਕੀ ਕਰ ਰਿਹਾ ਉਹਦੇ ਨਾਲ ਉਹ ਚੀਜ਼ਾਂ ਦੇਖੋ ਕਿਵੇਂ ਉਹਨੇ ਆਪਣੇ ਵਿਰਸੇ 'ਚੋਂ ਆਪਣੇ ਇਤਿਹਾਸ 'ਚ ਚੀਜ਼ਾਂ ਨੂੰ ਕਸ਼ੀਦ ਕਰਕੇ ਉਹਨੇ ਬੰਨ ਕੇ ਤੁਹਾਡੇ ਸਾਹਮਣੇ ਪੇਸ਼ ਕਰਤਾ ਇੱਕ ਕਵਿਤਾ ਜਿਹੜੀ ਆ ਕਿੰਨੀ ਅਨਫੋਲਡਮੈਂਟ ਦੀ ਮੰਗ ਕਿੰਨੀਆਂ ਪਰਤਾਂ ਸਦੀਆਂ ਦੀਆਂ ਉਹਦੇ ਵਿੱਚ ਸੁੱਤੀਆਂ ਹੋਈਆਂ ਨੇ ਇਹ ਹੁਣ ਆਪਣੀ ਆ ਜ਼ਰੂਰਤ ਕਿੰਨਾ ਕੁ ਭੱਜ ਗਾ ਸਕਦੇ ਹੁਣ ਅੱਗੇ ਚੱਲਦੇ ਹਾਂ ਗੁਰੂ ਅਵਤਾਰ ਅਥਾਹ ਸਾਗਰ ਚੁੱਪ ਬੇਅੰਤ ਬੇਨਿਆਜ ਸਾਈਂ ਹਸੀ ਨਰਮ ਨਰਮ ਬੋਲ ਮਿੱਠੇ ਮਿੱਠੇ ਚਰਨ ਕਮਲਾਂ ਦੀ ਛੂਹਾਂ ਵਿੱਚ ਮਿਹਰਾਂ ਵੱਸਦੀਆਂ ਕੇਵਲ ਇੱਕ ਨਾਮ ਦੱਸਦਾ ਸਤਨਾਮ ਆਖਦਾ ਬੋਲੋ ਵਾਹਿਗੁਰੂ ਉਹ ਬੰਦਾ ਹੀ ਹੋਰ ਹੈ ਉਹਨੂੰ ਸਮਝਣ ਲਈ ਹੋਰ ਹੋਣਾ ਪੈਂਦਾ ਹੈ ਜੇ ਤੁਸੀਂ ਵੈਸਟਰਨ ਕ੍ਰਿਟਿਸਿਜ਼ਮ ਦੇ ਨਾਲ ਜਾਂ ਸਾਡੇ ਪੰਜਾਬ 'ਚ ਪ੍ਰਚਲਿਤ ਕ੍ਰਿਟਿਸਿਜ਼ਮ ਦੇ ਨਾਲ ਉਹਦੀ ਕਵਿਤਾ ਦੀ ਛਿਲ ਤਰਾਸ਼ੀ ਕਰੋਗੇ ਤੁਸੀਂ ਧੱਕਾ ਕਰੋਗੇ ਦਿੰਦਾ ਇੱਥੇ ਵਾਹਿਗੁਰੂ ਅੱਛਾ ਚਰਨ ਕਮਲਾਂ ਦੀਆਂ ਛੂਹਾਂ ਵਿੱਚ ਮਿਹਰਾਂ ਵੱਸਦੀਆਂ ਕਿੰਨੇ ਗੁਰਦੁਆਰੇ ਚਰਨ ਕਮਲ ਦੇ ਨਾਂ 'ਤੇ ਚਰਨ ਕਮਲਾਂ ਦੀਆਂ ਛੂਹਾਂ ਵਿੱਚ ਮਿਹਰਾਂ ਵੱਸਦੀਆਂ ਕੇਵਲ ਇੱਕ ਨਾਮ ਦੱਸਦਾ ਸਤਨਾਮ ਆਖਦਾ ਬੋਲੋ ਵਾਹਿਗੁਰੂ ਗੀਤਾ ਦੀ ਮੈਂ ਆ ਇੱਥੇ ਚੁੱਪ ਖਾਂਦੀ ਉਹ ਜਿੱਥੇ ਅਗਲੀਆਂ ਗੱਲਾਂ ਜਿੱਥੇ ਉਹਦਾ ਲੈਵਲ ਅਗਲੇ ਪਾਸੇ ਚਲਾ ਜਾਂਦਾ ਹੁਣ ਗੀਤਾ ਦੇ ਵਿੱਚ ਮੈਂ ਹੈ ਪਹਿਲਾਂ ਤਾਂ ਉਹਨੇ ਇਹ ਪਛਾਣਿਆ ਵੀ ਗੀਤਾ ਦੇ ਵਿੱਚ ਕੋਈ ਮੈਂ ਹੈ ਹੁਣ ਉਹ ਕਿੰਨਿਆਂ ਕਿੰਨੇ ਪਛਾਣਿਆ ਜਿਵੇਂ ਸੈਮੀਨਾਰ 'ਚ ਅਤੇ ਆਮ ਖੁੰਡ 'ਤੇ ਬੈਠੇ ਲੋਕਾਂ ਸੈਮੀਨਾਰ 'ਚ ਬਹਿਣ ਵਾਲੇ ਬੰਦਿਆਂ ਨੇ ਇੱਕ ਖਾਸ ਕਿਸਮ ਦੀ ਭਾਸ਼ਾ ਦੀ ਅਤੇ ਹੋਰ ਚੀਜ਼ਾਂ ਦੀ ਤਿਆਰੀ ਕੀਤੀ ਹੁੰਦੀ ਹੈ ਇਸ ਕਰਕੇ ਇੱਥੇ ਬੋਲਣ ਵਾਲੇ ਬੰਦਿਆਂ ਦਾ ਆਪਸੀ ਸੰਵਾਦ ਥੋੜ੍ਹਾ ਸਹਿਜ ਹੋ ਜਾਂਦਾ ਅਤੇ ਜੇ ਉਹੀ ਗੱਲਾਂ ਆਪਾਂ ਜਾ ਕੇ ਪਿੰਡ ਅਤੇ ਸੱਥ ਦੇ ਵਿੱਚ ਹੋਰ ਥਾਵਾਂ 'ਤੇ ਕਰਨੀਆਂ ਹੋਣ ਸਾਨੂੰ ਬੋਲੀ ਬਦਲਣੀ ਪੈਣੀ ਲਹਿਜਾ ਵੀ ਬਦਲਣਾ ਪੈਣਾ ਸਾਰਾ ਕੁਝ ਉਦਾਹਰਨਾਂ ਵੀ ਬਦਲਣੀਆਂ ਪੈਣੀਆਂ ਉੱਥੇ ਹੋਰ ਤਰ੍ਹਾਂ ਦੀਆਂ ਹੁੰਦੀਆਂ ਤਾਂ ਤੁਹਾਡੀ ਖਾਸ ਤਰ੍ਹਾਂ ਦੀ ਤਿਆਰੀ ਹੈ ਅਤੇ ਪੂਰਨ ਸਿੰਘ ਨੂੰ ਸਮਝਣ ਲਈ ਇੱਕ ਵੱਖਰੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਤਿਆਰੀ ਜਿਵੇਂ ਸੈਮੀਨਾਰ ਲਈ ਆਪਾਂ ਆਪਣੀ ਪਰਸਨੈਲਿਟੀ ਨੂੰ ਸ਼ਿੰਗਾਰਿਆ ਇਵੇਂ ਪੂਰਨ ਸਿੰਘ ਦੇ ਨੇੜੇ ਜਾਣ ਲਈ ਵੀ ਕਰਨਾ ਪੈਂਦਾ ਮੈਂ ਕੋਈ ਨਾ ਕੂਕਦਾ ਬ੍ਰਹਮ ਸੱਤਾ ਨਿਰੋਲ ਮਨੁੱਖ ਰੂਪ ਬੈਠੀ ਚੁੱਪ ਬੋਲਦੀ ਬ੍ਰਹਮ ਸੱਤਾ ਹੈ ਅਤੇ ਮਨੁੱਖ ਰੂਪ ਵਿੱਚ ਚੁੱਪ ਵੇਖਦੀ ਚੁੱਪ ਸ਼ਬਦ ਗਾਉਂਦੀ ਸੱਤਾ ਸਾਰੀ ਇੱਥੇ ਸਭ ਕੁਝ ਇੱਥੇ ਕੁੱਲ ਇਹ ਇੱਥੇ ਜੁਜ ਇਹ ਇੱਥੇ ਕੁੱਲ ਵੀ ਹੈ ਅਤੇ ਜੁਜ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਖੰਡ ਖੰਡ ਸੋ ਜਾਣੋ ਇੱਕ ਨਿੱਕਾ ਜਿਹਾ ਕਿਣਕਾ ਹੁਣ ਤਾਂ ਜਿਹੜੇ ਐਟਮ ਦੀ ਖੋਜ ਕਰਨ ਵਾਲੇ ਉਹਨਾਂ ਵੀ ਦੱਸਤਾ ਵੀ ਇੱਕ ਐਟਮ ਦੇ ਅੰਦਰ ਵੀ ਬਹੁਤ ਸਭ ਐਟੋਮਿਕ ਵਰਲਡ ਦੇ ਅੰਦਰ ਉਸ ਤਰ੍ਹਾਂ ਦੀਆਂ ਊਰਜਾ ਘੁੰਮ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਬ੍ਰਹਿਮੰਡ ਦੇ ਵਿੱਚ ਗਲੈਕਸੀਜ਼ ਗਰਦਿਸ਼ ਹੋ ਰਹੀ ਉਹ ਇੱਥੇ ਕੀ ਕਹਿ ਰਿਹਾ ਜੁਜ ਇਹ ਕੁੱਲ ਇਹ ਇੱਥੇ ਇਹ ਉਹਦੇ ਵਿੱਚ ਹੀ ਸਾਰਾ ਸੰਸਾਰ ਹੈ ਗੁਰੂ ਦੇ ਅੰਦਰ ਹੀ ਸਾਰਾ ਸੰਸਾਰ ਸੁਣਨ ਬੋਲਣ ਵਾਲਾ ਇੱਕ ਇਹ ਜਿੱਥੇ ਮੈਂ ਅਤੇ ਤੂੰ ਖਤਮ ਹੋ ਜਾਂਦਾ ਤੋਹੀ ਮੋਹੀ ਅੰਤਰ ਕਹਿ ਸੁਣਨ ਬੋਲਣ ਵਾਲਾ ਇੱਕ ਇਹ ਬੋਲੇ ਕਿਉਂ ਸੁਣਨ ਵਾਲਾ ਕਿੱਥੇ
ਦਰਸ਼ਨ ਦੇਖਣ ਵਾਲਾ, ਦਿਸਣ ਵਾਲੀ ਚੀਜ਼ ਅਤੇ ਅਚੀਜ਼, ਅਚੀਜ਼ ਲਫ਼ਜ਼ ਵਰਤਿਆ ਉਹਨੇ, ਅਚੀਜ਼। ਮੈਂ ਨਹੀਂ ਪੰਜਾਬੀ ਸਾਹਿਤ ਕਿਤੇ ਅਚੀਜ਼ ਲਫ਼ਜ਼ ਵੇਖ ਵੇਖ, ਚੀਜ਼ ਅਤੇ ਅਚੀਜ਼। ਪੂਰਨ ਸਿੰਘ ਤਾਂ ਕੋਈ ਸ਼ਬਦ ਬਣਾ ਦਿੰਦਾ ਸ਼ਾਇਦ, ਪਤਾ ਨਹੀਂ ਕੀ ਨਵੇਂ ਸ਼ਬਦ ਕਰ ਦਿੰਦਾ, ਆ ਮੈਂ ਉਹਨੇ ਘੜਿਆ ਸ਼ਬਦ। ਇੱਕ ਲਫ਼ਜ਼ ਦੇ ਉੱਤੇ ਇੱਕ PhD ਥੀਸਿਸ ਵਰਗੀ ਕਿਤਾਬ ਲਿਖੀ ਹੋਈ ਹੈ ਕੁਲਵੰਤ ਸਿੰਘ ਗਰੇਵਾਲ ਨੇ। ਹੁਣ ਆ ਅਚੀਜ਼ 'ਤੇ ਵੀ ਕੋਈ ਲਿਖ ਸਕਦਾ, ਬਸ਼ਰਤੇ ਕਿ ਉਨੀ ਕਾਬਲੀਅਤ। ਰਚਨਹਾਰ ਰਚਨਾ ਵੱਖ ਕੁਝ ਨਾ ਸਭ ਵਾਹਿਗੁਰੂ, ਗੀਤ ਗਾਣਾ ਬਣਦਾ ਕੀਰਤਨ ਸੋਭਦਾ, ਵਾਹਿਗੁਰੂ ਗੂੰਜ ਨਿਰੋਲ ਉਹਦਾ ਨਾਮ ਹੈ, ਇਹ ਰਾਗ ਰੰਗ ਵਿੱਚ ਮੈਂ ਸਭ ਕਰੂਪ ਦਿਸਦੀ। ਹੁਣ ਕੀਰਤਨ ਦੀ ਸਾਹਿਤ ਦੇ ਵਿੱਚ ਜਿਹੜਾ ਗੀਤ ਸੰਗੀਤ ਜਿਹੜਾ ਸਾਹਿਤ ਹੈ ਉਹ ਕਿੱਥੇ ਜਾ ਕੇ ਮੁੱਕ ਰਿਹਾ, ਇੱਥੇ ਉਹ ਕੀ ਹੋ ਰਿਹਾ ਆ ਕਲਮ ਨੂੰ, ਅੱਖਰਾਂ ਨੂੰ, ਬੋਲੀ ਨੂੰ, ਗੁਰੂ ਘਰ ਵਿੱਚ ਆ ਕੇ ਗੀਤ ਨੂੰ ਕੀ ਹੋ ਜਾਂਦਾ, ਲੋਕ ਜਾਣੇ ਇਹ ਗੀਤ ਹੈ। ਹੁਣ ਇਹਦੀ ਵਡਿਆਈ ਦੇਖੋ, ਇੱਥੇ ਉਹ ਦੱਸ ਰਿਹਾ ਕਹਿੰਦਾ ਇਹ ਗੀਤ ਹੀ ਹੈ, ਕੀਰਤਨ ਵੀ ਤਾਂ ਗਾਉਣਾ ਹੀ ਹੈ, ਗੀਤ ਮਤਲਬ ਲਗਾਉਣ ਵਾਲੀ ਚੀਜ਼, ਉਹ ਵੀ ਤਾਂ ਗਾਏ ਨਹੀਂ ਹੈ ਕਹਿੰਦਾ, ਪਰ ਇਹ ਹੋਰ ਚੀਜ਼ ਹੈ, ਉਹ ਗੀਤ ਨਹੀਂ ਹੈ। ਗੀਤ ਗਾਣਾ ਬਣਦਾ ਕੀਰਤਨ ਸੋਭਦਾ, ਵਾਹਿਗੁਰੂ ਗੂੰਜ ਨਿਰੋਲ ਉਹਦਾ ਨਾਮ ਹੈ, ਇਹ ਰਾਗ ਰੰਗ ਵਿੱਚ ਮੈਂ ਸਭ ਕਰੂਪ ਦਿਸਦੀ, ਕਰੂਪ ਹੁੰਦੀ ਸ਼ਰਮਾਉਂਦੀ ਨੱਸਦੀ ਭੈੜੀ ਭੈੜੀ, ਕਹਿੰਦਾ ਆਪੇ ਹੀ ਮੈਂ ਨੱਸ ਜਾਂਦੀ ਇੱਥੋਂ, ਇਹੋ ਜਿਹਾ ਸਾਰਾ ਅਸਰ ਹੈ। ਗੀਤਾ ਮੈਂ ਗੀਤਾ ਬੋਲੀ ਮੈਂ, ਹੈਵਾਨ ਹੰਕਾਰ ਤਲੂੰ ਬੋਲਿਆ ਮੈਂ। ਗੀਤਾ ਕਿਹੜੀ ਚੀਜ਼ ਨੂੰ ਵਧਾਉਂਦੀ ਹੈ, ਗੀਤਾ ਜਿਹੜੀ ਚੀਜ਼ ਨੂੰ ਪੈਦਾ ਕਰ ਰਹੀ ਹੈ, ਕੌਣ ਪਛਾਣੇ ਕ੍ਰਿਸ਼ਨ ਮੈਂ ਹੋਰ, ਇਹ ਉਹ ਨਹੀਂ ਹੈ। ਹੁਣ ਉਹ ਦੱਸ ਰਿਹਾ ਵੀ ਅਸਲ ਮੈਂ ਕਿਹੜੀ ਸੀ, ਕ੍ਰਿਸ਼ਨ ਮੈਂ ਕਿਹੜੀ ਸੀ, ਅਤੇ ਗੀਤਾ 'ਚੋਂ ਕਿਹੜੀ ਮੈਂ ਕੱਢ ਲਈ ਗਈ। ਆਵਾਜ਼ ਇੱਕ ਕਾਲਾ ਅੱਖਰ ਇੱਕ ਧੂਣੀ ਉਹ ਗੂੰਜਦੀ, ਧੁਨੀ ਉਹੀ ਗੂੰਜਦੀ, ਅਤੇ ਕਾਲ ਗਰਸਿਆ ਮਨ ਬੋਲਦਾ ਠੀਕ ਇੱਕੋ ਹੈ। ਕਹਿੰਦਾ ਕਾਲ ਨੇ ਉਹਦੇ ਮਨ ਦੇ ਉੱਤੇ ਉਹ ਚੇਤਨਾ 'ਤੇ ਅਸਰ ਪਾ ਲਿਆ। ਕਾਲ ਅਤੇ ਚੇਤਨਾ ਇੱਕ ਹੁੰਦੇ ਨਾ, ਕੌਂਸ਼ੀਅਨੈਸ ਇਜ਼ ਟਾਈਮ, ਟਾਈਮ ਇਜ਼ ਕੌਂਸ਼ੀਅਸ, ਚੇਤਨਾ ਬਦਲ ਜਾਂਦੀ ਨਾ, ਸਮਾਂ ਬਦਲਦਾ ਚੇਤਨਾ ਬਦਲ ਜਾਂਦਾ। ਉਹ ਕਹਿੰਦਾ ਉਹਨਾਂ ਨੇ ਗਲਤ ਸਮਝ ਲਿਆ ਲੋਕਾਂ ਨੇ, ਅਸਲ 'ਚ ਜਿਹੜੀ ਮੈਂ ਸੀ, ਜਿਹਦੀ ਗੱਲ ਉੱਥੇ ਕਹੀ ਸੀ ਉਹ ਹੋਰ ਸੀ, ਸਮਝ ਕੋਈ ਹੋਰ ਲਈ ਗਈ। ਅਰਜਨ ਦੀ ਅਚਰਜਤਾ ਭਗਤੀ ਅੱਜ ਜਾਗ ਰਹੀ ਨਹੀਂ ਹੈ। ਜੇ ਅਰਜਨ ਦੀ ਅਚਰਜਤਾ ਵਾਲੀ ਭਗਤੀ ਜਿਹੜਾ ਉਹ ਆਪਣੇ ਸਾਰਥੀ ਨੂੰ ਮੁਹੱਬਤ ਕਰਦਾ, ਜੇ ਉਹ ਜਗਦੀ ਹੁੰਦੀ ਤਾਂ ਉਸ ਵੇਲੇ ਦੀ ਹਿੰਦੁਸਤਾਨ ਦੀ ਹੋਣੀ ਹੋਰ ਹੁੰਦੀ। ਅਸਲੀ ਗੱਲ ਉਹ ਵਿਸ਼ਾਲ ਮੂਰਤ ਸਾਰੀ ਇੱਕ ਨਿੱਕੇ ਸਾਦੇ ਕਾਲੇ ਕ੍ਰਿਸ਼ਨ ਵਿੱਚ ਬਸ, ਉਹ ਸੱਚ ਸਾਰਾ ਬਾਕੀ ਫਲਸਫਾ ਅਤੇ ਉਹ ਕੂੜ ਦਿਸਦਾ। ਸਹੀ ਦਿਸ ਹੀ ਨਹੀਂ ਰਿਹਾ, ਸੱਚ ਤਾਂ ਕ੍ਰਿਸ਼ਨ ਸੀ, ਅਤੇ ਸੱਚ ਸਮਝ ਲਿਆ ਗੀਤਾ ਨੂੰ, ਜਿਹੜਾ ਕਵੀ ਅਤੇ ਕਵਿਤਾ ਦਾ ਰਿਲੇਸ਼ਨ ਹੈ। ਕਹਿੰਦਾ ਕਵੀ ਨੂੰ ਜ਼ਿਆਦਾ ਪਿਆਰ ਕਰਦੇ ਅਸੀਂ, ਮੁਹੱਬਤ ਤਾਂ ਕ੍ਰਿਸ਼ਨ ਨਾਲ ਹੋਣੀ ਚਾਹੀਦੀ ਸੀ, ਫਲਸਫੇ ਨਾਲ ਹੋ ਗਈ। ਉਹ ਸੱਚ ਸਾਰਾ ਬਾਕੀ ਫਲਸਫਾ ਅਤੇ ਉਹ ਕੂੜ ਦਿਸਦਾ, ਜਾਦੂ ਸਿਰ ਚੜ੍ਹ ਬੋਲਦਾ ਕਵੀ ਉੱਚੇ ਲੱਖ, ਬ੍ਰਹਮ ਸੱਤਾ ਦੀ ਵਿਸ਼ਾਲ ਅਨੰਤ ਚੁੱਪ ਵਿੱਚ ਰਸ ਲੀਨ ਹੋ, ਰਸ ਪੀ ਪੀ ਕਦੀ ਕਦੀ ਕੁਝ ਬੁੱਝਦੇ। ਬਹੁਤ ਵੱਡੇ ਕਵੀਆਂ ਨੂੰ ਕਹਿੰਦਾ ਕੁਝ ਮਾੜਾ ਜਿਹਾ ਕਦੇ ਲੱਭ ਜਾਂਦਾ, ਉਹਨਾਂ ਦੀ ਰਸੀਲੀ ਅੱਖ ਕੁਝ ਦੇਖਦੀ, ਮਤਲਬ ਕਿ ਜਿਹੜਾ ਇਹ ਸੱਚ ਆ, ਅਧਿਆਤਮਿਕ ਸੱਚ ਆ, ਇਹਦੇ ਨਾਲ ਜੁੜਨ ਲਈ ਬੰਦੇ ਦਾ ਕਾਵਿਕ ਹੋਣਾ ਜ਼ਰੂਰੀ ਹੈ। ਉਹਦੇ ਅੰਦਰ ਜੋ ਕਵੀ ਦੇ ਅੰਦਰ ਸਾਰਾ ਉਹ ਤਰਲਤਾ, ਉਹ ਸਿਰਜਣਾਤਮਕਤਾ, ਸੰਗੀਤ ਦੀ ਉਹ ਸਮਝ, ਸ਼ਬਦਾਂ ਨਾਲ ਉਹ ਖੇਡ, ਉਹ ਸ਼ਬਦਾਂ ਦਾ ਜਾਦੂ, ਉਹ ਸ਼ਬਦਾਂ ਦਾ ਚਾਨਣ ਜੇ ਨਹੀਂ ਹੈ ਤਾਂ ਫਿਰ ਨਹੀਂ ਸਮਝ ਲੱਗੇਗੀ ਅਧਿਆਤਮਿਕ ਸੱਚ ਦੀ, ਇਸੇ ਕਰਕੇ ਨਹੀਂ ਲੱਗਦੀ। ਉਹਨਾਂ ਦਾ ਦਿਲ ਚੰਗਾ ਕਦੀ ਹੋਵਦਾ ਸਭ ਨੂੰ ਮੈਂ ਆਖਦੇ, ਇਹ ਕਵੀਆਂ ਰੰਗੀਲੀਆਂ ਰਸੀਲੀਆਂ ਦੀ ਮੈਂ, ਬ੍ਰਹਮ ਸੱਤਾ ਦੇ ਰਸ ਦੀਆਂ ਝਲਕਾਂ ਝਾਂਵਲੇ, ਇਹ ਕੀ ਸੰਵਾਰਦੇ ਇਹ ਨਿਰੇ ਕਵੀ ਦਿਲਾਂ 'ਤੇ ਪੈਣ ਵਾਲੀ ਫੁਹਾਰ ਵੇ। ਹੁਣ ਉੱਥੇ ਆ ਕੇ ਕਹਿੰਦਾ ਵੀ ਕਵਿਤਾ ਵੀ ਥੱਲੇ ਰਹਿ ਜਾਂਦੀ, ਕਵਿਤਾ ਵੀ ਛੋਟੀ ਸਾਬਤ ਹੋ ਜਾਂਦੀ, ਕਵੀਆਂ ਨੂੰ ਜੇ ਉਹ ਥੋੜ੍ਹਾ ਝਲਕਾਰਾ ਵੱਜਦਾ ਵੀ ਹੈ ਤਾਂ ਉਹ ਇੱਕ ਫੁਹਾਰ ਮਾਤਰ ਆ, ਉਹ ਪਾਣੀ ਦਾ ਅਸਲ ਵੱਡਾ ਸੋਮਾ ਸਮੁੰਦਰ ਨਹੀਂ ਹੈ, ਉਹ ਇੱਕ ਛੋਟੀ ਜਿਹੀ ਬਾਰਿਸ਼ ਦੀ ਫੁਹਾਰ ਹੈ। ਹੰਕਾਰ ਅੱਗੇ ਵੱਧਦਾ, ਬੇਰਸ ਉਹ ਹੇਕਾਂ ਲਾਉਂਦਾ, ਬੇਰਸ ਉਹ ਡਿੱਗਦਾ ਢਹਿੰਦਾ, ਪਰ ਮਨ ਆਖ ਠੀਕ ਗੀਤਾ ਕਦੀ ਕੂੜ ਆਖਦੀ। ਕਹਿੰਦਾ ਗੀਤਾ ਤਾਂ ਨਹੀਂ ਝੂਠ ਬੋਲਦੀ, ਬੰਦਿਆਂ ਨੂੰ ਸਮਝਣ 'ਚ ਗਲਤੀ ਲੱਗ ਗਈ ਹੈ। ਹੁਣ ਆਪਾਂ ਥੋੜ੍ਹਾ ਅੱਗੇ ਛੱਡ ਕੇ ਅੱਗੇ ਚੱਲਦੇ ਹਾਂ। ਉਹ ਕਹਿੰਦਾ ਕਵੀ ਕਥਨਾ, ਪਰ ਮਨ ਆਖ ਠੀਕ ਕੀ ਗੀਤਾ ਕਦੀ ਕੂੜ ਆਖਦੀ, ਕਵੀ ਕਥਨਾ ਵਿੱਚ ਵੜ ਰਸ ਪੀਣ, ਰਸ ਥੀਣ ਰਸੀਣ ਦਾ ਅੰਦਰੋਂ ਅੰਦਰ ਇੱਕ ਸਵਾਦ ਹੈ। ਉਹਦਾ ਇੱਕ ਰਸ ਸਵਾਦ ਜਿਹੜਾ ਆ ਕਵਿਤਾ ਨੂੰ ਮਾਨਣ ਦਾ, ਜਿਵੇਂ ਅਧਿਆਤਮਿਕ ਗਿਆਨ ਬਾਰੇ ਗੁਰਬਾਣੀ 'ਚ ਆਉਂਦਾ ਕਿ ਗੁੰਗੇ ਦੀ ਮਠਿਆਈ ਵਰਗਾ,
ਜੇ ਗੂੰਗੇ ਨੇ ਮਠਿਆਈ ਖਾ ਲਈ, ਹੁਣ ਬੋਲ ਕੇ ਦੱਸ ਨਹੀਂ ਸਕਦਾ ਪਰ ਉਹਦਾ ਚਿਹਰਾ ਦੱਸੇਗਾ। ਉਹ ਰਸ ਨੇ ਉਹਦੇ ਸਰੀਰ ਦੇ ਵਿੱਚ ਰਸੀਣ ਕੇ ਉਹਦੇ ਵਜੂਦ ਦੇ ਵਿੱਚ ਆਪਣਾ ਰਸ ਘੋਲ ਕੇ ਉਹਦੇ ਚਿਹਰੇ 'ਤੇ ਇੱਕ ਖੁਸ਼ੀ ਲੈ ਆਉਂਦੀ ਹੈ, ਬਸ ਉਹ ਹੀ ਦੱਸਦੀ ਹੈ ਵੀ ਕੀ ਹੋਇਆ ਉਹਨੂੰ। ਅੰਦਰੋਂ ਅੰਦਰ ਇੱਕ ਸਵਾਦ ਹੈ ਪਰ ਨਸ਼ੇ ਭਰੇ ਵੇਲੇ ਦੀ ਇੱਕ ਬੋਹਕ ਹੋ ਜਿਵੇਂ ਖੁਸ਼ੀ ਦੀ ਚੀਖ ਵੱਜਦੀ। ਕਵੀ ਬੋਹਕ ਆਕਾਸ਼ ਬਾਣੀ ਨਹੀਂ ਹੈ, ਕਿੱਡਾ ਵੱਡਾ ਫੈਸਲਾ। ਕਹਿੰਦਾ ਜੇ ਕਵੀ ਨੇ ਕਵਿਤਾ ਲਿਖ ਲਈ ਆ ਇਹ ਆਕਾਸ਼ ਬਾਣੀ ਨਹੀਂ ਹੈ ਅਤੇ ਇਹ ਗੁਰੂ ਅਰਜਨ ਨੂੰ ਪ੍ਰਵਾਨ ਨਹੀਂ ਹੋ ਸਕਦੀ। ਅੱਗੇ ਆਏਗਾ, ਆਏਗਾ ਗੁਰੂ ਅਰਜਨ ਦੇਵ ਨੇ ਗ੍ਰੰਥ ਨਹੀਂ ਚਾੜੀ। ਕਿੰਨੇ ਕਵੀਆਂ ਦੀ ਕਾਨੇ ਉਹਨਾਂ ਦੀ ਮੋੜ ਦਿੱਤੀ ਸੀਗੀ। ਕਹਿੰਦਾ ਕਵੀ ਬੋਹਕ ਆਕਾਸ਼ ਬਾਣੀ ਨਹੀਂ ਹੈ, ਜਿਹੜਾ ਬਾਣੀ ਦਾ ਅਤੇ ਕਵਿਤਾ ਦਾ ਫਰਕ ਹੈ। ਕਿੱਡੀ ਵੱਡੀ ਜਿਹੜੀ ਆਲੋਚਨਾ ਦੇ ਸੰਸਾਰ ਦੀ ਇੱਕ ਚੀਜ਼ ਸਾਨੂੰ ਉਹਨੇ ਦੇ ਦਿੱਤੀ, ਜਿੱਥੇ ਸਾਡੀ ਬਾਣੀ ਨੂੰ ਗੁਰਮਤਿ ਸਾਹਿਤ ਜਦੋਂ ਕਿਹਾ ਜਾਂਦਾ ਇਹ ਬੇਅਦਬੀ ਹੈ, ਇਹ ਬੇਅਦਬੀ ਹੈ ਅਸਲ ਵਿੱਚ। ਇਹ ਸਾਡੀਆਂ ਯੂਨੀਵਰਸਿਟੀਆਂ ਅਤੇ ਇਹਨਾਂ ਦੇ ਵਿਦਵਾਨ ਕਰਦੇ ਰਹੇ, ਹੁਣ ਤੱਕ ਅਜੇ ਵੀ ਕਰੀ ਜਾਣੀ ਇਹਨਾਂ ਨੇ। ਮੈਂ ਇਹਨੇ ਜੋਗਾ ਹੈ ਤਾਂ ਨਹੀਂ ਪਰ ਢਾ ਰਿਹਾ ਇਹਨਾਂ ਨੂੰ, ਮੈਂ ਤਾਂ ਇੱਥੇ ਖਲੋ ਕੇ ਕਹਿ ਸਕਦਾ ਉਹ ਆਹ ਕਹਿ ਰਿਹਾ ਕਿੰਨੇ ਸੌ ਸਾਲ ਪਹਿਲਾਂ, 100 ਸਾਲ ਪੂਰਾ ਪਹਿਲਾਂ। ਉਹ ਕਹਿੰਦਾ ਕਵੀ ਦੀ ਬੋਹਕ ਆਕਾਸ਼ ਬਾਣੀ ਨਹੀਂ ਹੈ, ਗੁਰੂ ਅਰਜਨ ਦੇਵ ਨੇ ਗ੍ਰੰਥ ਨਹੀਂ ਚਾੜੀ। ਲੋਕੀ ਇਸ ਬੋਹਕ ਨੂੰ ਫੜ ਫੜ ਕੁੱਟਦੇ, ਨਸ਼ਾ ਪੀਣਾ ਨਹੀਂ, ਨਸ਼ੇ ਦੇ ਅਸਰ ਨੇੜੇ ਥੀ ਦਾਰੂ ਕੱਢਣ ਦੀ ਕਰਦੇ, ਪਰ ਨਸ਼ਾ ਅਸਰ ਵਿੱਚ ਨਹੀਂ ਹੈ। ਹੁਣ ਇਹ ਬੜੇ ਜਿਹੜਾ ਜ਼ੈਨ ਕੁਆਨ ਹੁੰਦੇ ਨੇ ਜੋ ਉਹ ਤਰ੍ਹਾਂ ਦੀ ਗੱਲ ਹੈ। ਨਸ਼ਾ ਆਉਂਦਾ ਸੁਰਤ ਜਦ ਪਿਆਲੀ ਆਕਾਸ਼ੀ, ਕਦੀ ਕੋਈ ਪੀ ਲਏ, ਸੋ ਕਵੀ ਰਚਨਾ ਨਸ਼ੇ ਵੇਲੇ ਦੀ ਚੀਜ਼ ਹੈ। ਇਹ ਕੁਆਨ ਨੂੰ ਜਿਹੜੇ ਬੰਦੇ ਸਮਝਣ ਦੀ ਸਮਰੱਥ ਰੱਖਦੇ ਉਹ ਹੀ ਸਮਝ ਸਕਦੇ ਆ। ਉਹ ਕਹਿੰਦਾ ਸ਼ਰਾਬ ਦੇ ਵਿੱਚ ਨਸ਼ਾ ਨਹੀਂ ਹੈ, ਜੇ ਸ਼ਰਾਬ ਦੇ ਵਿੱਚ ਨਸ਼ੇ ਦੇ ਵਿੱਚ ਕੋਈ ਗੜੂੰਦ ਹੋ ਜਾਵੇ ਉਹਦੀ ਸੁਰਤ ਭੁੱਲ ਜਾਂਦੀ ਹੈ, ਉਹ ਮਤਹੀਣ ਹੋ ਜਾਂਦਾ। ਉਹ ਕਹਿੰਦਾ ਉਸ ਨਸ਼ੇ ਵੇਲੇ ਜਿਹੜੀ ਹਾਲਤ ਸੀਗੀ, ਨਸ਼ੇ ਵੇਲੇ ਦੀ ਕੋਈ ਚੀਜ਼ ਆ ਜਿਹੜੀ ਇਹਦੇ ਵਿੱਚ ਪਈ ਹੋਈ ਆ, ਉਹਦੇ ਨਾਲ ਸਮਝਣ ਲਈ ਵੱਖਰੀ ਤਰ੍ਹਾਂ ਦੀ ਅਵਸਥਾ ਚਾਹੀਦੀ। ਸੋ ਮੈਂ ਤੁਹਾਨੂੰ ਇਹ ਕਵਿਤਾ ਸੁਣਾ ਰਿਹਾ, ਕਈ ਹੋ ਸਕਦਾ ਥੋੜ੍ਹੀ ਬੇਰਸੀ ਪੈਦਾ ਹੋ ਰਹੀ ਹੋਵੇ, ਪਰ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਉੱਦਾਂ ਪੜ੍ਹਨੀ ਨਹੀਂ ਘਰ ਜਾ ਕੇ, ਮੈਨੂੰ ਪੱਕਾ ਪਤਾ। ਅਤੇ ਮੈਂ ਕਿਹਾ ਵੀ ਹੁਣ ਮਾਣ ਤਾਂ ਤੁਸੀਂ ਕੀਤਾ ਹੀ ਹੈ, ਉਹਦਾ ਜਿੰਨਾ ਲਾਹਾ ਖੱਟ ਲਈਏ। ਹੁਣ ਅੱਗੇ ਵੇਖੋ ਕਿੱਡੀਆਂ ਵੱਡੀਆਂ ਗੱਲਾਂ ਕਰ ਰਿਹਾ। ਕਹਿੰਦਾ ਉਪਨਿਖਦਾਂ ਦੀ ਬ੍ਰਹਮ ਵਿੱਦਿਆ ਨੂੰ ਪ੍ਰਣਾਮ ਸਾਡਾ, ਬ੍ਰਹਮ ਸੱਤਾ ਸਾਰੀ ਗੁਰੂ ਅਵਤਾਰ ਦੀ ਸੁਰਤ ਮੂਰਤੀ, ਉੱਥੋਂ ਦਿਵਯ ਵਿੱਦਿਆ ਮਨੁੱਖ ਮਨ ਵੱਲ ਕਰ ਰੁੱਖ ਟੁਰੀ ਹੈ। ਉਸ ਵੇਲੇ ਮਨੁੱਖ ਸੁਰਤ ਅਨੰਤ ਅਸਚਰਜ ਨਾਲ ਭਰ ਉੱਠੀ, ਕਿਸੇ ਅਕਹਿ ਖੇੜੇ ਆਵੇਸ਼ ਦਾ ਭਾਗ ਸਾਰਾ ਆਗਮਨ ਹੈ। ਉਸ ਨੂੰ ਫਲਸਫਾ ਬਣਾਉਣਾ ਗੀਤਾ ਦੀ ਭੁੱਲ ਹੈ। ਉਹ ਜਿਹੜਾ ਇੰਨਾ ਵਲੇਵਾਂ ਵਲਿਆ ਉਹ ਇੱਥੇ ਆ ਕੇ ਮੁੱਕਿਆ। ਉਹ ਕਹਿੰਦਾ ਉਪਨਿਸ਼ਦਾਂ ਦਾ ਸਾਰ ਹੈ ਗੀਤਾ ਵਿੱਚ। ਗੀਤਾ ਨੇ ਕੀ ਕੀਤਾ ਕਿ ਜਿਹੜਾ ਬ੍ਰਹਮ ਦੀ ਵਿੱਦਿਆ ਦੇ ਨਾਲ ਖੇੜਾ ਆਉਣਾ ਸੀ, ਉਹਨੂੰ ਫਲਸਫੇ ਵਰਗੀ ਨਿਰਜਿੰਦ ਚੀਜ਼ ਵਿੱਚ ਤਬਦੀਲ ਕਰ ਦਿੱਤਾ। ਇਹ ਉਹਦੀ ਭੁੱਲ ਹੈ। ਐਡਾ ਕਮੈਂਟ ਕਰਨ ਲਈ ਐਡਾ ਹੀ ਬੰਦਾ ਚਾਹੀਦਾ। ਇਹ ਭੁੱਲ ਆਖਰ ਹੁਣ ਜਾ ਵੱਜਦੀ ਬੁੱਢੇ ਉਪਨਿਖਤ ਦੇ ਸਿਰ 'ਤੇ, ਬੁੱਢੇ ਉਪਨਿਖਤ ਦੇ ਸਿਰ 'ਤੇ ਵੱਜਦੀ ਇਹ ਭੁੱਲ ਜਿਹੜੀ ਗੀਤਾ ਨੇ ਕੀਤੀ। ਪੁਰਖ ਸੂਕਤ ਦਾ ਅਗੰਮ ਗੀਤ ਹਾਏ ਕਿੰਝ ਗੂੰਜਦਾ, ਮਨੁੱਖ ਦਾ ਭਰਿਆ ਦਿਲ ਸਿਫਤ ਸਲਾਹ ਕਰਤਾਰ ਵਿੱਚ ਫਟਦਾ। ਹੁਣ ਇਹਨਾਂ ਗੱਲਾਂ ਦੇ ਸਾਹਮਣੇ ਕਮਲਜੀਤ ਸਿੰਘ ਜਿਹੜਾ ਪਹਿਲਾਂ ਤੁਹਾਡੇ ਸਾਹਮਣੇ ਭਕਾਈ ਮਾਰ ਰਿਹਾ ਸੀ, ਉਹਨਾਂ ਗੱਲਾਂ ਦਾ ਮੁੱਲ ਵੇਖੋ ਕੱਖ ਵੀ ਨਹੀਂ। ਇਸ ਕਰਕੇ ਮੈਂ ਤੁਹਾਨੂੰ ਕਵਿਤਾ ਸੁਣਾ ਰਿਹਾ ਵੀ ਆਹ ਪੜ੍ਹੋ, ਆਹ ਸੁਣੋ, ਐਵੇਂ ਮੇਰੇ ਵਰਗੇ ਬੰਦਿਆਂ 'ਤੇ ਯਕੀਨ ਕਰਕੇ ਆਪਣਾ ਟਾਈਮ ਅਤੇ ਪੈਸੇ ਖਰਾਬ ਨਾ ਕਰੋ। ਹਾਂ ਰੱਬ ਆਪ ਬੋਲਦਾ, ਬ੍ਰਹਮ ਗਿਆਨ ਨੂੰ ਪ੍ਰਣਾਮ ਹੈ, ਪਰ ਗੁਰ ਅਵਤਾਰ ਅਵਤਾਰ ਸੁਰਤ ਦੀ ਅੰਦਰ ਥੀ ਵੀ ਅੰਦਰ, ਅੰਦਰ ਥੀ ਵੀ ਅੰਦਰ। ਇਨਸੈਪਸ਼ਨ ਮੂਵੀ ਦੇਖੀ? ਕੀ ਦੇਖਿਆ? ਅੰਦਰ ਥੀ ਵੀ ਅੰਦਰ, ਪਰਤ ਦਰ ਪਰਤ, ਸੁਰਤ ਦੇ ਅੰਦਰ, ਪਰਦੇ ਦੇ ਅੰਦਰ ਹੋਰ ਪਰਦਾ, ਉਹਦੇ ਅੰਦਰ ਹੋਰ ਸੁਰਤ, ਬਰੀਕ ਦੇ ਬਰੀਕ ਤੋਂ ਬਰੀਕ ਹੋ ਗਈ ਅੰਦਰਲੀਆਂ ਤਹਿਾਂ ਦੇ ਵਿੱਚ। ਜੀਵਨ ਦੀ ਹਾਲਤ ਦਾ ਸਾਰਾ ਸਿਫਤ ਗੀਤ ਹੈ। ਅੱਛਾ, ਗੁਰੂ ਦੇ ਅੰਦਰ ਜਿਹੜਾ, ਕਿਉਂਕਿ ਗੁਰਬਾਣੀ ਤਾਂ ਗਾਇਨ ਹੈ, ਕੀਰਤਨ ਹੈ, ਪਹਿਲਾਂ ਰਾਗ ਦੀ ਵਿੱਦਿਆ ਆਵੇ ਫਿਰ ਬੰਦਾ ਕੀਰਤਨ ਕਰੇ, ਫਿਰ ਅਸਲ ਸੱਤਿਆ ਉਹਦੇ ਅੰਦਰ ਉਤਰ ਸਕਦੀ।
ਹੁਣ ਚੀਜ਼ਾਂ ਹੋਰ ਨੇ, ਕਰੀ ਹੋਰ ਜਾਂਦੇ। ਗੁਰੂ ਪਿਆਰੇ ਨੂੰ ਵੇਦ ਰਿਚਾ ਗਾਉਂਦੀ, ਇਹ ਹਾਲਤ ਕੋਈ ਅਕਹਿ ਸਿਫਤ ਗੀਤ ਦੀ, ਲੱਖੇ ਤਾਂ ਤੀਵੀਂ ਸਦਾ ਪਰੇ ਦੂਰ ਅਤੇ ਹੋਰ ਦੂਰ ਵੱਸਦੀ, ਗੁਰੂ ਸੁਰਤ ਦੀ ਸਿਫਤ ਸਾਰੇ ਉਪਨਿਖਤ ਗਾਉਂਦੇ, ਹੇਕਾਂ ਬਹੁ ਸਾਰੀਆਂ ਹੋਰ ਵਿੱਚ, ਪਰ ਨਿਰੋਲ ਸੋਨੇ ਦੀ ਧਾਰੀ ਵਗੀ ਹੈ, ਪੁਰਖ ਕਰਤਾਰ ਨਾਮ ਸੋਹਣਾ, ਬ੍ਰਹਮ ਵਿੱਦਿਆ ਗੁਰੂ ਛਾਤੀ ਦੱਬੀ ਜਵਾਹਰਾਤ ਦੱਸੀ ਹੈ। ਗੁਰੂ ਦੀ ਇੱਕ ਵਿੱਚ ਕਹਿੰਦਾ ਜਿਹੜੀ ਦੱਬੀ ਹੋਈ ਚੀਜ਼ ਆ ਕੀਮਤੀ ਜਵਾਹਰਾਤ, ਉਹ ਬ੍ਰਹਮ ਦੀ ਵਿੱਦਿਆ। ਇੱਥੇ ਆਣ ਕਲਮ ਟੁੱਟਦੀ, ਹੁਣ ਕਵੀਆਂ ਦੇ ਸਿਰਤਾਜ ਕਵੀ ਵੱਡੇ ਕਵੀ, ਇੱਥੇ ਆ ਕਲਮ ਟੁੱਟਦੀ, ਲੂਣ ਦੀ ਪੁਤਲੀ ਜਾਣੇ ਭਾਵੇਂ ਗੁੰਮ ਕੇ ਸਾਰੀ, ਮੁੜੇ ਕੌਣ ਦੱਸਣ ਲੂਣ ਸਾਰਾ ਘੁਲਦਾ ਹੰਕਾਰ, ਪਰ ਆਖੇ ਕਿ ਸਾਗਰ ਦੀ ਥਾਂ ਕਿੰਨੀ, ਮੁੜੇ ਕੌਣ ਦੱਸਣ ਲੂਣ ਸਾਰਾ ਘੁਲਦਾ ਹੰਕਾਰ, ਕੀ ਦੱਸੇ ਸੁਰਤ ਕੀ। ਹੁਣ ਆਹ ਇੱਕ ਹੋਰ ਨਵੀਂ ਚੀਜ਼ ਆ ਗਈ ਵਿੱਚ, ਹੁਣ ਦੱਸਦਾ ਵੀ ਹੰਕਾਰ ਅਤੇ ਸੁਰਤ ਵੱਖ ਵੱਖ। ਸੁਰਤ ਬਹੁਤ ਹੀ ਸੂਖਮ ਚੀਜ਼ ਹੈ ਜਿਹੜੀ ਮੂਲ ਤੌਰ 'ਤੇ ਨਿਵਾਸ ਕਰਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਹੀ, ਜਿਨ੍ਹਾਂ ਨੂੰ ਆਪਾਂ ਹੰਕਾਰ ਕਹਿ ਸਕਦੇ ਹਾਂ, ਪਰ ਉਹ ਖੁਦ ਸੁਰਤ ਨਹੀਂ ਹੈ। ਜੋ ਬਾਕੀ ਸੁਰਤ ਜਿਹੜੀ ਆ ਉਹ ਕਿਸੇ ਨੂੰ ਕੁਝ ਦੱਸ ਨਹੀਂ ਸਕਦੀ। ਸੁਰਤ ਜਿਹੜੀ ਆ ਉਹ ਭਾਸ਼ਾ ਦੀ ਲਿਮਿਟੇਸ਼ਨ ਨੂੰ ਪਾਰ ਕਰ ਜਾਂਦੀ ਹੈ। ਇਹ ਜੇ ਸਮਝਣਾ ਹੋਵੇ ਤਾਂ ਕਹੀਏ ਵੀ ਜਿਵੇਂ ਇੱਕ ਦਰਿਆ ਆ ਅਤੇ ਉਹਨੂੰ ਪਾਰ ਕਰਨਾ ਹੋਵੇ, ਅਤੇ ਪਾਰ ਕਰਨ ਲੱਗ ਦਰਿਆ ਅੱਗ ਦਾ ਹੋਵੇ, ਅਤੇ ਅਸੀਂ ਉਹਨੂੰ ਪਾਰ ਕਰੀਏ ਅਤੇ ਸਾਡਾ ਵਜੂਦ ਸਾਰਾ ਸੜ ਜੇ, ਸਾਡੀ ਦੇਹ ਸੜ ਜੇ, ਸਾਡਾ ਮਨ ਵੀ ਸੜ ਜੇ, ਜਾਂ ਡਰਦੇ ਮਾਰੇ ਅੱਗ 'ਚ ਜਾਣ ਹੀ ਨਾ ਤਾਂ ਉਰਾਂ ਹੀ ਰੁਕ ਜਾਣ, ਉਸ ਅੱਗ ਨੂੰ ਪਾਰ ਹੀ ਨਾ ਕਰਨ, ਦੇਹ ਅਤੇ ਵਜੂਦ ਪਛਾਣ ਰਹਿ ਜੇ, ਮਨ ਵੀ ਪਛਾਣ ਰਹਿ ਜੇ, ਇਕੱਲੀ ਸੁਰਤ ਅੱਗੇ ਜਾਵੇ, ਦਰਿਆ ਤੋਂ ਪਾਰ ਜਾਵੇ, ਪਰੇ ਜਾ ਕੇ ਪ੍ਰੀਤਮ ਨੂੰ ਮਿਲ ਕੇ ਵਾਪਸ ਆ ਜਾਵੇ, ਅਤੇ ਹੁਣ ਉਹਨੂੰ ਅਕਲ ਬੁੱਧੀ ਮਨ ਇਹ ਪੁੱਛਣ ਕਿ ਉੱਥੇ ਤੇਰੇ ਮਿਲਾਪ ਦੇ ਨਾਲ ਵੇਲੇ ਕੀ ਵਾਪਰਿਆ, ਉਹ ਕੀ ਦੱਸੇਗੀ ਵਾਪਸ, ਉਹ ਨਹੀਂ ਦੱਸ ਸਕਦੀ। ਇਸ ਕਰਕੇ ਜਿਹੜੀ ਅਕਲ ਹੈ ਉਹਨੇ ਜਾਣਾ ਤਾਂ ਹੈ ਨਹੀਂ ਅੱਗ ਤੋਂ ਪਾਰ, ਮਨ ਨੇ ਬੁੱਧੀ ਨੇ ਜਾਣਾ ਤਾਂ ਹੈ ਨਹੀਂ ਅੱਗ ਤੋਂ ਪਾਰ, ਜਾਣਾ ਇਕੱਲੀ ਸੁਰਤ ਨੇ, ਇਸ ਕਰਕੇ ਵਾਪਸ ਆ ਕੇ ਉਹ ਕੁਝ ਨਹੀਂ ਦੱਸ ਸਕਦੀ। ਸੁਰਤ ਜਦੋਂ ਆ ਕੇ ਅਕਲ ਨੂੰ ਮਿਲੇਗੀ, ਅਕਲ ਅੰਦਾਜ਼ੇ ਲਏਗੀ, ਕਾਵ ਕਲਪਨਾ ਕਰੇਗੀ, ਅਸਲ ਨਹੀਂ ਹੋਏਗਾ ਉਹਦੇ ਕੋਲ, ਕਿਉਂਕਿ ਉਹ ਜਾਂਦੀ ਨਹੀਂ ਉੱਥੇ। ਉਹ ਕਹਿੰਦਾ ਲੂਣ ਦੀ ਡਲੀ ਸਮੁੰਦਰ ਦੀ ਥਾਂ ਨਹੀਂ ਪਾ ਸਕਦੀ, ਭਾਵੇਂ ਸਾਰਾ ਕੁਝ ਹੀ ਖੋਰ ਦੇਵੇ ਵਿੱਚ, ਵਾਪਸ ਆ ਕੇ ਉਹ ਲੂਣ ਦੀ ਡਲੀ ਨਹੀਂ ਦੱਸ ਸਕਦੀ ਸਮੁੰਦਰ ਕਿੱਡਾ ਸੀ ਉਹਦੀ ਥਾਂ। ਸੁਰਤ ਕੀ ਦੱਸੇ ਹੁਕਮ ਕੀ ਹੈ, ਸਿਪਾਹੀ ਜਰਨੈਲ ਹੋਣ ਤੀ ਪਹਿਲਾਂ ਹੀ ਹੁਕਮ ਕਰੇ, ਕਰੇ ਵੀ ਤਾਂ ਮੰਨੇ ਕੌਣ। ਹੁਣ ਅਗਲੀਆਂ ਗੱਲਾਂ 'ਚ ਉਹਨੇ ਦੇਖੋ, ਸਿਆਣਾ ਫਿਰ ਕਰੇ ਕਿਉਂ, ਕਹਿੰਦਾ ਫਿਰ ਜੇ ਸਿਪਾਹੀ ਅਤੇ ਜਰਨੈਲ ਵਿੱਚ ਫਰਕ ਹੈ, ਇੱਥੇ ਬੁਲਾ ਜੀ ਫਤਿਹ ਇਹਨੂੰ ਪੂਰੇ ਕਰਦੀ। ਸੱਚ ਪੱਕ ਪੱਕ ਸਿੱਖ ਸੁਰਤ ਗੁਰੂ ਸੁਰਤ ਹੋਵਦੀ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੈ, ਪੁੱਤ ਇੱਕ ਦਿਨ ਜ਼ਰੂਰ ਪਿਓ ਬਣਨਾ, ਪਰ ਚੇਲਾ ਸੁਰਤ ਕੱਚੀ ਹੌਲੇ ਹੌਲੇ ਪੱਕਦੀ, ਸਾਹਿਬ ਆਖਦੇ ਤੇਲ ਸਰੋਂ ਵਿੱਚ ਹੈ ਪਰ ਕੱਚੀ ਪੀੜਨ ਵਿੱਚ ਨਹੀਂ, ਸੋ ਗੁਰੂ ਸੁਰਤ ਜਾਣਦੀ ਗੁਰੂ ਸੁਰਤ ਕੀ ਹੈ, ਕਿਰਤਮ ਕੇ ਜਾਣੇ ਭੇਦ ਕਰਤਾਰ ਦਾ। ਉਹ ਕਹਿੰਦਾ ਗੁਰੂ ਸੁਰਤ ਬਾਰੇ ਇੰਨਾ ਕੁਝ ਦੱਸ ਕੇ, ਅਤੇ ਉਹ ਕਹਿੰਦਾ ਜਿਹੜਾ ਕਿਰਤ ਖੁਦ ਹੀ ਕਿਰਤ ਆ ਉਹ ਕਰਤਾਰ ਦਾ ਭੇਦ ਕੀ ਜਾਣ ਸਕਦਾ। ਇਹ ਥੋੜ੍ਹੀ ਜਿਹੀ ਅੱਗੇ ਤੁਸੀਂ ਆਪਣੇ ਘਰ ਜਾ ਕੇ ਪੜ੍ਹ ਲਿਓ, ਜਿੱਥੇ ਜਾ ਕੇ ਉਹਨੇ ਨੀਟਸ਼ੇ ਅਤੇ ਥੋਰੋ ਅਤੇ ਗੋਇਟੇ ਅਤੇ ਇਕਬਾਲ ਬਾਰੇ ਬਹੁਤ ਵੱਡੇ ਕਮੈਂਟ ਕੀਤੇ ਨੇ, ਬਹੁਤ ਜ਼ਬਰਦਸਤ, ਉਹ ਜ਼ਰੂਰ ਪੜ੍ਹਿਓ। ਤੋ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਕਿ ਤੁਹਾਨੂੰ ਬੜਾ ਸਮਾਂ ਦਿੱਤਾ, ਇਹਦੇ ਲਈ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।